ਹਾਂਜੀ ਕਿੱਦਾਂ ਮੇਰੇ ਸਾਰੇ ਆਡੀਓ ਠੰਡ ਦੇ ਵਿੱਚ ਮਜ਼ੇ ਮਾਰ ਰਹੇ ਹੋਗੇ। ਮੈਨੂੰ ਪਤਾ ਹੈ ਕਿ ਠੰਡ ਹੈ, ਤੁਹਾਨੂੰ ਪਤਾ ਕਾਫੀ ਜ਼ਿਆਦਾ ਵੱਧ ਗਈ ਹੈ, ਤੇ ਠੰਡ ਵਿੱਚ ਇੱਕ ਹੋਰ ਚੀਜ਼ ਕਹਿੰਦੇ ਨੇ ਕਿ ਠੰਡ ਜਿਹਨੇ ਸਰੀਰ ਬਣਾ ਲਿਆ ਗਰਮੀ ਚ ਸਹੇਲੀ ਬਣਾ ਸਕਦਾ, ਮਤਲਬ ਗਰਮੀ ਚ ਉਹਦੇ ਯਾਰ ਸਰੀਰ ਵਧੀਆ ਹੋ ਜੂਗਾ। ਤੁਸੀਂ ਟੋਪਿਕ ਤੇ ਮੇਨ ਫਿਟਨੈਸ ਵਾਸਤੇ ਅੱਜ ਜੁੜੇ ਨੇ ਸਾਹਿਲ ਦੁੱਗਲ, ਕੋ ਫਾਊਂਡਰ ਆਫ ਫਿਟਨੈਸ ਅਰੀਨਾ ਇਨ ਮੋਹਾਲੀ। ਇਹ ਨੈਸ਼ਨਲੀ ਇੰਟਰਨੈਸ਼ਨਲੀ ਸਰਟੀਫਾਈਡ ਹੈ, ਇਹਨਾਂ ਨੇ 4 ਸਾਲ ਬਾਡੀ ਬਿਲਡਿੰਗ ਵੀ ਕੀਤੀ ਹੈ, ਸਪੈਸ਼ਲੀ ਇਹ ਸਰਟੀਫਿਕੇਸ਼ਨ ਇਹਨਾਂ ਨੂੰ ਕੋਚ ਵੀ। ਜੇ ਆਪਾਂ ਗੱਲ ਕਰਦੇ ਹਾਂ ਯੂਥ ਦੀ, ਯੂਥ ਬੇਸਿਕਲੀ ਆਪਾਂ ਕਾਊਂਟਰ ਕਰ ਦਿੰਦੇ, ਆਪਾਂ ਕਹਿ ਦਿੰਦੇ ਸਾਡੇ ਵਰਗੀ ਉਮਰ ਨੂੰ, ਸਾਡੇ ਵਰਗੀ ਉਮਰ ਅਸੀਂ ਸਾਡੇ ਬਜ਼ੁਰਗ ਕਹਿੰਦੇ ਕਿ ਹਾਂ ਇਹਨਾਂ ਨੇ ਅੱਗੇ ਹੋ ਕੇ ਆਹ ਚੀਜ਼ਾਂ ਸਾਂਭਣੀਆਂ ਸਾਡੇ ਘਰ ਦੀਆਂ ਲਾ, ਸਾਡਾ ਜਿਵੇਂ ਕਹਿੰਦਾ ਹੁੰਦਾ ਸ਼ੁਰੂਆਤ ਪਿੰਡਾਂ ਦੀ, ਤੁਹਾਨੂੰ ਮੈਂ ਗੱਲ ਦੱਸਦਾ। ਤੇ ਸਾਡੇ ਪਿੰਡਾਂ ਵਿੱਚ ਜਿਹੜੇ ਪਿੰਡਾਂ ਦੇ ਲੋਕ ਉਹ ਤਾਂ ਖੇਤੀਬਾੜੀ ਕਰਨ ਕਰਨਾ, ਉਹਦੇ ਸਰੀਰ ਗਿੱਜੇ ਵੀ ਹੁੰਦੇ ਆ, ਕਿ ਮਤਲਬ ਉਹਦੇ ਸਰੀਰ ਬਣੇ ਵੀ ਹੁੰਦੇ ਆ ਉਸ ਤਰੀਕੇ ਦੇ ਕਿ ਉਹ ਫਿਟਨੈਸ ਨੀ ਕਹਿੰਦੇ ਆਪਾਂ ਹੁਣ ਫਿਜੀਕਲੀ। ਆਪਾਂ ਹੁਣ ਜੇ ਸੋਚੀ ਅੱਜ ਦੇ 2023 'ਚ ਅਸੀਂ ਦੇਖੀ ਜਿਹੜਾ ਅਸੀਂ ਕਹਿੰਦੇ ਹਾਂ ਉਹ ਫਿਜੀਕਲੀ ਸਟਰੋਂਗ ਹੈ, ਕਿ ਉਹਦੇ ਕੱਟ ਹੈ ਅੱਛੇ ਖਾਸੇ, ਉਹ ਜਿਮ ਜਾਂਦਾ ਤੇ ਕੋਰਸ ਬਹੁਤ ਅੱਛੇ, ਉਹ ਫਿੱਟ ਹੈ। ਆਪਾਂ ਉਸ ਨੂੰ ਨਹੀਂ ਕੰਸਿਡਰ ਕਰਦੇ ਜੋ ਕਿ ਡੇਲੀ ਐਕਟੀਵਿਟੀਜ਼ ਨੂੰ ਬੜੇ ਅੱਛੇ ਤਰੀਕੇ ਨਾਲ ਕਰ ਸਕਦਾ ਫਿੱਟ। ਤਾਂ ਤੁਹਾਡੇ ਮਤਲਬ ਤੁਸੀਂ ਕੀ ਕਹਿੰਦੇ ਹੋ ਐਕਚੁਅਲੀ ਫਿੱਟ ਹੁੰਦਾ ਕੌਣ ਹੈ ਫਿਜ਼ੀਕਲੀ? ਓਕੇ, ਸੋ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਹੂੰਗਾ ਕਿ ਤੁਸੀਂ ਮੈਨੂੰ ਉਰੇ ਬੁਲਾਇਆ, ਓਪਰਚੁਨਿਟੀ ਦਿੱਤੀ ਜੀ। ਸੋ ਆਮ ਲਿਟਰਲੀ ਵੈਰੀ ਪਲੇਜ਼ਰ ਟੂ ਬੀ ਹੇਅਰ। ਹੁਣ ਆਉਂਦੇ ਹਾਂ ਤੁਹਾਡੀ ਗੱਲ ਦੇ ਉੱਤੇ, ਠੀਕ ਹੈ। ਸੋ ਆਪਾਂ ਨਾ ਇੱਕ ਜਾਂ ਆਪਣਾ ਯੂਥ ਇੱਕ ਚੀਜ਼ ਤੇ ਨਾ ਥੋੜਾ ਜਿਹਾ ਲਾਈਕ ਮਿਸਗਾਈਡ ਹੋ ਰੱਖਿਆ ਆ। ਕੀ ਚੀਜ਼? ਉਹ ਚੀਜ਼ ਕੀ ਆ? ਆਪਾਂ ਸੋਚਦੇ ਹਾਂ ਜੋ ਸਾਨੂੰ ਦਿਖ ਰਿਹਾ ਉਹੀ ਸਭ ਕੁਛ ਸੱਚ ਹੈ, ਬਿਲਕੁਲ ਠੀਕ ਹੈ। ਸੋ ਜ਼ਿਆਦਾਤਰ ਆਪਾਂ ਕੀ ਕਰਦੇ ਹਾਂ, ਕਿਸੇ ਦੇ ਕਟਸ ਦਿਖ ਰਹੇ ਆ, ਬਾਡੀ ਦਿਖ ਰਹੀ ਹੈ, ਉਹ ਸਾਰਾ ਕੁਛ ਆਪਾਂ ਉਹਨੂੰ ਫਿੱਟ ਮੰਨ ਲੈਂਦੇ ਹਾਂ, ਠੀਕ ਹੈ, ਮੰਨਦੇ ਹਾਂ ਉਹਨੂੰ ਕਹਿੰਦੇ ਕਿ ਉਸ ਤੋਂ ਅਸੀਂ ਇਨਫਲੂਐਂਸ ਹੋਵਾਂਗੇ, ਉਹਨੇ ਇੰਨੀ ਛੇਤੀ ਬਾਡੀ ਨੇ ਉਸ ਕੋਲ ਤਰੀਕੇ ਅਸਲੀ ਹੋਵਾਂਗੇ। ਐਗਜੈਕਟਲੀ, ਇਹ ਵੀ ਚੀਜ਼ ਮੈਟਰ ਕਰਦੀ ਹੈ ਕਿ ਬਾਡੀ ਦੇ ਅਲੱਗ ਅਲੱਗ ਵਰਕਆਊਟ ਚੱਲੂਗਾ? ਬਿਲਕੁਲ ਵੀ ਨਹੀਂ ਹੁੰਦਾ ਆ। ਸੋ ਬੇਸਿਕਲੀ ਜੋ ਅੱਛਾ ਦਿਖਣਾ, ਮੈਂ ਨਹੀਂ ਕਹਿ ਰਿਹਾ ਕਿ ਜਿਹੜੇ ਬੰਦੇ ਦੇ ਕੱਚ ਹੈ ਬਾਡੀ ਬਣੀ ਹੋਈ ਆ ਉਹ ਫਿੱਟ ਨਹੀਂ ਹੈਗਾ, ਆਬਵੀਅਸਲੀ ਉਹ ਫਿੱਟ ਹੋ ਸਕਦਾ ਆ, ਹੋ ਸਕਦਾ, ਮੈਂ ਨਹੀਂ ਕਹਿ ਰਿਹਾ ਕਿ ਉਹ ਫਿੱਟ ਹੈ। ਐਕਚੁਅਲੀ ਉਹ ਇੱਕ ਪੈਰਾਮੀਟਰ ਆ, ਉਹ ਦਿਖ ਰਿਹਾ ਫਿੱਟ ਹੋ ਸਕਦਾ, ਉਹ ਫਿੱਟ ਵੀ ਹੈ, ਬਟ ਐਕਚੁਅਲ ਫਿਟਨੈਸ ਕੀ ਹੁੰਦੀ ਹੈ? ਫਿਟਨੈਸ ਦੇ ਨਾ 5 ਪੈਰਾਮੀਟਰ ਹੁੰਦੇ ਆ, ਠੀਕ ਹੈ, 5। ਸੋ ਮੈਂ ਆਬਵੀਅਸਲੀ ਪੂਰੀ ਦੀ ਪੂਰੀ ਆਡੀਅੰਸ ਨੂੰ ਜੋ ਆਪਾਂ ਨੂੰ ਸੁਣ ਰਹੀ ਆ ਨੂੰ ਆਹ ਚੀਜ਼ ਦਿਖਾਉਣਾ ਚਾਹੂੰਗਾ। ਹਾਂ ਸੁਣ ਲਓ ਯਾਰ, 5 ਪੈਰਾਮੀਟਰ ਹੁੰਦੇ ਆ। ਜੇ ਤੁਹਾਡੀ ਬਾਡੀ 'ਚ ਇਹ 5 ਦੀ 5 ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਆਪਣੇ ਆਪ ਨੂੰ ਫਿੱਟ ਕੰਸਿਡਰ ਕਰ ਸਕਦੇ ਹੋ, ਨਹੀਂ ਤਾਂ ਨਹੀਂ, ਪੋਸੀਬਲ ਹੀ ਨਹੀਂ। ਕੀ ਆ ਗਿਆ 5? ਸੋ 5 ਦੇ ਵਿੱਚੋਂ ਸਭ ਤੋਂ ਪਹਿਲਾ ਪੈਰਾਮੀਟਰ ਹੁੰਦਾ ਦੈਟ ਇਜ਼ ਸਟਰੈਂਥ। ਤੁਹਾਡੀ ਬਾਡੀ ਦੇ ਵਿੱਚ ਸਰੀਰਕ ਸ਼ਮਤਾ, ਤਾਕਤ ਇੰਨੀ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਡੇਲੀ ਰੂਟੀਨ ਦੇ ਜੋ ਭਾਰੀ ਕੰਮ ਨੇ ਉਹ ਆਪਾਂ ਕਰ ਸਕੀਏ। ਫੋਰ ਐਗਜ਼ਾਮਪਲ ਆਪਾਂ ਜਿਵੇਂ ਘਰ ਦੀ ਗੱਲਾਂ ਕਰਦੇ ਹਾਂ ਨਾ, ਘਰ ਦੇ ਜਿਵੇਂ ਬੈੱਡ ਚੱਕ ਕੇ ਇੱਧਰ ਉੱਧਰ ਕਰ ਲਿਆ ਹਨਾ, ਸੋਫਾ ਦੇ ਨੀਚੇ ਰੱਖ ਲਿਆ, ਸਲੰਡਰ ਚੱਕ ਲਿਆ। ਸੋ ਮੈਂ ਸਾਰੀ ਗੱਲ ਨੂੰ ਦੇਖੋ, ਮੈਂ ਬਹੁਤ ਜ਼ਿਆਦਾ ਇਹਨੂੰ ਸਾਇੰਟਿਫਿਕ ਵੇ ਨਾਲ ਲੈ ਕੇ ਚੱਲੂਗਾ, ਆਪਾਂ ਘਰ ਦੀਆਂ ਗੱਲਾਂ ਨਾਲ ਰਿਲੇਟ ਕਰਾਂਗੇ ਤਾਂ ਕਿ ਜ਼ਿਆਦਾ ਸਮਝ ਪਾਏ। ਬਿਲਕੁਲ ਬਿਲਕੁਲ, ਸਾਡੇ ਵਿਊਜ਼ ਵੀ ਇੱਧਰ ਹੀ ਜਾ ਰਹੇ ਨੇ। ਐਗਜ਼ੈਕਟਲੀ। ਸੋ ਜਿਹੜੀ ਦੂਜੀ ਚੀਜ਼ ਹੈ ਉਹ ਚਾਹੀਦੀ ਹੈ ਆਪਾਂ ਨੂੰ ਬਾਡੀ ਦੇ ਵਿੱਚ ਐਂਡਿਓਰੈਂਸ, ਜਿਹਨੂੰ ਆਪਾਂ ਸਟੈਮਿਨਾ ਕਹਿੰਦੇ ਆ, ਠੀਕ ਹੈ। ਸਟੈਮਿਨਾ, ਤੁਸੀਂ ਆਪਣਾ ਬਾਡੀ ਵੇਟ ਲੈ ਕੇ ਤੁਸੀਂ ਕਿੰਨੀ ਪੌੜੀਆਂ ਚੜ ਸਕਦੇ ਹੋ, ਤੁਸੀਂ ਕਿੰਨਾ ਪੈਦਲ ਤੁਰ ਸਕਦੇ ਹੋ। ਮੰਨ ਲਓ ਤੁਸੀਂ ਘੁੰਮਣ ਫਿਰਨ ਗਏ ਹੋ, ਪਹਾੜਾਂ 'ਚ ਚੱਲ ਗਏ, ਤੁਸੀਂ ਟ੍ਰੈਕਿੰਗ ਕਰ ਸਕਦੇ ਹੋ, ਚੜ ਸਕਦੇ ਹੋ ਪਹਾੜਾਂ ਤੇ, ਜਾਂ ਫਿਰ ਤੁਸੀਂ ਉਹ ਬੰਦੇ ਹੋ ਜੋ ਬਿਲਕੁਲ ਐਂਡ ਤੇ ਰਹਿ ਗਿਆ, ਠੀਕ ਹੈ। ਸੋ ਐਂਡਿਓਰੈਂਸ, ਬਾਡੀ ਵੇਟ ਨੂੰ ਲੈ ਕੇ ਤੁਸੀਂ ਕਿੰਨਾ ਕੀ ਕੁਛ ਕਰ ਸਕਦੇ ਹੋ, ਉਹ ਸਟੈਮਿਨਾ ਦੇ ਵਿੱਚ ਆਉਂਦਾ ਆ। ਤੀਸਰੀ ਚੀਜ਼ ਆਉਂਦੀ ਹੈ ਫਲੈਕਸੀਬਿਲਿਟੀ, ਬਾਡੀ ਦੇ ਵਿੱਚ ਲਚਕ ਹੋਣੀ ਬਹੁਤ ਜ਼ਰੂਰੀ ਹੈ। ਫਲੈਕਸੀਬਿਲਿਟੀ ਮਤਲਬ ਸਪਰਿੰਗ ਦੀ ਹੁੰਦੀ ਹੈ, ਜਿਵੇਂ ਆਪਣਾ ਸਪਰਿੰਗ ਫਲੈਕਸੀਬਲ ਹੁੰਦਾ। ਸਭ ਤੋਂ ਬੜਾ ਐਗਜ਼ਾਮਪਲ ਮੈਂ ਬਾਬਾ ਰਾਮਦੇਵ ਜੀ ਦਾ ਦਊਂਗਾ, ਹੈ ਨਾ। ਸੋ ਸਾਰੇ ਦੇਖਦੇ ਯੋਗ ਕਰ, ਸਭ ਨੂੰ ਪਤਾ ਯੋਗ ਨਾਲ ਫਲੈਕਸੀਬਿਲਿਟੀ ਆਉਂਦੀ ਹੈ, ਠੀਕ ਹੈ, ਬਿਲਕੁਲ। ਤੇ ਉਹੀ ਚੀਜ਼ ਹੈ ਕਿ ਆਪਣੀ ਬਾਡੀ ਫਲੈਕਸੀਬਲ ਵੀ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਅਗਲੀ ਚੀਜ਼ ਹੁੰਦੀ ਹੈ ਐਜਿਲਿਟੀ, ਕਹਿੰਦੇ ਆ ਉਹਨੂੰ, ਜਿਹਦਾ ਮਤਲਬ ਹੁੰਦਾ ਚੁਸਤੀ ਸਫੂਰਤੀ, ਬਾਡੀ 'ਚ ਕਿੰਨੀ ਚੁਸਤੀ, ਕਿੰਨੀ ਹੈ, ਹਾਂ, ਐਕਸ਼ਨ ਟੂ ਰਿਐਕਸ਼ਨ ਟਾਈਮ, ਇਹ ਵੀ ਹੁੰਦਾ ਆ। ਤੁਸੀਂ ਮੰਨ ਲਓ ਤੁਹਾਡੇ, ਅਗੇਨ ਮੈਂ ਕਿਸੇ ਨੂੰ ਅਫੈਂਡ ਨਹੀਂ ਕਰ ਰਿਹਾ ਇਸ ਚੀਜ਼ ਨਾਲ, ਮੰਨ ਲਓ ਤੁਸੀਂ ਬਹੁਤ ਤਕੜੇ ਸਰੀਰ ਦੇ ਮਾਲਕ ਹੋ, ਠੀਕ ਹੈ, ਸੋ ਏਦਾਂ ਕਹਿ ਲਓ, ਪਰ ਤੁਹਾਡੇ ਚ ਲਾ ਲਓ ਕਿ ਚੁਸਤੀ ਸਫੂਰਤੀ ਘੱਟ ਆ ਕੰਪੈਰੇਟਿਵਲੀ। ਸੋ ਆਪਾਂ ਨੂੰ ਆਹ ਨੀ ਮੈਂ ਕਹਿੰਦਾ ਕਿ ਤੁਸੀਂ ਮਤਲਬ
ਤਗੜੇ ਨਹੀਂ ਹੋ ਜਾਂ ਚੰਗੇ ਨਹੀਂ ਹੈਗੇ, ਬਟ ਫਿਟਨੈਸ ਦੀ ਜੋ ਇੱਕ ਡੈਫੀਨੇਸ਼ਨ ਹੁੰਦੀ ਹੈ ਨਾ, ਉਹਦੇ ਵਿੱਚ ਐਂਟਰ ਨਹੀਂ ਕਰਾਂਗੇ ਆਪਾਂ, ਕਿਉਂਕਿ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ। ਪੰਜ ਚੀਜ਼ਾਂ ਹੋਣਗੇ ਤਾਂ ਉਹ ਬੰਦਾ ਕੰਸੀਡਰ ਫਿਟ ਹੋਊਗਾ। ਬਿਲਕੁਲ। ਤੇ ਜੋ ਪੰਜਵੀਂ ਲਾਸਟ ਚੀਜ਼ ਰਹਿਗੀ ਉਹ ਆਪਣੀ ਰਹਿਗੀ ਆ ਕਾਰਡਿਕ ਹੈਲਥ, ਮਤਲਬ ਆਪਣੇ ਦਿਲ ਦੀ ਹੈਲਥ ਕਿੱਦਾਂ ਦੀ ਆ, ਆਪਣੀ ਲੰਗ ਦੀ ਕਪੈਸਿਟੀ ਕਿਵੇਂ ਦੀ ਆ, ਇਹ ਹੈਲਥ ਕਿੰਨੀ ਜ਼ਰੂਰੀ ਆ ਆਪਾਂ ਨੂੰ ਕੋਰੋਨਾ ਨੇ ਦੱਸਤਾ। ਬਿਲਕੁਲ। ਜੋ ਅੰਦਰੋਂ ਕਮਜ਼ੋਰ ਸੀਗੇ ਸੋ ਉਹ ਆਹ ਚੀਜ਼ ਆ। ਸੋ ਜ਼ਰੂਰੀ ਨਹੀਂ ਹੈ ਕਿ ਜੋ ਬਾਹਰੋਂ ਸੋਹਣਾ ਦਿਖ ਰਿਹਾ ਸਰੀਰ ਜਿਹਦਾ ਕੱਟਸ ਹੈ ਸਾਰਾ ਕੁਛ ਆ ਉਹ ਅੰਦਰੋਂ ਵੀ ਓਨਾ ਹੀ ਸਟਰੋਂਗ ਹੈ ਜਾਂ ਨਹੀਂ ਹੈ, ਠੀਕ ਹੈ। ਸੋ ਤੁਹਾਨੂੰ ਜੇ ਫਿੱਟ ਹੋਣਾ ਆ ਤਾਂ ਇਹ ਪੰਜੇ ਪੈਰਾਮੀਟਰ ਦੇ ਉੱਤੇ ਕੰਮ ਕਰਨਾ ਪੈਣਾ ਆ। ਸਿਰਫ ਜਿਮ ਦੇ ਵਿੱਚ ਜਾ ਕੇ ਛਾਤੀ ਡੋਲੇ ਐਬਸ ਰੋਜ਼ ਰੋਜ਼ ਲਾ ਕੇ ਤੁਸੀਂ ਫਿੱਟ ਨਹੀਂ ਹੋ ਸਕਦੇ। ਹਾਂ, ਤੁਸੀਂ ਜਿਹੜੀ ਗੱਲ ਕੀ ਛਾਤੀ ਡੋਲੇ, ਇਹ ਬੜਾ ਮਿੱਥ ਹੈ। ਅਸੀਂ ਰੋਜ਼ ਜਿਹੜੇ ਮੈਂ ਦੇਖ ਰਿਹਾ, ਅਸੀਂ ਵੀ ਜਿਮ ਜਾਂਦੇ ਰਹੇ ਹਾਂ, ਸਾਨੂੰ ਵੀ ਟਾਈਮ ਹੋ ਗਿਆ ਕੰਮ 'ਚ, ਤੁਹਾਨੂੰ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਹੋ ਗਿਆ ਹੋਣਾ। ਜਿਮ 'ਚ ਇਹੋ ਜਿਹੇ 2 ਮਿੰਟ ਜ਼ਰੂਰ ਹੋਣਗੇ ਜਿਹੜੇ ਆਉਂਦੇ ਹੀ ਸਿਰਫ ਅਸੀਂ ਬਾਈਸੀ ਪੰਪ ਕਰਨੇ, ਮਤਲਬ ਬਹੁਤ ਹੈਵੀ ਵੇਟ ਨਾਲ ਫਾਰਮ ਵੀ ਗਲਤ ਕਰ ਦਿੰਦੇ। ਤਾਂ ਇਹਦੇ ਵਿੱਚ ਯੂਥ ਜਿਹੜਾ ਉਹ ਕਿੱਦਾਂ ਆਪਣਾ, ਹੁਣ ਆਪਾਂ ਸੋਸ਼ਲ ਮੀਡੀਆ ਸਕਰੋਲ ਕਰਦੇ ਹਾਂ, ਆਉਂਦੀਆਂ ਚੀਜ਼ਾਂ ਹੀ ਲੋਕ ਜਿੰਨੇ ਵੀ ਫਿਟਨੈਸ ਕੋਚ ਸਿਖਾਉਂਦੇ ਹੀ ਆ, ਜਾਂ ਤਾਂ ਇਹੋ ਜਿਹੀ ਟੈਕਨੀਕ ਸਿਖਾਉਂਗੇ ਜਿਹੜੀ ਬੜੀ ਇੰਟਰਮੀਡੀਏਟ ਲੈਵਲ ਹੈ ਜਿਹੜਾ ਸਾਡੇ ਵਾਸਤੇ ਨਹੀਂ, ਜਾਂ ਉਹ ਇਹੋ ਜਿਹੀ ਬਿਗਨਰ ਲੈਵਲ ਦਿਖਾਉਂਗੇ ਬਾਈ 2.5 ਦੇ ਉਹਨਾਂ ਕਰ। ਤਾਂ ਕਿਉਂ, ਮਤਲਬ ਇਹ ਕਿਆ ਚੀਜ਼ ਹੈ ਜਿਹੜੀ ਸਾਡਾ ਯੂਥ ਸਮਝੂਗਾ ਕਿੱਦਾਂ? ਅਸੀਂ ਕਹਿ ਦਿੰਦੇ ਯੂਥ ਬਾਈ ਇਹ ਕਰਦਾ ਉਹ ਕਰਦਾ, ਯੂਥ ਨੂੰ ਮਿਥਸ ਬਹੁਤ ਹੈ। ਇੱਕ ਸਭ ਤੋਂ ਵੱਡਾ ਮਿਥ ਹੈ ਪ੍ਰੋਟੀਨ ਪਾਊਡਰ ਡੱਬੇ, ਆਪਾਂ ਮਿਹਤਾ ਵੀ ਡੱਬਿਆਂ ਦੇ ਆਉਂਦੇ ਹਾਂ। ਡੱਬੇ ਕਿਉਂ, ਮਤਲਬ ਇਹ ਡੱਬੇ ਹੁੰਦੇ ਕਿਆ ਹੈ? ਸਾਨੂੰ ਪਤਾ ਸੋਰਸ ਆਫ ਪ੍ਰੋਟੀਨ ਹੈ, ਪਰ ਹੁੰਦੇ ਕਿਆ ਹੈ ਡੱਬੇ? ਹਾਰਮਫੁਲ ਹੈ? ਓਕੇ, ਤੁਸੀਂ ਐਕਚੁਅਲੀ 2 ਕੁਐਸਚਨ ਪੁੱਛਿਆ, ਮੈਂ ਵਾਰੀ ਵਾਰੀ ਦੋਨਾਂ ਤੇ ਆਉਣਾ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆਉਣਾ ਕਿ ਜਿਵੇਂ ਤੁਸੀਂ ਕਿਹਾ ਵੀ ਰੋਜ਼ ਆ ਕੇ ਯੂਥ ਵਰਕਆਊਟ ਕਰਦਾ ਆ, ਛਾਤੀ ਡੋਲੇ ਐਪਸ ਤੋਂ ਆਪਾਂ ਗੱਲ ਚੱਕੀ, ਇੱਕ ਚੀਜ਼ ਸਮਝੋ, ਪ੍ਰੋਬਲਮ ਇੱਕੋ ਹੀ ਆ, ਭਾਵੇਂ ਤੁਹਾਡੇ ਦੋਨੇ ਕੁਐਸਚਨ ਦਾ ਇੱਕੋ ਹੀ ਆਂਸਰ ਆ, ਉਹਦਾ ਆਂਸਰ ਹੈ ਲੈਕ ਆਫ ਨੌਲੇਜ, ਸਿੰਪਲ। ਤੁਸੀਂ ਕਿੱਦਾਂ ਦੀ ਟ੍ਰੇਨਿੰਗ ਕਰਨੀ ਹੈ ਤੁਹਾਨੂੰ ਨਹੀਂ ਪਤਾ, ਨੌਲੇਜ ਆ ਜੂਗੀ, ਪਤਾ ਹੋ ਜੂਗਾ। ਅਸੀਂ ਇਨਫਲੂਐਂਸ ਹੋ ਜਾਂਦੇ ਜਿਵੇਂ ਐਨੋਲਡ ਪ੍ਰੈਸ ਹੋ ਗਈ, ਕਾਫੀ ਸਾਰੇ ਜਿਹੜੇ ਫਿਟਨੈਸ ਇਨਫਲੂਐਂਸ ਬਹੁਤ ਬੜੇ ਆਈਕਨਸ ਆ, ਉਹਨਾਂ ਦੀ ਫਿਟਨੈਸ ਉਹਨਾਂ ਨੂੰ ਲੈ ਕੇ, ਉਹਨਾਂ ਦੀ ਇੱਕ ਵਰਕਆਊਟ ਰੂਟੀਨ ਨੂੰ ਲੈ ਕੇ, ਨਿਊਟ੍ਰੀਸ਼ਨ ਦੀ ਗੱਲ ਕਰ ਰਹੇ ਹੋ। ਹੁਣ ਇੱਕ ਇਨਫਲੂਐਂਸਰ ਹੈ ਕੋਈ, ਮੰਨ ਲਓ ਮੈਂ ਕਿਸੇ ਦੀ ਗੱਲ ਕਰਦਾ, ਫੋਰ ਐਗਜਾਮਪਲ ਕੋਈ ਇੱਕ ਬੰਦਾ ਆ ਜਿਹਦਾ ਫੈਟ ਪਰਸੈਂਟੇਜ 6-7% ਆ, ਮਤਲਬ ਕਿ ਉਹਦੀ ਬੋਡੀ ਦੇ ਵਿੱਚ ਕਿੰਨਾ ਫੈਟ ਆ, ਠੀਕ ਹੈ, ਮੋਟਾ, ਹਾਂ ਸਟੋਰਡ ਫੈਟ, ਮੋਟਾ ਮੋਟਾ ਮੈਂ ਤੁਹਾਨੂੰ ਗੱਲ ਦੱਸਾਂ, ਜੇ ਤੁਸੀਂ ਆਪਣੇ ਲਾਈਕ ਲੀਨ ਬੋਡੀ ਜਿਹੜੀ ਹੁੰਦੀ ਆ, ਤੁਸੀਂ ਐਬਸ ਉਬਸ ਚਾਹੁੰਦੇ ਹੋ, ਤੁਹਾਡਾ ਫੈਟ ਪਰਸੈਂਟੇਜ ਜੇ ਤੁਸੀਂ ਐਬਸ ਵਗੈਰਾ ਦਿਖਾਉਣੇ ਆ ਲਗਭਗ 12-13 ਤੋਂ ਘੱਟ ਹੋਣਾ ਚਾਹੀਦਾ ਆ, ਬਿਲੋ 12-13% ਹੋਣਾ ਚਾਹੀਦਾ ਆ। ਸੋ ਜੇ ਤੁਹਾਡਾ ਫੈਟ ਪਰਸੈਂਟੇਜ ਉਨਾ ਚੱਲ ਗਿਆ, ਸੋ ਦੇਰ ਆਰ ਹਾਈਲੀ ਚਾਂਸਿਸ ਕਿ ਤੁਹਾਡੇ ਐਬਸ ਦਿਖਣਗੇ, ਠੀਕ ਹੈ। ਸੋ ਉਨੀ ਤੁਸੀਂ ਲੀਨ ਦਿਖੋਗੇ, ਉਨੀ ਕੱਟ ਵਾਲੀ ਬੋਡੀ ਦਿਖੋਗੀ। ਆਪਾਂ ਜਿੰਨੇ ਫਿਟਨੈਸ ਇਨਫਲੂਐਂਸਰ ਆਪਾਂ ਇੰਸਟਾ ਤੇ ਦੇਖਦੇ ਹਾਂ, ਜਾਂ ਫਿਰ ਆਪਾਂ ਲਾ ਲਓ ਮੂਵੀਜ਼ ਦੇਖਦੇ ਹਾਂ, ਜਦੋਂ ਉਹ ਸਾਰੇ ਐਕਟਰਸ ਵਗੈਰਾ ਆਉਂਦੇ ਆ, ਉਹ ਲਗਭਗ ਸਿੰਗਲ ਡਿਜਿਟ ਬੋਡੀ ਫੈਟ ਪਰਸੈਂਟੇਜ ਲੈ ਕੇ ਆਉਂਦੇ ਆ ਜ਼ਿਆਦਾਤਰ, ਠੀਕ ਹੈ, ਬਿਲੋ 10 ਹੁੰਦੇ ਆ। ਸੋ ਜਿੰਨਾ ਤੁਹਾਡਾ ਫੈਟ ਪਰਸੈਂਟੇਜ ਘਟੇਗਾ, ਤੁਹਾਡੀ ਬੋਡੀ ਉਨੀ ਸ਼ਾਰਪ ਦਿਖੇਗੀ, ਓਡੇ ਕੱਟਸ ਕਲੀਨ ਦਿਖਣਗੇ, ਉਹ ਸਾਰਾ ਕੁਛ ਹੋਊਗਾ, ਠੀਕ ਹੈ। ਬਿਲਕੁਲ। ਹੁਣ ਇੱਥੇ ਸੀਨ ਇਹ ਹੈ ਕਿ ਇੱਕ ਚੀਜ਼ ਸਮਝੋ, ਮੈਂ ਕੋਈ ਲਾਈਕ ਮੰਨ ਲੈਂਦੇ ਮੈਂ ਇੱਕ ਨੋਰਮਲ ਬੰਦਾ ਆ, ਠੀਕ ਹੈ, ਹਾਂਜੀ, ਮੈਂ ਆਪਣਾ ਰੋਜ਼ ਦਾ ਕੰਮ ਕਾਰ ਕਰਦਾ, ਇੱਕ ਟਾਈਮ ਜਿਮ ਜਾਂਦਾ, ਸਾਰਾ ਕੁਛ ਹੋਗਾ, ਅਸੀਂ ਰੋਟੀ ਵੀ ਉਹੀ ਖਾਂਦੇ ਜਿਹੜੀ ਹਰੇਕ ਦੇ ਯੂਨੀਕ ਨਹੀਂ ਕਹਿੰਦੇ, ਜਿਹਨੂੰ ਸਟੈਂਡਰਡ ਹੈ ਜਿਹੜੇ ਆਪਣੇ ਪੰਜਾਬੀ ਘਰੇਲੂ ਘਰ, ਉੱਥੇ ਸਵੇਰੇ ਪਰੌਂਠੇ ਚੱਲਣੇ, ਦੁਪਹਿਰ ਨੂੰ ਰੋਟੀ ਹੈ, ਸ਼ਾਮ ਨੂੰ ਵੀ ਰੋਟੀ ਹੋਈ ਹੈ ਸਬਜ਼ੀ ਨਾਲ, ਉਸ ਤੋਂ ਦੁੱਧ ਪੀ ਕੇ ਸਾਰੇ ਸੌ ਜਾਣਾ ਹੁੰਦਾ, ਆਹੀ ਸਾਡਾ ਰੂਟੀਨ ਹੈ, ਕੋਈ ਹਾਰਡ ਐਂਡ ਫਾਸਟ ਨਹੀਂ ਸਾਡੇ ਪੰਜਾਬੀ, ਪਰ ਇਹ ਜਿਹੜੀ ਡਾਇਟ ਪਿਓਰ ਹੁੰਦੀ ਹੈ ਪਿੰਡਾਂ 'ਚ, ਇਹ ਇੱਕ ਚੀਜ਼ ਹੈ, ਡਾਇਟ ਪਿਓਰ ਹੈ, ਪਿਓਰ ਹੈ, ਪਰ ਉਹ ਯਕੀ ਦੇਖੋ ਹਰ ਚੀਜ਼ ਆਪਾਂ ਜਿਹੜੇ ਗੋਲ ਤੇ, ਆਪਣਾ ਗੋਲ ਡਿਸਾਈਡ ਕਰੂਗਾ ਕਿ ਆਪਣੀ ਡਾਇਟ ਕਿਹੜੀ ਵਧੀਆ ਕਿਹੜੀ ਨਹੀਂ।
ਹੁਣ ਦੇਖੋ ਡਾਇਟ ਨਾਲ ਕੋਈ ਫਿਜ਼ੀਕ ਨੂੰ ਚੀਜ਼ ਨੂੰ ਮੇਨਟੇਨ ਨਹੀਂ ਕਰ ਸਕਦਾ। ਮੈਂ ਦੱਸਦਾ ਤੁਹਾਨੂੰ, ਦੇਖੋ ਸਿੰਪਲ ਜੀ ਗੱਲ ਆ, ਦੁੱਧ ਦਹੀਂ ਘਿਓ ਇਹ ਬਹੁਤ ਵਧੀਆ ਹੁੰਦਾ ਸਰੀਰ ਲਈ, ਇਹਦੇ ਤੇ ਹੈਲਦੀ ਫੈਟਸ ਕਹਿੰਦੇ ਨੇ, ਇਸ ਤੋਂ ਬੈਟਰ ਕੁਝ ਨਹੀਂ ਹੁੰਦਾ। ਠੀਕ ਹੈ, ਸਰੀਰ ਆਪਣੇ ਬੜੇ ਬਜ਼ੁਰਗ ਜੇ ਮੰਨ ਲਓ ਵੀ ਆਪਾਂ ਨੂੰ ਸੁਣ ਰਹੇ ਹੋਗੇ ਤਾਂ ਆਬਵੀਅਸਲੀ ਹੋਗਾ ਇਹ ਚੀਜ਼ ਕਹੋਗੇ ਵੀ ਦੁੱਧ ਦਹੀਂ ਤੋਂ ਉੱਪਰ ਕੁਝ ਨਹੀਂ ਹੁੰਦਾ, ਜਿਹੜਾ ਘਰ ਦਾ ਕੱਢੇ ਉਹ ਤਾਂ ਬਹੁਤ ਜ਼ਿਆਦਾ ਅੱਛਾ ਕਹਿੰਦੇ। ਹੁਣ ਇੱਕ ਚੀਜ਼ ਸਮਝੋ, ਜਦੋਂ ਅਸੀਂ ਬਾਡੀ ਬਿਲਡਿੰਗ ਲਈ ਜਾਂਦੇ ਹਾਂ, ਜਦੋਂ ਅਸੀਂ ਕੰਪੀਟੀਸ਼ਨ ਤੇ ਚੜ੍ਹਨ, ਸਟੇਜ ਤੇ ਚੜ੍ਹਦੇ ਹਾਂ, ਕੰਪੀਟੀਸ਼ਨ ਲਈ ਤਿਆਰੀ ਕਰਦੇ ਹਾਂ, ਅਸੀਂ ਦੁੱਧ ਦਹੀਂ ਬੰਦ ਕਰ ਦਿੰਦੇ ਹਾਂ, ਕਰਵਾ ਦਿੰਦੇ ਹਾਂ। ਮੈਂ ਸੁਣਿਆ ਸ਼ੂਗਰ ਵੀ ਬੰਦ ਕਰਦੇ ਨੇ, ਬਿਲਕੁਲ ਕਰਦੇ ਆ, ਫਿਰ ਉਹ ਤਾਂ ਗਲਤ ਗੱਲ ਨੀ, ਕਿਉਂਕਿ ਆਸ ਤੋਂ ਜੇ ਆਪਾਂ ਕਾਫੀ ਸਾਲ ਪਹਿਲਾਂ ਦੇਖੀਏ ਪ੍ਰੋਟੀਨ ਪਾਊਡਰ ਜਾਂ ਸੋਰਸ ਆਫ ਪ੍ਰੋਟੀਨ ਦਾ ਕੋਈ ਗਿਣਦਾ ਹੀ ਨਹੀਂ, ਖੁਰਾਕਾਂ ਹੀ ਹਾਂ ਸੀਗੀਆਂ। ਹਾਦੋ ਸਭ ਤੋਂ ਫੇਮਸ ਚਨੇ, ਉਹ ਵੀ ਇਨਫਲੂਐਂਸ ਕਾਫੀ ਚੱਲੇ ਆ, ਸੱਤੂ ਪਾਊਡਰ ਜਿਹਨੂੰ ਅਸੀਂ ਕਹਿ ਦਿੰਦੇ। ਦੇਖੋ ਮੈਂ ਤੁਹਾਨੂੰ ਦੱਸਦਾ, ਥਿੰਗ ਇਸ ਕੀ ਗੱਲ ਹੋਣੀ ਆ, ਜਿਹੜੇ ਮੰਨ ਲਓ ਪਹਿਲਵਾਨ ਨੇ, ਪਹਿਲਵਾਨੀ ਕਰਨੀ, ਰੈਸਲਿੰਗ ਕਰਨੀ ਆ, ਕਿਸੇ ਨੇ ਕਬੱਡੀ ਖੇਲਣੀ ਆ, ਤੁਹਾਡਾ ਗੋਲ ਕੀ ਆ, ਬਾਡੀ ਬਿਲਡਰ ਬਣਨਾ ਹੈ ਕਿ ਤੁਸੀਂ ਪਹਿਲਵਾਨ ਬਣਨਾ, ਉਹ ਚੀਜ਼ ਉਹ ਡਿਸਾਈਡ ਕਰੂਗੀ ਕਿ ਤੁਹਾਡੇ ਲਈ ਬੈਸਟ ਡਾਇਟ ਕਿਆ ਆ। ਹੁਣ ਤੁਸੀਂ ਮੈਨੂੰ ਕਹਿ ਦੋ ਕਿ ਯਾਰ ਮੈਂ ਤਾਂ ਭਲਵਾਨੀ ਕਰਨੀ ਆ, ਮੈਂ ਦੁੱਧ ਦਹੀਂ ਘਿਓ ਜ਼ਿਆਦਾ ਕਰੂੰਗਾ ਈਵਨ ਤੁਹਾਡੀ ਡਾਇਟ ਚ, ਬਟ ਤੁਸੀਂ ਕਹਿੰਦੇ ਮੈਂ ਬਾਡੀ ਬਿਲਡਰ ਬਣਨਾ, ਮੈਂ ਕਟਸ ਲਿਆਉਣੇ ਆ, ਉਹਦੇ ਚ ਮੈਨੂੰ ਉਹ ਚੀਜ਼ਾਂ ਘਟਾਉਣੀਆਂ ਪੈਣੀਆਂ। ਨੋ ਡਾਇਟ ਇਜ਼ ਬੈਡ ਐਂਡ ਨੋ ਡਾਇਟ ਇਜ਼ ਗੁੱਡ, ਥਿੰਗ ਇਜ਼ ਤੁਹਾਡੇ ਗੋਲ ਦੇ ਹਿਸਾਬ ਨਾਲ ਪਤਾ ਲੱਗੂਗਾ ਕਿਹੜੀ ਡਾਇਟ ਗੁੱਡ ਆ ਜਾਂ ਬੈਡ ਆ, ਏਦਾਂ ਹੁੰਦਾ ਆ ਇਹ। ਸੋ ਦਿਸ ਇਜ਼ ਹਾਓ ਇਟ ਵਿਲ ਬੀ। ਤੁਸੀਂ ਹੁਣ ਮੈਨੂੰ ਗੱਲ ਕਹੀ ਕਿ ਡਾਇਟ ਨਾਲ ਹੀ ਸਾਰਾ ਕੁਝ ਚੱਲਦਾ, ਬਟ ਡਾਇਟ ਫਿਰ ਕੋਸਟਲੀ ਵੀ ਹੁੰਦੀ ਹਰ ਇੱਕ, ਕਿਉਂਕਿ ਅੱਜ ਦੇ ਟਾਈਮ ਮੈਂ ਤੁਹਾਨੂੰ ਦੱਸਦਾ, ਐਜ਼ ਅ ਟੀਨ ਆਪਾਂ ਗੱਲ ਕਰੀਏ, ਐਜ਼ ਅ ਯੂਥ ਦੇ ਆਪਾਂ ਗੱਲ ਕਰੀਏ, ਹਰ ਇੱਕ ਬੰਦਾ ਉਸ ਲੈਵਲ ਤੇ ਨਹੀਂ ਜਿਸ ਤੇ ਅਸੀਂ ਲੋਕਾਂ ਨੂੰ ਦੇਖਦੇ ਹਾਂ, ਜਾਂ ਹਰ ਇੱਕ ਬੰਦਾ ਘਰੋਂ ਚੀਜ਼ ਨਹੀਂ ਅਫੋਰਡ ਕਰ ਸਕਦਾ, ਤਾਂ ਫਿਰ ਕੋਈ ਹੁਣ ਪਿੱਛੇ ਜੀ ਮਿੱਥ ਮੈਂ ਕਿਉਂ ਸੱਤੂ ਪਾਊਡਰ ਤੇ ਆ ਰਿਹਾ, ਕਿਉਂਕਿ ਬਹੁਤ ਜ਼ਿਆਦਾ ਚੱਲਿਆ ਸੀਗਾ। ਜੇ ਆਪਾਂ ਇੰਸਟਾ ਸਕਰੋਲ ਕਰੀਏ, ਸਭ ਤੋਂ ਉੱਪਰ ਉਹ ਅੰਕਲ ਦੀ ਵੀਡੀਓ ਆਉਂਦੀ ਸੀ ਤੇ ਹੁੰਦਾ ਜੀ ਕਿ ਇਹ 6 ਗ੍ਰਾਮ ਚਨਾ ਲੈ ਲਓ, 2 ਗ੍ਰਾਮ ਗੁੜ ਲੈ ਲਓ, ਹੋਰ ਡਾਲੋ ਦੂਰ ਡਾਲੋ ਸੱਤੂ ਪਾਊਡਰ ਪੀਓ, ਤਾਂ ਉਸਦਾ ਕਹਿੰਦੇ ਨੇ ਕੇਲੇ ਦਾ ਸ਼ੇਕ ਬਣਾਉਗਾ ਪ੍ਰੋਟੀਨ ਵੱਧ ਜਾਂਦਾ, ਇਹ ਮਿੱਥ ਹੈ ਕਿ ਕਿਆ ਹੈ? ਦੇਖੋ ਸਾਡੇ ਜਿਹੜੇ ਟੀਨ ਆ ਉਹਨਾਂ ਤਾਂ ਇਹੀ ਸੋਚਣਾ ਕਿ ਅੱਛਾ ਬਾਈ ਕੇਲਾ ਹੈ, ਚਲੋ 20 ਰੁਪਏ ਦੇ ਕੇਲੇ ਲੈ ਕੇ ਰੋਜ਼ ਸਰੋਂ ਛਿਲ ਕੇ ਖਾ ਲਿਆ ਕਰਨੇ, ਪਰ ਉਹ ਚੀਜ਼ ਹੁਣ ਜ਼ਿਆਦਾ ਨਹੀਂ ਕਰ ਸਕਦਾ ਉੱਥੇ ਤੱਕ, ਫਿਰ ਡਾਇਟ ਨਾਲ ਤਾਂ ਫਿਰ ਨਹੀਂ ਬਾਡੀ ਬਣਾ ਪਾਊਗਾ ਇਸ ਤਰੀਕੇ ਨਾਲ। ਦੇਖੋ ਸਿੰਪਲ ਜੀ ਗੱਲ ਤੁਹਾਨੂੰ ਮੈਂ ਦੱਸਦਾ, ਆ ਚੀਜ਼ਾਂ ਸ਼ੁਰੂ ਕਿੱਥੋਂ ਹੋਈਆਂ, ਠੀਕ ਆ? ਇਹ ਐਕਚੁਅਲੀ ਸ਼ੁਰੂ ਹੀ ਇੱਦਾਂ ਹੋਈ ਹੈ ਕਿ ਇੱਕ ਚੀਜ਼ ਪਹਿਲਾਂ ਇੱਕ ਚੀਜ਼ ਆ ਸਮਝੋ ਕਿ ਪ੍ਰੋਟੀਨ ਆਪਾਂ ਨੂੰ ਕਿਉਂ ਚਾਹੀਦਾ ਆ, ਮੋਟੇ ਮੋਟੇ ਮਸਲ ਰਿਕਵਰੀ ਵਾਸਤੇ ਨਹੀਂ, ਐਕਚੁਅਲੀ ਰਿਕਵਰੀ ਤਾਂ ਕਰਦਾ ਹੀ ਕਰਦਾ ਆ, ਇਹਨੂੰ ਮੋਟਾ ਮੋਟਾ ਮਤਲਬ ਸਿੰਪਲ ਲੈਂਗੁਏਜ ਮੈਂ ਦੱਸਾਂ, ਤੁਹਾਡਾ ਮਸਲ ਬਣਨਾ ਹੀ ਪ੍ਰੋਟੀਨ ਨਾਲ, ਗੱਲ ਪਾਉਂਗੀ ਡੋਲੇ ਦੀ ਪੀਕ ਆ, ਪੂਰੇ ਦਾ ਪੂਰਾ ਡੋਲਾ ਹੀ ਪ੍ਰੋਟੀਨ ਦਾ ਬਣਨਾ ਆ। ਅੱਛਾ, ਮਸਲਸ ਬਣਦੇ ਹੀ ਪ੍ਰੋਟੀਨ, ਹਾਂ ਪ੍ਰੋਟੀਨ ਦੇ ਨਾਲ ਹੀ ਮਸਲ ਬਣਦਾ ਆ, ਤਾਂ ਕਰਕੇ ਆ ਐਡੀ ਗੱਲ ਚੱਲਦੀ ਹੈ ਕਿ ਜਦੋਂ ਵੀ ਬੰਦਾ ਜਿਮ ਜਾਂਦਾ ਬਾਈ ਪ੍ਰੋਟੀਨ ਖਾ ਪ੍ਰੋਟੀਨ ਖਾ, ਆਂਡੇ ਖਾ ਚਿਕਨ ਖਾ, ਉਹ ਵੀ ਉਹ ਚ ਵੀ ਪ੍ਰੋਟੀਨ ਹੁੰਦਾ ਹੈ, ਹਾਈ ਫਾਈਬਰ ਜਾਂ ਹਾਈ ਪ੍ਰੋਟੀਨ। ਸੋ ਆਪਾਂ ਨੂੰ ਵੈਨ ਯੂ ਆਰ ਡੂਇੰਗ ਫਿਜ਼ੀਕਲ ਐਕਟੀਵਿਟੀ ਆਪਾਂ ਨੂੰ ਪ੍ਰੋਟੀਨ ਦਾ ਇਨਟੇਕ ਵਧਾਉਣਾ ਹੁੰਦਾ ਆ, ਵਨ ਥਿੰਗ, ਠੀਕ ਹੈ, ਕੰਸੀਡਰ। ਹੁਣ ਇੱਥੇ ਪ੍ਰੋਬਲਮ ਹੋ ਜਾਂਦੀ ਹੈ, ਇੱਥੇ ਪ੍ਰੋਬਲਮ ਕਿਆ ਹੋ ਜਾਂਦੀ ਹੈ, ਜਾਂ ਤਾਂ ਬੰਦਾ ਵੈਜ ਹੁੰਦਾ ਜਾਂ ਨਾਨ ਵੈਜ ਹੁੰਦਾ, ਸੋ ਜਦੋਂ ਬੰਦਾ ਵੈਜ ਹੁੰਦਾ ਉਹਦੇ ਕੋਲ ਲੀਨ ਸੋਰਸ ਪ੍ਰੋਟੀਨ ਦੇ ਘੱਟ ਹੁੰਦੇ ਨੇ, ਦੈਟ ਇਜ਼ ਲੀਨ ਸੋਰਸ ਪ੍ਰੋਟੀਨ। ਹਾਂ, ਲੀਨ ਸੋਰਸ ਪ੍ਰੋਟੀਨ ਦਾ ਮਤਲਬ ਹੈ ਕਿ ਤੁਸੀਂ ਜਿਹੜੀ ਚੀਜ਼ ਖਾ ਰਹੇ ਹੋ ਉਹਦੇ ਚ 80-90% ਸਿਰਫ ਪ੍ਰੋਟੀਨ ਹੋਣਾ ਚਾਹੀਦਾ, ਬਾਕੀ ਫੈਟਸ ਕਾਰਬਸ ਘੱਟ, ਉਹ ਘੱਟ ਹੋਣੇ ਚਾਹੀਦੇ ਆ, ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਆ, ਠੀਕ ਹੈ? ਜੋ ਸਭ ਤੋਂ ਜ਼ਿਆਦਾ ਹੁੰਦੀ ਹੈ ਅੰਡੇ ਚਿਕਨ ਦੇ ਵਿੱਚ, ਠੀਕ ਹੈ? ਅੱਛਾ, ਪ੍ਰੋਟੀਨ ਹੈ, ਪਨੀਰ ਚ ਪ੍ਰੋਟੀਨ ਹੈ, ਮੈਂ ਬਿਲਕੁਲ ਐਗਰੀ ਕਰਦਾ ਇਸ ਚੀਜ਼ ਨੂੰ, ਬਟ ਜੇ ਤੁਹਾਡਾ ਗੋਲ ਬਾਡੀ ਬਿਲਡਿੰਗ ਆ, ਫਿਰ ਉਹ ਪ੍ਰੋਟੀਨ ਦੇ ਨਾਲ ਨਾਲ ਤੁਹਾਨੂੰ ਥੋੜੀ ਜ਼ਿਆਦਾ ਅਮਾਊਂਟ ਚ ਕਾਰਬੋਹਾਈਡਰੇਟਸ ਤੇ ਫੈਟਸ ਵੀ ਮਿਲ ਰਹੇ ਆ, ਉਹ ਗੋਲ ਨੂੰ ਇਫੈਕਟ ਕਰਦਾ, ਫਿਰ ਇਹ ਪ੍ਰੋਬਲਮ ਹੋ ਜਾਂਦੀ ਹੈ। ਸੋ ਮੋਟਾ ਮੋਟਾ ਮੈਂ ਆਹ ਦੱਸਾਂ, ਜੇ ਤੁਸੀਂ
ਅੰਡੇ ਤੇ ਚਿਕਨ ਖਾ ਕੇ ਫੋਰ ਐਗਜ਼ਾਮਪਲ ਬੋਡੀ ਬਣਾਉਂਦੇ ਹੋ ਤਾਂ ਇੱਕ ਲੀਨ ਬੋਡੀ ਦਿਖਦੀ ਹੈ, ਦੈਟ ਇਜ਼ ਤੁਹਾਡੇ ਮਸਲਸ ਜ਼ਿਆਦਾ ਉਹ ਦਿਖਣਗੇ, ਸ਼ਰਡ ਦਿਖਣਗੇ, ਉਹ ਚੀਜ਼ਾਂ ਹੋਣਗੀਆਂ। ਚਿਕਨ ਦਾ ਚਿਕਨ ਕਰੀ ਵੀ ਹੈ, ਅੰਡਾ ਕਰੀ ਵੀ ਹੈ, ਇੱਕ ਚੀਜ਼ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਆ ਗਈਆਂ। ਮੈਂ ਤੁਹਾਨੂੰ ਦੱਸਦਾ ਉਹਦੇ ਤੁਸੀਂ ਬੋਇਲਡ ਖਾਣਾ ਰਹਿ ਗਿਆ ਵੀ ਤਾਂ ਘਰਾਂ ਨੇ ਨਹੀਂ ਅਲਾਉ ਕਰਨਾ, ਮਤਲਬ ਛਿੱਤਰੇ ਫਿਰੇ ਕਰਨੇ ਸਾਰੇ ਸਾਡੇ ਪੰਜਾਬੀ ਘਰ ਨੇ ਇੱਦਾਂ, ਉਹਨਾਂ ਨੇ ਕਹਿਣਾ ਫੇਰ ਖਾਣ ਲੱਗ ਗਿਆ ਸਵਾ ਖੇਤ ਨੂੰ, ਸਾਡਾ ਤਾਂ ਇੱਦਾਂ ਦਾ ਹੀ ਕੰਮ ਹੈ। ਦੇਖੋ ਸਿੰਪਲ ਜੀ ਗੱਲ ਆ, ਜੇ ਕੁਛ ਪਾਉਣਾ ਤਾਂ ਫਿਰ ਉਹਦੇ ਲਈ ਕੁਛ ਸੈਕਰੀਫਾਈਸ ਹੁੰਦੇ ਆ, ਬਿਲਕੁਲ ਹੁੰਦਾ ਹੈ, ਉਹਦੇ ਲਈ ਕੁਛ ਅਲੱਗ ਕਰਨਾ ਪੈਂਦਾ ਆ, ਠੀਕ ਹੈ। ਹੁਣ ਤੁਸੀਂ ਐਡੀ ਗੱਲ ਕਹਿ ਰਹੇ ਵੀ ਘਰ ਦੇ ਐਡੀ ਗੱਲ ਕਹੋਗੇ, ਹੁਣ ਇੱਕ ਚੀਜ਼ ਸਮਝੋ ਇਹਨੂੰ ਪ੍ਰੋਪਰ ਆਪਾਂ ਨੋਰਮਲ ਲੈਂਗੁਏਜ ਗੱਲ ਕਰਦੇ ਆ, ਆਪਣੇ ਪੂਰੇ ਮਹੱਲੇ ਚ ਵੀ ਕਿੰਨੇ ਲੋਕ ਬੋਡੀ ਬਣਾਉਣ ਦੇ ਸੋਚਦੇ ਹੋਣੇ, ਕਿੰਨੇ ਯੰਗਸਟਰ ਵੀ ਮੇਰੀ ਬੋਡੀ ਬਣ ਜਾਵੇ, ਹੁਣ ਹਰ ਇੱਕ ਬੰਦਾ ਉਹੀ ਘਰ ਦੀਆਂ ਰੋਟੀਆਂ ਸਬਜ਼ੀਆਂ ਖਾ ਰਿਹਾ, ਬੋਡੀ ਬਣ ਰਹੀ ਹੈ, ਤੁਹਾਨੂੰ ਸੈਕਰੀਫਾਈਸ ਕਰਨਾ ਪੈਣਾ ਰੋਟੀ ਸਬਜ਼ੀਆਂ ਦਾ, ਤੁਹਾਨੂੰ ਜ਼ਿਆਦਾ ਚੀਜ਼ਾਂ ਨੂੰ ਚੇਂਜ ਕਰਨਾ ਪੈਣਾ, ਤੁਹਾਨੂੰ ਸੈਲਡ ਇੰਟਰੋਡਿਊਸ ਕਰਨਾ ਪੈਣਾ, ਤੁਸੀਂ ਜੇ ਪੋਸੀਬਲੀ ਨੋਨ ਵੈਜ ਹੋ ਸਕਦੇ ਹੋ ਜਾਓ, ਨਹੀਂ ਤਾਂ ਫਿਰ ਇੱਕ ਪ੍ਰੋਟੀਨ ਪਾਊਡਰ ਐਜ਼ ਅ ਸਪਲੀਮੈਂਟ ਯੂਜ਼ ਕਰਨਾ ਪੈਣਾ। ਇਹਦੇ ਚ ਦੋ ਚੀਜ਼ਾਂ, ਪਾਕਟ ਪ੍ਰੈਸ਼ਰ ਮੇਨ ਹੈ, ਦੋ ਚੀਜ਼ ਤਿੰਨ ਚੀਜ਼ ਲਾ ਦੇ, ਥਰਡ ਚੀਜ਼ ਆ ਪਾਕਟ ਪ੍ਰੈਸ਼ਰ, ਕਿਉਂਕਿ ਹਰ ਇੱਕ ਟੀਨ ਜਾਂ ਹਰ ਇੱਕ ਯੰਗਸਟਰ ਉਹ ਅੱਜ ਟਾਈਮ ਚ ਅਰਨ ਨਹੀਂ ਕਰ ਪਾਉਂਦਾ, ਜਾਂ ਆਪਾਂ ਕੁਝ ਕੇਸਿਸ ਕਰ ਪਾਉਂਦੇ ਪਰ ਕੁਝ ਕੇਸ ਮੈਜੋਰਟੀ ਕੇਸਿਸ ਨਹੀਂ ਕਰ ਪਾਉਂਦੇ, ਪਰ ਜੇ ਦੇਖੀ ਵੀ ਉਮਰ ਹੀ ਉਹ ਹੈ, 6 ਤੋਂ ਆਪਾਂ ਲਾਈਏ 14-15 ਸਾਲ ਬੰਦਾ ਪੜ੍ਹਦਾ, ਉਹਨੂੰ ਉਸ ਟਾਈਮ ਕੋਈ ਜ਼ਿਆਦਾ ਸ਼ੌਂਕ ਨਹੀਂ ਹੁੰਦਾ, ਸਾਈਕਲ ਮਿਲ ਜਾਂਦਾ ਉਹ ਗੱਡੀ ਲੈਣ ਲੱਗ ਜਾਂਦਾ, 18 ਤੋਂ ਜਿਹੜੀ 25 ਸਾਲ ਦੀ ਉਮਰ ਹੈ ਉਹਨੂੰ ਕਹਿੰਦੇ ਬੰਦਾ ਮੈਚੋਰ ਹੋਣਾ ਸ਼ੁਰੂ ਹੁੰਦਾ, ਉਹ ਤਾਂ ਟਾਈਮ ਹੁੰਦਾ ਕਹਿੰਦੇ ਜਵਾਨੀ ਹੈ, ਉਹ ਜਵਾਨੀ ਦਾ ਪੀਰੀਅਡ ਆਈ ਗਿਆ, 24 ਤੋਂ ਬਾਅਦ ਤਾਂ ਫਿਰ ਉਹਨੂੰ ਵੀ ਘਰ ਦੀ ਜ਼ਿੰਮੇਵਾਰੀਆਂ ਸਾਹਮਣੇ ਹੀ ਪੈਣੀ। ਦੇਖੋ ਪਤਾ ਕੀ ਹੁੰਦਾ, ਪਾਕਟ ਦਾ ਪ੍ਰੈਸ਼ਰ ਤਾਂ ਹੋਊਗਾ ਹੀ। ਮੈਂ ਨਾ ਤੁਹਾਨੂੰ ਇੱਕ ਚੀਜ਼ ਪੂਰੀ ਲਾਈਕ ਪੂਰੀ ਓਨੈਸਟੀ ਨਾਲ ਕਲੀਅਰ ਕਰ ਦਵਾਂ, ਠੀਕ ਹੈ। ਸੋ ਜੋ ਵੀ ਆਪਣੇ ਵਿਊਅਰ ਸੁਣ ਰਹੇ ਆ, ਸਾਰਿਆਂ ਨੂੰ ਮੈਂ ਆਹ ਚੀਜ਼ ਲਿਟਰਲੀ ਕਨਫਰਮ ਕਰਨਾ ਚਾਹੁੰਦਾ, ਈਵਨ ਮੈਂ ਕੈਮਰੇ ਵੱਲ ਫੇਸ ਕਰਕੇ ਆਹ ਗੱਲ ਕਹੂੰਗਾ ਕਿ ਜੋ ਬੋਡੀ ਬਿਲਡਿੰਗ ਹੈ ਨਾ, ਜੇ ਤੁਸੀਂ ਲਿਟਰਲੀ ਕਿਸੇ ਐਕਟਰ ਤੋਂ ਜਾਂ ਕਿਸੇ ਫਿਟਨੈਸ ਇਨਫਲੂਐਂਸਰ ਤੋਂ ਇਨਫਲੂਐਂਸ ਹੋ ਰਹੇ ਹੋ ਵੀ ਏਦਾਂ ਦੀ ਫਿਜ਼ੀਕ ਬਣਾਉਣੀ ਹੈ, ਠੀਕ ਹੈ, ਤੇ ਤੁਹਾਡੇ ਕੋਲ ਮਨੀ ਨਹੀਂ ਹੈਗੀ, ਪਲੀਜ਼ 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 ਸਾਰੇ ਮੇਰੇ ਭਰਾਓ ਉਹ ਨਾ ਬਣਾਓ, ਬਿਕੋਜ਼ ਬਿਨਾਂ ਪੈਸੇ ਬੋਡੀ ਨਹੀਂ ਬਣਦੀ, ਦਿਸ ਇਜ਼ ਐਨ ਐਕਸਪੈਂਸਿਵ ਸਪੋਰਟ, ਇਹਨੂੰ ਦਿਮਾਗ ਚ ਪਾ ਲਓ। ਉਹ ਅਲੱਗ ਗੱਲ ਹੈ ਕਿ ਤੁਸੀਂ 100 ਦੇ ਵਿੱਚੋਂ 10% ਏਦਾਂ ਦੇ ਲੋਕ ਹੁੰਦੇ ਆ ਜੋ ਜੈਨੇਟਿਕਲੀ ਗਿਫਟਡ ਹੁੰਦੇ ਆ, ਉਹਨਾਂ ਉਹਦਾ ਅਲੱਗ ਚੀਜ਼ ਹੋ ਜਾਂਦੀ ਹੈ, ਉਹਨਾਂ ਨੂੰ ਇੱਕ ਅਪਰ ਹੈਂਡ ਪਹਿਲਾਂ ਹੀ ਮਿਲਿਆ ਹੁੰਦਾ। ਬੋਡੀ ਬਿਲਡਿੰਗ, ਬੋਡੀ ਬਣਾਉਣੀ ਇੱਕ ਐਕਸਪੈਂਸਿਵ ਸਪੋਰਟ ਹੈ, ਤੁਸੀਂ ਕਿਸੇ ਵੀ ਇੱਕ ਬੋਡੀ ਬਿਲਡਰ ਨਾਲ ਗੱਲ ਕਰੋ ਕਿ ਉਹਨੇ ਕਿੰਨਾ ਖਰਚਾ ਲਾਇਆ, ਇੱਕ ਇੱਕ ਕੰਪੀਟੀਸ਼ਨ ਦੇ ਉੱਤੇ 4-4, 5-5 ਲੱਖ ਰੁਪਿਆ ਲੱਗਦਾ ਹੈ, ਠੀਕ ਹੈ, ਬੋਡੀ ਨੂੰ ਬੋਡੀ ਨੂੰ ਹਾਂ ਉਹ ਬਣਾਉਣ ਲਈ, ਉਹ ਦਿਖਾਉਣ ਲਈ, ਠੀਕ ਹੈ। ਤੇ ਅਗੇਨ ਉਸ ਤੋਂ ਵੀ ਘਟੀਆ ਚੀਜ਼ ਪਤਾ ਕੀ ਹੈ, ਤੁਸੀਂ 5 ਲੱਖ ਰੁਪਿਆ ਲਾ ਦੋ ਇੱਕ ਵਾਰ, ਉਦੋਂ ਬਾਅਦ ਵਰਕਆਊਟ ਛੱਡ ਦੋ, ਡਾਇਟ ਛੱਡ ਦੋ, ਉਹ ਵਾਪਸ ਹੋ ਜਾਣਾ ਆ, ਉੱਥੇ ਤੁਸੀਂ ਸਸਟੇਨ ਤੇ ਨਹੀਂ ਕਰੋਗੇ, -5 ਲੱਖ ਬਣ ਜਾਣਾ ਇਹ ਹੋਣਾ ਆ, ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਲਾਉਣਾ ਪੈਣਾ ਆ। ਬੋਡੀ ਬਿਲਡਿੰਗ ਮਤਲਬ ਪਲੀਜ਼ ਡੋਨਟ ਟੇਕ ਇਟ ਪਰਸਨਲੀ, ਪਰ ਬੋਡੀ ਬਿਲਡਿੰਗ ਇੱਕ ਪੈਸੇ ਦਾ ਖੂਹ ਹੈ, ਤੁਸੀਂ ਇਹਨੂੰ ਜਿੰਨਾ ਪੈਸਾ ਦੇਈ ਚੱਲੋਗੇ ਤੁਹਾਡੀ ਬੋਡੀ ਬੈਟਰ ਹੋਈ ਜਾਊਗੀ, ਸੋਹਣੀ ਦਿਖੀ ਜਾਊਗੀ, ਜਿੱਦਣ ਪੈਸਾ ਡਾਇਟ ਵਰਕਆਊਟ ਛੱਡਤਾ ਉਦਣ ਇਹਨੇ ਡ੍ਰੌਪ ਹੋਣਾ ਹੀ ਹੋਣਾ ਹੈ। ਸੱਤੂ ਪਾਊਡਰ ਇੱਕ ਬਹੁਤ ਵੱਡਾ ਮਿਥ ਸੀਗਾ, ਮੈਂ ਸਾਰਿਆਂ ਨੂੰ ਕਹਿੰਦਾ ਬਾਈ ਜਿਹਨਾਂ ਨੂੰ ਵੀ ਹਰਟ ਹੁੰਦਾ ਸੋਰੀ, ਬਟ ਸੱਤੂ ਪਾਊਡਰ ਇੱਕ ਮਿਥ ਸੀਗਾ, ਇਹ ਮੈਂ ਵੀ ਖੁਦ ਪਰਸਨਲੀ ਸਟੱਡੀ ਕੀਤਾ। ਤੁਹਾਨੂੰ ਕੋਈ ਲੱਗਦਾ ਚਣੇ ਖਾ ਕੇ ਬੋਡੀ ਬਣ ਜੂਗੀ? ਚਣੇ ਇੱਕ ਗੁੱਡ ਸੋਰਸ ਜ਼ਰੂਰ ਹੈ, ਸਾਡੇ ਬਜ਼ੁਰਗ ਕਹਿੰਦੇ ਨੀ ਤੇ ਤੜਕੇ ਉੱਠ ਗਏ ਜਪਦਾ ਛੋਲੇ, ਇਹ ਵੀ ਗਾਣੇ ਵਿੱਚ ਆਇਆ ਸੀਗਾ ਕਿ ਉਹ ਇੱਕ ਚੀਜ਼ ਸੀਗੀ, ਹਾਂ ਸਾਡੇ ਘਰਾਂ ਜੱਜ ਦੇ ਟਾਈਮ ਚ ਮੇਗਾ ਰਾਤ ਨੂੰ ਛੱਲੇ ਪਏ ਹੁੰਦੇ ਸਵੇਰੇ ਖਾਈ ਜਾਂਦੇ, ਪਰ ਮੇਗਾ ਨੂੰ ਸੋਰਸ ਆਫ ਪ੍ਰੋਟੀਨ ਤਾਂ ਨਹੀਂ ਹੁੰਦਾ। ਅਗੇਨ ਸੋਰਸ ਆਫ ਪ੍ਰੋਟੀਨ ਨਹੀਂ ਹੈ, ਉਹਦੇ ਚ ਕੁਝ ਮਾਤਰਾ ਚ ਪ੍ਰੋਟੀਨ ਹੁੰਦਾ ਹੈ। ਤੁਹਾਡਾ ਕਿੰਨੇ ਸਾਲ ਦਾ ਬੋਡੀ ਐਕਸਪੀਰੀਅੰਸ ਹੈ ਕਿ 7 ਸਾਲ ਦਾ ਬੋਡੀ ਐਕਸਪੀਰੀਅੰਸ? ਮੈਂ 8 ਤੋਂ ਆਈ ਬਿਲੀਵ 9 ਸਾਲ ਤੋਂ ਮੈਂ ਇਸ ਫੀਲਡ ਚ, ਇਸ ਫੀਲਡ ਚ ਤੁਹਾਡੇ ਵਿੱਚ ਵੀ ਕਾਫੀ, ਜਦ ਤੁਸੀਂ ਸ਼ੁਰੂਆਤ ਕੀਤੀ ਹੋਣੀ, ਤੁਸੀਂ ਇੰਨੀ ਅਚੀਵ ਦੀ ਇੰਨੀ ਛੇਤੀ ਅਚੀਵ ਕੀਤੀ ਨਹੀਂ ਹੋਣੀ, ਮੈਂ ਤੁਹਾਨੂੰ ਤੁਸੀਂ ਕਿੱਦਾਂ ਸ਼ੁਰੂਆਤ ਕੀਤੀ? ਕਿ ਤੁਹਾਡੀ ਵੀ ਪਾਕਟ ਬੜੀ ਹੈਵੀ ਹੁੰਦੀ ਸੀ ਪੈਸੇ ਨਾਲ, ਕਿ ਤੁਸੀਂ ਵੀ ਸਾਰੇ ਵਰਗੇ ਤੇ?
ਮੈਂ ਬਿਲਕੁਲ ਮੈਂ ਤੁਹਾਡੇ ਚੋਂ ਨਿਕਲਿਆ, ਮੈਂ ਕੋਈ ਬਹੁਤ ਲਾਈਕ ਅਮੀਰ ਘਰੋਂ ਨਹੀਂ ਸੀਗਾ, ਮੈਂ ਨੋਰਮਲ ਫੈਮਿਲੀ ਚੋਂ ਸੀਗਾ। ਐਕਚੁਅਲੀ ਮੇਰੇ ਕੋਲ ਮੇਰੀ ਸਟੋਰੀ ਹੈ, ਮੈਂ ਉਹ ਲਾਈਕ ਸ਼ੇਅਰ ਕਰ ਸਕਦਾ ਉਸ ਤੋਂ। ਮੈਂ ਇਵਨ ਗਿਵ ਯੂ ਮਾਈ ਟ੍ਰਾਂਸਫੋਰਮੇਸ਼ਨ ਫੋਟੋ, ਤੁਸੀਂ ਪਲੀਜ਼ ਇਹਨੂੰ ਯੂਜ਼ ਕਰਿਓ ਵਿੱਚ, ਸੋ ਉਹਨਾਂ ਨੂੰ ਪਤਾ ਲੱਗੂ ਮੈਂ ਕਿੱਥੋਂ ਕਿੱਦਾਂ ਪਾਉਂਦਾ ਹੈ ਨਾ। ਸੋ ਆਈ ਵਿਲ ਗਿਵ ਯੂ ਮਾਈ ਸਟੋਰੀ। ਮੇਰੀ ਸਟੋਰੀ ਕੁਛ ਏਦਾਂ ਸੀਗੀ ਕਿ ਮੈਂ ਬਹੁਤ ਪਤਲਾ ਹੋਇਆ ਕਰਦਾ ਸੀਗਾ, ਬਹੁਤ ਪਤਲਾ, ਮਤਲਬ ਬਹੁਤ ਹੀ ਪਤਲਾ, ਤੁਸੀਂ ਸੋਚ ਲਓ ਉਦੋਂ ਵੀ ਪਤਲਾ। ਠੀਕ ਹੈ, ਸੋ ਮੇਰਾ ਕੀ ਸੀਗਾ ਕਿ ਮੇਰੀ ਪ੍ਰੋਬਲਮ ਇਹ ਸੀ ਕਿ ਮੇਰਾ ਉਹ ਪਤਲਾ ਪੰਨਾ ਉਹ ਮੇਰੇ ਕੋਨਫੀਡੈਂਸ ਨੂੰ ਹਿੱਟ ਕਰਦਾ ਹੁੰਦਾ ਸੀਗਾ, ਮੈਂ ਕੋਨਫੀਡੈਂਟ ਨਹੀਂ ਸੀਗਾ। ਤੁਸੀਂ ਆਹ ਲਾ ਲਓ, ਮੈਨੂੰ ਕੋਈ ਜੇ ਦਬਕੇ ਨਾਲ, ਮੇਰੇ ਤੋਂ ਥੋੜਾ ਤਕੜੇ ਸਰੀਰ ਵਾਲਾ ਬੰਦਾ ਕੋਈ ਵੀ ਜੇ ਦਬਕੇ ਨਾਲ ਕੁਛ ਵੀ ਗੱਲ ਕਹਿ ਦਿੰਦਾ ਨਾ, ਕੀ ਭਾਵੇਂ ਉਹ ਗੱਲ ਝੂਠ ਵੀ ਹੈ, ਮਤਲਬ ਮੈਨੂੰ ਪਤਾ ਕਿ ਉਹ ਗੱਲ ਗਲਤ ਹੈ, ਮੈਂ ਤਾਂ ਵੀ ਮੰਨ ਲੈਣੀ ਆ। ਫੋਰ ਐਗਜ਼ਾਮਪਲ ਮਤਲਬ ਚਲੋ ਏਡਾ ਬੁੱਝ ਕੋਈ ਨੀ ਹੁੰਦਾ ਕਿ ਸਮਝਾਉਣ ਲਈ ਵੀ ਏਡੀ ਗੱਲ ਕਹੇ ਵੀ ਜੇ ਮੈਨੂੰ ਥੋੜਾ ਜਿਹਾ ਦਬਾਅ ਨਾ, ਮਤਲਬ ਮੈਂ ਮੰਨ ਜਾ, ਮੈਨੂੰ ਪਤਾ ਵੀ ਇੱਥੇ ਨਹੀਂ ਜਾਣਾ, ਨਹੀਂ ਕਰਨਾ, ਧੱਕੇ ਨਾਲ ਵੀ ਜਾ, ਸਰੀਰਿਕ ਜ਼ੋਰ ਹੋਣਾ ਚਾਹੀਦਾ ਗੱਲ ਕਰਨ ਵਾਸਤੇ, ਅੜਨ ਵਾਸਤੇ ਸਰੀਰ ਬਹੁਤ ਮੈਟਰ ਕਰਦਾ। ਤਾਂ ਮੈਂ ਨਾ ਮੈਂ ਏਦਾਂ ਮਤਲਬ ਮੈਂ ਇਹ ਹੋ ਜਾਂਦਾ ਸੀ ਯਾਰ ਯਾਰ ਮਤਲਬ ਮੈਂ ਅਪੋਜ਼ ਨਹੀਂ ਕਰ ਸਕਦਾ ਜੀ, ਇਹ ਚੀਜ਼ ਨੇ ਮੇਰਾ ਕੋਨਫੀਡੈਂਸ ਬਹੁਤ ਗੇਰਿਆ। ਸੋ ਮੈਂ ਕਿਹਾ ਯਾਰ ਵੀ ਇਹ ਤਾਂ ਚੀਜ਼ ਠੀਕ ਨਹੀਂ ਹੈ ਨਾ, ਸੋ ਸਰੀਰ ਬਣਾਓ ਵੀ ਆਈ ਹੁੰਦਾ। ਹੁਣ ਸਿੰਪਲ ਜੀ ਗੱਲ ਆ, ਸਾਰਿਆਂ ਨੂੰ ਪਤਾ ਸਰੀਰ ਬਣਾਓ ਮਤਲਬ ਜਿਮ ਜਾਓ, ਜਿਮ ਜਾਓ, ਕਰ ਲਿਆ ਜਾਓ ਬਸ, ਕੁਛ ਵੀ ਨੀ ਪਤਾ ਸੀਗਾ ਵੀ ਠੀਕ ਹੈ ਵੀ ਜਿਮ ਰਹੋ ਸਰੀਰ ਬਣਦਾ ਹੈ, ਇਹ ਚੀਜ਼ ਨੋ ਨੋਲੇਜ ਕੁਛ ਵੀ ਨਹੀਂ ਸੀਗੀ। ਠੀਕ ਆ, ਠੀਕ ਹੈ ਜੀ, ਮੇਰੇ ਘਰ ਵਾਲੀ ਇੱਕ ਜਿਮ ਸੀਗਾ, ਮੈਂ ਤਾਂ ਨਾਮ ਨੀ ਲਊਂਗਾ ਮੈਂ ਉਹਦਾ, ਐਕਚੁਅਲੀ ਸ਼ਾਇਦ ਆਹੀ ਇੱਕ ਇੰਸੀਡੈਂਟ ਹੈ ਜਿਹਦੇ ਕਰਕੇ ਸ਼ਾਇਦ ਅੱਜ ਮੈਂ ਉਹਦੇ ਬੈਠਾ। ਤੇ ਉਹਨੇ ਮੈਂ ਗਿਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਏਦਾਂ ਏਦਾਂ ਆਪਾਂ ਜੀ ਬੋਡੀ ਬਣਾਉਣੀ ਹੈ ਨਾ ਆਪਣਾ, ਮਤਲਬ ਉਸ ਟਾਈਮ ਤੇ ਸਾਰੇ ਹੀ ਉਹਨੂੰ ਪੈਰੀ ਹੱਥ ਲਾਉਂਦੇ ਹੁੰਦੇ ਸੀਗੇ, ਮੈਂ ਵੀ ਲਾਣੇ ਸ਼ੁਰੂ ਕਰਤੇ ਹਨਾ, ਜੋ ਸਾਡੇ ਉਸਤਾਦ ਆਪਾਂ ਕਹਿੰਦੇ ਉਸਤਾਦ ਰੱਖ ਲਏ ਆਪਾਂ। ਓਕੇ, ਸੋ ਥਿੰਗ ਇਸ ਕਿ ਦੇਖੋ ਮੈਂ ਨਹੀਂ ਕਹਿ ਰਿਹਾ ਕਿ ਤੁਹਾਨੂੰ ਆਪਣੇ ਗੁਰੂ ਦੇ ਉਹਦੇ ਪੈਰੀ ਹੱਥ ਨਹੀਂ ਲਾਉਣੇ ਚਾਹੀਦੇ, ਮੈਂ ਇਵਨ ਮੈਂ ਹਲੇ ਵੀ ਲਾਉਣਾ, ਬਟ ਥਿੰਗ ਇਸ ਕਿ ਜਿਹੜੇ ਬੰਦੇ ਦੇ ਪੈਰੀ ਹੱਥ ਲਾ ਰਹੇ ਹੋ, ਤੁਹਾਡਾ ਗੁਰੂ ਬਣਨ ਦੇ ਲਾਇਕ ਹੈ ਵੀ ਕਿ ਨਹੀਂ, ਇਸ ਹੀ ਹੈਵਿੰਗ ਸਮਥਿੰਗ, ਉਦਾਂ ਦਾ ਕੁਛ ਹੈ ਉਹਦੇ, ਏਦਾਂ ਨਹੀਂ ਹਰ ਇੱਕ ਅੱਗੇ ਨਹੀਂ ਝੁਕੀਦਾ ਹੁੰਦਾ ਆ। ਇਫ ਹੀ ਇਜ਼ ਹੈਵਿੰਗ ਸਮਥਿੰਗ, ਹੀ ਇਜ਼ ਹੈਲਪਿੰਗ ਯੂ ਇਨ ਸਮਥਿੰਗ, ਆਬਵੀਅਸਲੀ ਮੈਂ ਕਹਿੰਦਾ ਲੇਟ ਜੋ ਉਹਦੇ ਪੈਰਾਂ 'ਚ। ਹਾਂ ਬਿਲਕੁਲ ਬਿਲਕੁਲ, ਬਟ ਗਿਆਨ ਜਿਹਨੂੰ ਤੁਸੀਂ ਕਹਿੰਦੇ ਨਾ, ਗਿਆਨ ਹੋਊਗਾ ਤਾਂ ਅਸੀਂ ਸਿੱਖ ਪਾਵਾਂਗੇ। ਆ ਨਹੀਂ ਕਿ ਕੋਈ ਮੰਦਬੁੱਧੀ ਜੀ ਬੰਦੇ ਕੋਲ ਜਾ ਕੇ ਕੋਈ ਫਾਇਦਾ ਨਹੀਂ, ਫਾਇਦਾ ਹੀ ਨਹੀਂ। ਸੌਰੀ ਮਰ ਕਿਸੇ ਨੂੰ ਉਹ ਨਹੀਂ, ਕਿਸੇ ਨੂੰ ਪਰਸਨਲੀ, ਪਰ ਗੱਲ ਇਹ ਸਹੀ ਆ, ਗੁਰੂ ਉਹ ਹੁੰਦਾ ਜਿਹੜਾ ਆਪਣੀ ਚੀਜ਼ ਨੂੰ ਸਿਖਾ ਸਕੇ, ਨਾ ਕਿ ਉਸ ਦੇ ਨਾਲ ਆਪ ਵੀ ਸਿੱਖਣ ਵਾਲਾ ਬਣ ਜੂ। ਅੱਛਾ, ਅੱਗੇ ਚੱਲਦੇ ਹਾਂ। ਮੇਰਾ ਵੀ ਹੋਇਆ ਤੇ ਮੈਂ ਉਹਨਾਂ ਨਾਲ, ਮੈਂ ਕਿਹਾ ਵੀ ਏਦਾਂ ਏਦਾਂ ਬੋਡੀ ਬਣਾਉਣੀ ਹੈ ਜੀ, ਮਤਲਬ ਕਹਿੰਦੇ ਵੀ ਠੀਕ ਹੈ ਆ ਜਾਓ, ਤੇ ਮਹੀਨਾ ਕੁ ਹੋ ਗਿਆ, ਮਹੀਨੇ 'ਚ ਕਿਆ ਰਿਜ਼ਲਟ ਆਉਣੇ, ਕੁਛ ਵੀ ਨਹੀਂ ਆਉਂਦਾ, ਬਟ ਇਹ ਕਿ ਮੈਨੂੰ ਕੁਛ ਨਹੀਂ ਪਤਾ, ਮਤਲਬ ਇੱਕ ਨੋਰਮਲ ਬੰਦਾ, ਮੈਂ ਵੀ ਤੁਹਾਨੂੰ ਵੀ ਜਿਹੜੇ ਮੇਰੇ ਭਰਾ ਪਤਲੇ ਹੋਣਗੇ ਫਿਲਹਾਲ ਹੈ ਨਾ, ਉਹਨਾਂ ਨੂੰ ਸ਼ਾਇਦ ਅੱਜ ਫੀਲ ਕਰ ਸਕਦੇ ਆ ਕਿ ਉਹਨਾਂ ਨੇ ਮਿਹਨਤ ਕਰ ਰਹੇ ਹੋਣੇ, 6-6 ਮਹੀਨੇ ਵੀ ਹੋ ਗਏ ਹੋਣੇ ਮਿਹਨਤ ਕਰ ਰਹੇ ਹੋ, ਬਟ ਰਿਜ਼ਲਟ ਨਹੀਂ ਆ ਰਿਹਾ, ਬੋਡੀ ਪਰ ਮੀਜ ਨਹੀਂ ਹੈਗੀ, ਪਰ ਬਟ ਆਪਾਂ ਸੋਚ ਕੇ ਆ ਜਾਂਦੇ ਆ ਕਿ ਔਰ ਜਿਮ ਲੱਗ ਗਏ ਤਾਂ ਰਿਜ਼ਲਟ ਆ ਜਾਣੇ, ਪਰ ਏਦਾਂ ਹੁੰਦਾ ਨਹੀਂ, ਮੈਨੂੰ ਮਹੀਨਾ ਹੋ ਗਿਆ ਮੈਂ ਕੁਛ ਵੀ ਰਿਜ਼ਲਟ ਨਹੀਂ ਆਇਆ, ਮੈਂ ਉਹਨਾਂ ਨੂੰ ਕਹਾਂਗਾ ਯਾਰ ਭਾਜੀ ਰਿਜ਼ਲਟ ਨਹੀਂ ਆ ਰਿਹਾ, ਕਿਆ ਕਰੀਏ, ਤੇ ਉਹ ਕਹਿੰਦੇ ਬਈ ਏਦਾਂ ਏਦਾਂ ਵੀ ਆਹ ਖਾ ਲਾ ਵੀਰ, ਆਹ ਡੱਬਾ ਲੈ ਜਾ ਤੇ ਤਗੜਾ ਹੋ ਜਾਏਗਾ, ਏਦਾਂ ਏਦਾਂ ਤਗੜਾ ਹੋਣਾ ਸੀਗਾ। ਤੇ ਅਗੇਨ ਉਹੀ ਗੱਲ, ਪੈਸੇ ਤਾਂ ਸੀਗੇ ਨੀ, ਤੇ ਪੈਸੇ ਨੀ, ਕਹਿੰਦੇ ਚੱਲ ਤੂੰ ਇੰਨੇ ਦਾ ਇੰਨਾ ਲੈ ਜਾ। ਮੈਂ ਆਈ ਬਿਲੀਵ ਮੈਂ ਗੱਲ ਕਰ ਰਿਹਾ ਉਸ ਤੋਂ 10-12 ਸਾਲ ਪਹਿਲਾਂ ਦੀ, ਸ਼ਾਇਦ ਉਸ ਤੋਂ ਵੀ ਪਹਿਲਾਂ ਦੀ ਥੋੜੀ ਜੀ, ਮੈਂ ਆਪਣੀ ਟੀਨੇਜ ਚ ਸੀਗਾ ਆਈ ਬਿਲੀਵ, ਮੈਂ ਕੁਛ ਨਾ 15-16 ਦਾ ਸੀਗਾ ਉਹ ਟਾਈਮ ਤੇ। ਤੇ ਮੈਂ ਕੀ ਕੀਤਾ, ਉਹਨੇ ਮੈਨੂੰ ਕਿਹਾ ਕਿ ਉਹਨੇ ਮੈਨੂੰ 400-500 ਰੁਪਏ ਦਾ ਸਮਥਿੰਗ 2 ਕਿਲੋ ਪਾਊਡਰ ਦਿੱਤਾ, ਕੋਈ ਪ੍ਰੋਟੀਨ ਪਾਊਡਰ, ਪਾਊਡਰ ਮੈਂ ਨੀ ਕਹਿੰਦਾ ਜੋ ਵੀ ਸੀਗਾ, ਪਾਊਡਰ ਸੀਗਾ, ਕਿਉਂਕਿ ਉਸੇ ਟਾਈਮ ਦੀ ਨੌਲੇਜ ਜਿੰਨੀ ਮੈਨੂੰ ਸੀ, ਮੈਂ ਉਸ ਹਿਸਾਬ ਨਾਲ ਹੀ ਗੱਲ ਕਰੂੰਗਾ ਇੱਥੇ। ਸੋ ਉਹਨਾਂ ਨੇ ਮੈਨੂੰ ਉਹ ਦਿੱਤਾ, ਤੇ ਮੈਂ ਕੀ ਕੀਤਾ, ਮੈਂ ਉਹ, ਮੈਂ ਕਿਹਾ ਚੱਲ ਠੀਕ ਆ, ਮੈਂ ਲੈ ਲਿਆ ਵੀ ਉਹੀ ਆ ਕਿ ਉਸਤਾਦ ਹੈ ਜੋ ਕਹਿਤਾ ਮੰਨ ਲਈ, ਤੇ ਮੈਂ 45 ਕਿਲੋ ਦਾ ਸੀਗਾ ਉਸ ਟਾਈਮ, 400-500 ਦਾ 2 ਕਿਲੋ ਪ੍ਰੋਟੀਨ ਪਾਊਡਰ ਨਹੀਂ ਪਾਊਡਰ ਤੁਸੀਂ ਲਿਆ। ਅੱਛਾ ਅੱਗੇ ਮੈਂ ਦੱਸਿਆ ਕਹਿੰਦੇ ਕਰੇ, ਹੁਣ ਇਹਦੇ ਚੀਜ਼ਾਂ ਥੋੜੀ ਕੋਈ ਦੱਸਦਾ ਹੁੰਦਾ, ਈਵਨ ਮੇਰੇ ਕੋਲ 400-500 ਰੁਪਏ ਵੀ ਨੀ ਸੀਗੇ ਯਾਰ, ਮੈਂ ਮਤਲਬ ਮੈਨੂੰ ਪਤਾ ਮੈਂ ਕਿਵੇਂ ਕਿੱਥੇ ਕੁੱਟ ਕਰਕੇ ਲੈ ਲੈ ਚਲੋ।
ਹੋ ਗਿਆ ਲੈ ਲਿਆ ਠੀਕ ਹੈ। ਸੋ ਕਿਆ ਹੋਇਆ ਮੈਂ 45 ਕਿਲੋ ਦਾ ਸੀਗਾ ਉਹ ਟਾਈਮ ਤੇ 45 ਕੇਜੀ ਮੇਰਾ ਵੇਟ ਸੀ ਥੋੜੀ 16 17 ਇੰਚ ਹਾਂ ਉਮਰ ਸੀ ਹਾਂ ਠੀਕ ਹੈ ਉਸ ਟਾਈਮ ਤੇ ਹਨਾ। ਤੇ ਫਿਰ ਕਿਆ ਹੋਇਆ ਮੈਂ ਉਹਨੂੰ ਯੂਜ਼ ਕੀਤਾ ਐਂਡ ਯੂ ਵਿਲ ਨਾਟ ਬਿਲੀਵ ਮੈਂ ਲਿਟਰਲੀ ਨਾ 10-20 ਦਿਨਾਂ ਦੇ ਵਿੱਚ ਮੇਰਾ 10 ਕਿਲੋ ਵੇਟ ਵੱਧ ਗਿਆ 10 ਕਿਲੋ ਵੇਟ। ਇਮੇਜਿਨ ਕਰੋ 400-500 ਦੀ ਚੀਜ਼ ਨੇ 10-20 ਦਿਨ ਲਾ ਲਓ 20 ਦਿਨਾਂ ਚ 10 ਕਿਲੋ ਵੇਟ ਵੱਧ ਗਿਆ ਜੋ ਮੇਰਾ 15-16 ਸਾਲ ਤੋਂ ਨਹੀਂ ਵੱਧ ਰਿਹਾ। ਮੈਂ 10-20 ਦਿਨਾਂ ਦੇ ਵਿੱਚ ਇੰਨਾ ਉਹ ਕੀਤਾ ਮੈਂ ਲਿਟਰਲੀ 45 ਕਿਲੋ ਤੋਂ 55 ਕਿਲੋ ਦਾ ਹੋ ਗਿਆ। ਤੂੰ ਤਾਂ ਗੁਰੂ ਦੇ ਪੈਰ ਦਾ ਮੈਂ ਰੋ ਗਿਆ ਮੈਂ ਤਾਂ ਲਿਟਰ ਲਿਟਰ ਓਹੋ ਗੁਰੂ ਜੀ ਮਜ਼ਾ ਆ ਗਿਆ ਜੀ। ਆਹੀ ਚੀਜ਼ ਤਾਂ ਚਾਹੀਦੀ ਹੁਣ ਹੋ ਕੀ ਗਿਆ ਉਹ ਡੋਲੇ ਟਾਟ ਹੋ ਗਏ ਆ ਹੋ ਗਏ ਉਹ ਟੀ-ਸ਼ਰਟਾਂ ਫਿੱਟ ਆਉਣ ਲੱਗ ਗਈਆਂ ਨਜ਼ਾਰੇ ਬਣਦੇ ਜੀ। ਪਰ ਇੱਥੇ ਇੱਕ ਛੋਟੀ ਜਿਹੀ ਪ੍ਰੋਬਲਮ ਹੋ ਗਈ ਉਹ ਮੇਰੇ ਹਿਸਾਬ ਨਾਲ ਮੇਰੀ ਲਾਈਫ ਦਾ ਫਸਟ ਤੇ ਕਾਫੀ ਸਾਲਾਂ ਤੱਕ ਲਾਸਟ ਰਿਜ਼ਲਟ ਸੀਗਾ। ਲਾਸਟ ਰਿਜ਼ਲਟ ਜਿਹੜਾ ਸੀਗਾ ਡੋਲ ਡੋਲ ਟਾਈਪ। ਅੱਛਾ ਹੁਣ ਹੋਇਆ ਕਿਆ ਨੌਲੇਜ ਤਾਂ ਕੁਛ ਸੀਗੀ ਨਹੀਂ ਉਹ ਡੱਬੇ ਤੋਂ ਬਾਅਦ ਜਦੋਂ ਮੈਨੂੰ 10 ਕਿਲੋ ਆ ਗਏ ਉਸ ਤੋਂ ਬਾਅਦ ਮੈਨੂੰ ਟਰਸਟ ਬਣ ਗਿਆ ਵੀ ਏਦਾਂ ਦੀ ਚੀਜ਼ਾਂ ਖਾਈਦੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਫਿਰ ਰਿਜ਼ਲਟ ਆਉਂਦਾ। ਹਾਂ ਮੈਂ ਉਸ ਤੋਂ ਬਾਅਦ ਨਾ ਮੈਂ ਅਲੱਗ ਅਲੱਗ ਜਿਮਸ ਵੀ ਜੁਆਇਨ ਕੀਤੇ ਜਿਵੇਂ ਜਿਵੇਂ ਜਰਨੀ ਵਧਦੀ ਗਈ ਅਲੱਗ ਅਲੱਗ ਸਪਲੀਮੈਂਟਸ ਟਰਾਈ ਕੀਤੇ ਵੀ ਚੱਲ ਏਦਾਂ ਮੈਨੂੰ ਕਦੀ ਰਿਜ਼ਲਟ ਨਹੀਂ ਆਇਆ। ਯੂ ਵਿਲ ਨਾਟ ਬਿਲੀਵ ਮੈਂ ਲਿਟਰਲੀ 5-7 ਲੱਖ ਰੁਪਇਆ ਸਪਲੀਮੈਂਟਸ ਦੇ ਉੱਤੇ ਲਾਤਾ। ਇਵਨ ਮੈਂ ਇਹਦੇ ਵਿੱਚ ਬਾਹਰੋਂ ਵੀ ਸਪਲੀਮੈਂਟਸ ਇੰਪੋਰਟ ਕਰਵਾਏ ਵੀ ਮੇ ਬੀ ਮੈਂ ਲੱਗਦਾ ਸੀਗਾ ਸ਼ਾਇਦ ਇੰਡੀਆ ਚ ਓਰੀਜਨਲ ਨਹੀਂ ਆ ਰਹੇ ਮੈਨੂੰ ਠੀਕ ਨਹੀਂ ਮਿਲ ਰਹੇ ਸਪਲੀਮੈਂਟ ਆਪਾਂ ਕਹਿ ਦਿੰਦੇ ਹਾਂ। ਹਾਂ ਮੈਂ ਉਹ ਵੀ ਇੰਪੋਰਟ ਕਰਾਇਆ ਮਤਲਬ ਮੈਂ ਅਗਲੇ 3-4 ਸਾਲਾਂ ਚ ਬਹੁਤ ਪੈਸਾ ਲਾਇਆ। ਇੱਥੇ ਹੈ ਕਿ ਪ੍ਰੋਟੀਨ ਜਾਂ ਸਪਲੀਮੈਂਟ ਨਾਲ ਬੋਡੀ ਬਣ ਹੀ ਜਾਊਗੀ ਬਿਲਕੁਲ ਮਿੱਥ। ਮਤਲਬ ਜਿਹੜਾ ਕੋਈ ਵਿਊ ਸੋਚ ਰਿਹਾ ਕਿ ਮੈਂ ਪੈਸੇ ਇਕੱਠੇ ਕਰਾਂ 4-5 ਹਜ਼ਾਰ ਰੁਪਏ ਮੈਂ ਜਾ ਕੇ ਮਸ਼ੀਨ ਜਿਹਾ ਸੋਰੀ ਸਪਲੀਮੈਂਟ ਦਾ ਡੱਬਾ ਲਿਆ ਮੈਂ ਕੱਲ ਨੂੰ ਮੇਰੀ ਬੋਡੀ ਬਣ ਜੂ ਮੇਰੀ ਸਹੇਲੀ ਪੜ ਜੂਗੀ। ਦੇਖੋ ਇੱਕੋ ਹੀ ਚੀਜ਼ ਨਾਲ ਬੋਡੀ ਬਣਦੀ ਹੈ ਉਹ ਡਿਸਿਪਲਿਨ ਹੁੰਦਾ ਇੱਕ ਮਸਲ ਮਾਈਂਡ ਕਨੈਕਸ਼ਨ ਵੀ ਆਪਾਂ ਬੜਾ ਉਹ ਅਲੱਗ ਚੀਜ਼ਾਂ ਨੇ ਉਹ ਆਪਾਂ ਜੇ ਮੰਨ ਲਓ ਟ੍ਰੇਨਿੰਗ ਚ ਡੀਪ ਜਾਵਾਂਗੇ ਉਹ ਬਹੁਤ ਅਲੱਗ ਚੀਜ਼ ਦੀਆਂ ਗੱਲਾਂ ਨੇ। ਇਹਦੇ ਲਈ ਆਪਾਂ ਕਦੀ ਹਲ ਤਾਂ ਆਪਾਂ ਇੱਕ ਓਵਰਵਿਊ ਤੇ ਗੱਲ ਕਰ ਰਹੇ ਹਾਂ ਇਹ ਚੀਜ਼ਾਂ ਮੈਂ ਡੀਪ ਹੈ ਕਾਫੀ ਬਹੁਤ ਡੀਪ ਹੈ ਆਪਾਂ ਇਹਦੇ ਤੇ ਗੱਲ ਕਰ ਸਕਦੇ ਹਾਂ ਪਰ ਕਿ ਆਪਾਂ ਇੱਕ ਡਿਫਰੈਂਟ ਟਰੈਕ ਫੜ ਲਾਂਗੇ ਉਹਦੇ ਲਈ ਸੋ ਆਪਾਂ ਉਧਰੋਂ ਵਾਪਸ ਆਉਂਦੇ ਹਾਂ ਯੂਟਨ ਲੈ ਲੈ ਸੋ ਇਹਦੇ ਚ ਕੀ ਆਇਆ ਮੈਂ ਲਾਈਕ ਬਹੁਤ ਸਪਲੀਮੈਂਟਸ ਵਗੈਰਾ ਖਾਏ ਮੇਰੇ ਕੋਲ ਕਦੇ ਰਿਜ਼ਲਟ ਹੀ ਨਹੀਂ ਆਇਆ ਉਦੋਂ ਬਾਅਦ ਬਹੁਤ ਪੈਸਾ ਲਾਇਆ ਨਾ ਹੁਣ ਮੈਂ ਅਗੇਨ ਡਿਪਰੈਸ਼ਨ ਚ ਜਾਣ ਲੱਗ ਗਿਆ ਵੀ ਯਾਰ ਮੈਂ ਏਡਾ ਪੈਸਾ ਲਾਤਾ ਜਿਸ ਮੈਜਿਕ ਤੁਸੀਂ 5-7 ਲੱਖ ਰੁਪਇਆ ਲਾ ਚੁੱਕੇ ਹੋ ਤੇ ਤੁਹਾਡਾ ਰਿਜ਼ਲਟ ਹੀ ਨਹੀਂ ਆ ਰਿਹਾ ਤੁਸੀਂ ਮਿਹਨਤ ਕਰ ਰਹੇ ਹੋ ਸਾਰਾ ਕੁਛ ਕਰ ਰਹੇ ਹੋ ਰਿਜ਼ਲਟ ਨਹੀਂ ਆ ਰਿਹਾ। ਤੇ ਫਿਰ ਮੈਂ ਘੁੰਮਦੇ ਘੁੰਮਾਉਂਦੇ ਸਮ ਹਾਓ ਇੱਕ ਮੇਰਾ ਫਰੈਂਡ ਸੀਗਾ ਉਹਦਾ ਨਾਮ ਹੈ ਰਿਸ਼ੀ ਭੰਡਾਰੀ। ਸੋ ਅਗੇਨ ਜੇ ਰਿਸ਼ੀ ਬ੍ਰਦਰ ਤੁਸੀਂ ਆਹ ਦੇਖ ਰਹੇ ਹੋ ਤਾਂ ਵੈਰੀ ਥੈਂਕ ਯੂ ਤੁਹਾਡੇ ਕਰਕੇ ਮਤਲਬ ਮੇਰਾ ਪਹਿਲਾ ਸਟੈਪ ਸੀਗਾ ਮੈਂ ਉਹ ਯਾਰ ਨੇ ਬਚਾ ਲਏ। ਹਾਂ ਐਗਜ਼ੈਕਟਲੀ ਸੋ ਹੀ ਵਾਸ ਲਾਈਕ ਮਾਈ ਬਿਗ ਬ੍ਰਦਰ ਉਹ ਹੀ ਵਾਸ ਈਸਾ ਸਰਟੀਫਾਈਡ ਉਸ ਟਾਈਮ ਤੇ ਇੰਟਰਨੈਸ਼ਨਲ ਸਪੋਰਟਸ ਸਾਇੰਸ ਐਸੋਸੀਏਸ਼ਨ ਹੋਣਾ ਹੈਗੀ ਉਹ ਅੱਜ ਵੀ ਕੰਟੈਕਟ ਚ ਨੇ ਮੇਰੇ ਉਹ ਅੱਜ ਵੀ ਕੰਟੈਕਟ ਚ ਨੇ ਮੇਰੇ ਮੈਂ ਕਦੀ ਉਹਨਾਂ ਨੂੰ ਭੁੱਲ ਹੀ ਨਹੀਂ ਸਕਦਾ। ਸੋ ਹੀ ਵਾਸ ਦਾ ਫਸਟ ਪਰਸਨ ਜਿਹਨੇ ਮੈਨੂੰ ਲਾਈਕ ਨਾ ਇੱਕ ਰੀਅਲ ਮਤਲਬ ਦੱਸਿਆ ਕਿ ਫਿਟਨੈਸ ਹੁੰਦੀ ਹੈ। ਹਾਂ ਬਈ ਉਹਦੇ ਚ ਵੀ ਇਹ ਚ ਐਜੂਕੇਸ਼ਨ ਵੀ ਮੈਨੂੰ ਸੀਗਾ ਵੀ ਜਾਓ ਮਿਹਨਤ ਕਰੋ ਵੇਟ ਲਾਓ ਬਟ ਠੀਕ ਹੈ ਮੁੱਕ ਗਿਆ ਜਿਮ ਦਾ ਇੰਨਾ ਹੀ ਕੰਮ ਹੈ ਬਟ ਨਹੀਂ ਜਿਮ ਦਾ ਇੰਨਾ ਕੰਮ ਨਹੀਂ ਹੈ ਤੁਸੀਂ ਲਿਟਰਲੀ ਸਟੱਡੀ ਕਰਦੇ ਹੋ ਇਹਦੇ ਚ। ਮੈਂ ਖੁਦ ਮੇਰੀ ਸਾਰੀ ਇੰਟਰਨੈਸ਼ਨਲ ਲੈਵਲ ਤੇ ਸਟੱਡੀ ਹੋਈ ਆ ਮੈਂ ਅਮਰੀਕਾ ਮਲੇਸ਼ੀਆ ਤੇ ਥਾਈਲੈਂਡ ਤੋਂ ਸਰਟੀਫਾਈਡ ਹਾਂ ਠੀਕ ਹੈ ਫਿਟਨੈਸ ਫੀਲਡ ਦੇ ਵਿੱਚ ਈਵਨ ਆਮ ਸਿਵਲ ਇੰਜੀਨੀਅਰ ਬਟ ਮੇਰਾ ਪੈਸ਼ਨ ਸੀਗਾ ਇਹਦੇ ਵਿੱਚ ਸੋ ਮੈਂ ਉਹ ਨਾਲ ਨਾਲ ਉਹ ਵੀ ਕੀਤਾ ਸਾਰਾ ਕੁਛ ਹੈ ਨਾ। ਸੋ ਪ੍ਰੋਪਰ ਮੈਂ ਪੜਿਆ ਨੇ ਇਹਦੇ ਚ ਹਨਾ ਸੋ ਉਹ ਮੈਨੂੰ ਫਿਰ ਜੋ ਸੀਗੇ ਰਿਸ਼ੀ ਬ੍ਰਦਰ ਮੇਰੇ ਉਹ ਮੈਨੂੰ ਲੈ ਕੇ ਗਏ ਕਿਸੇ ਇੱਕ ਲਾਈਕ ਇੱਕ ਬਹੁਤ ਮੈਂ ਲੁਧਿਆਣੇ ਤੋਂ ਹਾਂ ਬੇਸਿਕਲੀ ਹਨਾ ਤੇ ਉੱਥੇ ਹੀ ਨਾ ਸਾਡੇ ਇੱਕ ਸੀਗੇ ਦੀਪਕ ਜੀ ਕਰਕੇ ਉਹਨਾਂ ਦਾ ਹਾਲੇ ਵੀ ਫਿਟਨੈਸ ਪੀਡੀਆ ਨਾਮ ਨਾਲ ਸਟੋਰ ਹੈ ਲੁਧਿਆਣੇ ਚ ਹੀ ਤੇ
ਰਿਸ਼ੀ ਮੈਨੂੰ ਦੀਪਕ ਜੀ ਕੋਲ ਲੈ ਕੇ ਗਏ, ਠੀਕ ਹੈ। ਉਹ ਪਹਿਲਾ ਬੰਦਾ ਸੀਗਾ ਮੇਰੀ ਲਾਈਫ ਦਾ, ਦੀਪਕ ਜੀ ਐਂਡ ਅਗੇਨ ਥੈਂਕਸ ਟੂ ਯੂ, ਜੇ ਤੁਸੀਂ ਵੀ ਸੁਣ ਰਹੇ ਹੋ ਤਾਂ। ਉਹ ਮੇਰਾ ਪਹਿਲਾ ਬੰਦਾ ਸੀਗਾ ਲਾਈਫ ਦਾ ਜਿਹਦਾ ਸਪਲੀਮੈਂਟ ਸਟੋਰ ਸੀਗਾ, ਉਹ ਬੰਦੇ ਨੇ ਮੈਨੂੰ ਡੱਬੇ ਨੀ ਦਿੱਤੇ, ਲੈਣ ਗਿਆ ਮੈਂ ਉਹ ਪਹਿਲਾ ਬੰਦਾ ਸੀਗਾ ਜਿਹਨੇ ਮੈਨੂੰ ਰੋਕਿਆ, ਦਿੱਤੇ ਨੀ ਸਪਲੀਮੈਂਟ। ਉਹਨੇ ਕਿਆ ਕੀਤਾ, ਮੈਂ ਉਹਨੂੰ ਸਾਰੀ ਸਟੋਰੀ ਦੱਸੀ। ਉਸ ਬੰਦੇ ਨੇ ਕੀ ਕੀਤਾ, ਉਸ ਬੰਦੇ ਨੇ ਇੱਕ ਪੇਜ ਦੇ ਉੱਤੇ 4-5 ਟੈਸਟ, ਬਲੱਡ ਟੈਸਟ ਲਿਖ ਕੇ ਦਿੱਤੇ, 4-5 ਬਲੱਡ ਟੈਸਟ। ਹਾਂ ਮੈਨੂੰ ਪਤਾ ਹੀ ਕੁਛ ਨੀ ਸੀਗਾ, ਮੈਂ ਲਿਟਰਲੀ ਮਤਲਬ ਨਾ ਕਿਆ ਚੱਲ ਰਿਹਾ, ਰੋਟੀ ਸਬਜ਼ੀ ਖਾਓ, ਮਾੜੇ ਮੋਟੇ ਸਪਲੀਮੈਂਟ ਖਾਓ, ਮਿਹਨਤ ਕਰੋ, ਬੋਡੀ ਬਣ ਜਾਂਦੀ। ਮੈਨੂੰ ਇੰਨਾ ਕੀ ਸੀਗਾ ਪਤਾ। ਫਿਰ ਮੈਂ ਕਿਹਾ ਚਲੋ ਠੀਕ ਹੈ, ਕਹਿੰਦੇ ਤਾਂ ਕਰ ਲੈਂਦੇ ਹਾਂ ਜੀ। ਫਿਰ ਮੈਂ ਟੈਸਟ ਕਰਾਇਆ, ਕੈਨ ਯੂ ਬਿਲੀਵ ਇਟ ਕਿ 4 ਸਾਲ ਬਾਅਦ ਮੈਨੂੰ ਇਹ ਪਤਾ ਲੱਗਿਆ, ਦੈਟ ਇਜ਼ ਜਦੋਂ ਮੇਰਾ ਪਹਿਲਾ ਰਿਜ਼ਲਟ ਆਇਆ ਸੀ, ਇਹ ਜਰਨੀ ਨੂੰ 4 ਸਾਲ ਹੋ ਗਏ ਸੀਗੇ, 4 ਸਾਲ ਬਾਅਦ ਦੀਪਕ ਜੀ ਮੈਨੂੰ ਮਿਲੇ, 4 ਸਾਲ ਬਾਅਦ ਜਦੋਂ ਮੈਂ ਰਿਪੋਰਟਸ ਲੈ ਕੇ ਉਹਨਾਂ ਕੋਲ ਵਾਪਸ ਆਇਆ, ਮੈਨੂੰ ਪਤਾ ਲੱਗਿਆ ਕਿ ਓਕੇ, ਇਹ ਗੱਲ ਮੇਰੀ ਫੈਮਿਲੀ ਨੂੰ ਵੀ ਨਹੀਂ ਪਤਾ ਜੋ ਮੈਂ ਓਕੇ। ਸੋ 4 ਸਾਲ ਬਾਅਦ ਮੈਨੂੰ ਇਹ ਪਤਾ ਲੱਗਿਆ ਕਿ ਮੇਰੇ ਅੰਦਰ ਜੋ ਟੈਸਟੋਸਟੀਰੋਨ ਹੈ, ਜੋ ਮੇਲ ਮੇਨ ਹਾਰਮੋਨ ਜਿਹਨੂੰ ਟੀ ਲੈਵਲ ਕਹਿੰਦੇ ਆ, ਉਹ ਨਿਲ ਹੋ ਰੱਖਿਆ, ਜ਼ੀਰੋ। ਕੈਨ ਯੂ ਬਿਲੀਵ ਇਟ, ਜ਼ੀਰੋ। ਮੈਂ ਆ ਵੀ ਨਹੀਂ ਕਹਿੰਦਾ ਕਿ ਲੋਅਰ ਸਾਈਡ ਤੇ ਆ, ਬਿਲੋ ਲੈਵਲ ਹੈ ਉਹ, ਜ਼ੀਰੋ, ਖਤਮ, ਜ਼ੀਰੋ। ਤੇ ਇਵਨ ਮੇਰੇ ਕੋਲ ਹਲੇ ਵੀ ਲਾਈਕ ਮੇਰੇ ਵਾਲਟ ਦੇ ਵਿੱਚ ਉਹ ਪਰਚੀ ਹਲੇ ਵੀ ਪਈ ਹੋਈ ਹੈ। ਸੋ ਨੌਲੇਜ ਵੀ ਹੁੰਦੀ ਹੈ, ਸਾਇੰਸ ਵੀ ਹੁੰਦੀ ਹੈ। ਉਸ ਦਿਨ ਮੇਰਾ ਸਾਰਾ ਦਿਮਾਗ ਖਿਲ ਗਿਆ ਜਦੋਂ ਮੈਂ ਉਹ ਰਿਪੋਰਟ ਉਹਨਾਂ ਨੂੰ ਫੜਾਈਆਂ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਤੇਰੇ ਰਿਜ਼ਲਟ ਕਿਵੇਂ ਆ ਜੂਏ, ਕਹਿੰਦੇ ਤੂੰ ਆਹ ਮੰਨ ਕੇ ਚੱਲ, ਤੂੰ ਬਹੁਤ, ਤੂੰ ਰੋਟੀ ਬਣਾਉਣੀ ਆ, ਤੂੰ ਬਹੁਤ ਅੱਛੀ ਕੁਆਲਿਟੀ ਦਾ ਆਟਾ ਲੈ ਕੇ ਆ ਰਿਹਾ, ਠੀਕ ਆ, ਤੂੰ ਬਹੁਤ ਤਰੀਕੇ ਨਾਲ ਉਹਨੂੰ ਉਹ ਕਰ ਰਿਹਾ, ਰੋਟੀ ਗੋਲ ਕਰ ਰਿਹਾ, ਠੀਕ ਆ, ਤੂੰ ਤਵਾ ਬੜਾ ਘੈਂਟ ਯੂਜ਼ ਕੀਤਾ ਆ, ਤੂੰ ਪ੍ਰੋਪਰ ਗੋਲ ਕਰਕੇ ਉਹਨੂੰ ਰੱਖਿਆ ਤਵੇ ਤੇ, ਅੱਗ ਤਾਂ ਹੈ ਨੀ ਤੇ ਤੋਂ ਮੋਟਾ ਮੋਟਾ ਦੱਸਾਂ ਨਾ, ਜਿਵੇਂ ਜਿਵੇਂ ਬੋਡੀ ਦੇ ਵਿੱਚੋਂ ਟੀ ਲੈਵਲ ਜਾਂ ਟੈਸਟੋਸਟੀਰੋਨ ਲੈਵਲਸ ਘਟਦੇ ਜਾਣਗੇ, ਠੀਕ ਹੈ, ਓਦਾਂ ਓਦਾਂ ਬੰਦਾ ਬੁੜਾ ਹੋਈ ਜਾਊਗਾ। ਸੋ ਜਵਾਨੀ ਚ ਪੀਕ ਤੇ ਜਾਂਦੇ ਆ, ਆਫਟਰ ਦੀ ਏਜ ਆਫ 30 ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਂਦਾ। ਪੀਕ ਤੇ ਕਿਉਂ ਨਹੀਂ ਗਏ ਤੁਸੀਂ ਵੀ? ਕਿਉਂਕਿ ਜਿਸ ਟਾਈਮ ਦੇਖੋ, ਜਿਸ ਟਾਈਮ ਦੇ ਵਿੱਚ ਇਹ ਪੀਕ ਤੇ ਜਾਣੇ ਸੀਗੇ, ਉਸ ਟਾਈਮ ਤੇ ਮੈਨੂੰ ਇੱਕ ਅੱਧਾ ਡੱਬਾ ਖਵਾ ਦਿੱਤਾ ਗਿਆ ਜਿਹਦੇ ਵਿੱਚ ਸਟੀਰੋਇਡ ਸੀਗੇ, ਜਿਹਦੇ ਵਿੱਚ ਗੋਲੀਆਂ ਪੀਸ ਕੇ ਮਿਲਾਈਆਂ ਹੋਈਆਂ ਸੀਗੀਆਂ। ਜਿਹੜੇ ਪ੍ਰੋਟੀਨ ਪਾਊਡਰਸ ਹੈ, ਕ੍ਰੀਏਟਿਨ ਹੈ, ਐਲਕੈਟਿਨਾਈਨ ਹੈ, ਇਹ ਸਟੀਰੋਇਡਸ ਨੇ? ਨੋ, ਇਹ ਸਪਲੀਮੈਂਟ, ਦੋ ਅਲੱਗ ਟਰਮਸ ਨੇ। ਸਪਲੀਮੈਂਟਸ ਅਲੱਗ ਚੀਜ਼ ਆ, ਸਟੀਰੋਇਡਸ ਅਲੱਗ ਚੀਜ਼। ਤਾਂ ਸਪਲੀਮੈਂਟਸ ਆਪਾਂ ਕਲੀਅਰ ਕਰਤਾ, ਇਹ ਸਪਲੀਮੈਂਟਸ ਆਰ ਗੁੱਡ, ਸਪਲੀਮੈਂਟਸ ਆਰ ਗੁੱਡ, ਮੈਂ ਬਿਲਕੁਲ ਵੀ ਉਹ ਨਹੀਂ ਹੈਗਾ, ਬਟ ਕਿਹੜਾ ਕਿਹਨੂੰ ਚਾਹੀਦਾ ਉਹ ਮੈਟਰ ਕਰਦਾ ਆ। ਹਰ ਇੱਕ ਸਪਲੀਮੈਂਟ ਹਰ ਇੱਕ ਬੰਦੇ ਲਈ ਨਹੀਂ ਬਣਿਆ ਹੁੰਦਾ, ਮਤਲਬ ਸਪਲੀਮੈਂਟਸ ਵਿੱਚ ਸਿਹਤ ਵਾਸਤੇ ਗੁੱਡ, ਕੋਈ ਬੈਡ ਇਫੈਕਟ ਨਹੀਂ ਹੈਗਾ, ਬਸ ਡੁਪਲੀਕੇਟ ਨਾ ਮਿਲ ਜੇ ਤੁਹਾਨੂੰ ਕਿਸੇ ਗਲਤ ਬੰਦੇ ਦੇ ਹੱਥਾਂ ਨਾ ਚੜ੍ਹ ਜਾਓ, ਦੈਟ ਇਜ਼ ਰੋਂਗ। ਤੁਸੀਂ ਐਦਾਂ ਦੀ ਚੀਜ਼ ਹੋਊਗੀ, ਸਟੀਰੋਇਡਸ ਕਿਆ ਹੋਊਗਾ? ਸਟੀਰੋਇਡਸ ਇਦਾਂ ਲਗਾ ਲਓ ਕਿ ਸਟੀਰੋਇਡਸ ਆਰ ਕਾਈਂਡ ਆਫ
ਅਨਨੈਚੁਰਲ ਸਬਸਟੈਂਸਸ ਜੋ ਕਿ ਸਿੰਥੈਟਿਕਲੀ ਉਹ ਬਣਾਏ ਜਾਂਦੇ ਆ, ਆਰਟੀਫਿਸ਼ੀਅਲ ਹਾਰਮੋਨਸ ਹੁੰਦੇ ਆ ਜੋ ਆਪਾਂ ਬਾਡੀ ਨੂੰ ਦਿੰਦੇ ਆ, ਜਦੋਂ ਸਟੀਰੋਇਡ ਬਾਡੀ ਦੇ ਅੰਦਰ ਗਿਆ ਬਾਡੀ ਨੈਚੁਰਲ ਹਾਰਮੋਨਸ ਪ੍ਰੋਡਿਊਸ ਕਰਨੇ ਬੰਦ ਕਰ ਦਿੰਦੀ ਆ, ਉਹ ਆਰਟੀਫਿਸ਼ੀਅਲੀ ਲੈਣ ਲੱਗ ਜਾਂਦੀ ਆ ਕਿਉਂਕਿ ਉਹਨੂੰ ਬਾਹਰੋਂ ਮਿਲੀ ਜਾਂਦੇ ਆ, ਤਾਂ ਬਾਡੀ ਕਹਿੰਦੇ ਮੈਂ ਕਿਉਂ ਬਣਾਵਾਂ, ਤੈਨੂੰ ਬਾਹਰੋਂ ਮਿਲੀ ਤਾਂ ਜਾ ਰਿਹਾ। ਆਹੀ ਚੀਜ਼ ਮੇਰੇ ਨਾਲ ਹੋਈ, ਉਹ ਡੱਬੇ ਦੇ ਵਿੱਚ ਪਾਊਡਰ ਮਿਕਸ ਕਰਕੇ ਗੋਲੀਆਂ ਦੇ ਓਰਲ ਸਟੀਰੋਇਡ ਸੀ, ਗੋਲੀਆਂ ਪੀਸੀਆਂ ਹੋਈਆਂ ਸੀ। ਹੁਣ ਮੈਨੂੰ ਮੇਰੀ ਟੀਨੇਜ ਜਦੋਂ ਕੋਈ ਚੀਜ਼ ਬਣ, ਹੁਣ ਆਹ ਲਾ ਲਓ ਆਪਾਂ ਮਿੱਟੀ ਦੇ ਬਰਤਨ ਬਣਾਉਂਦੇ ਹਾਂ, ਜਦੋਂ ਬਣਦਾ ਆ ਤੁਸੀਂ ਉਹ ਬਣਦੇ ਬਣਦੇ ਉਹਨੂੰ ਹੱਥ ਪੈਰ ਮਾਰ ਦੋ ਖਰਾਬ ਹੋ ਜਾਊਗਾ, ਪਰ ਉਹ ਜਦੋਂ ਪੱਕ ਜਾਂਦਾ ਤਾਂ ਹੱਥ ਮਾਰ ਦੋ ਖਰਾਬ ਨਹੀਂ ਹੁੰਦਾ। ਹੁਣ ਟੀਨੇਜ ਦੇ ਵਿੱਚ ਹਾਰਮੋਨਸ ਪੀਕ ਤੇ ਨਿਕਲਣੇ ਸੀਗੇ, ਉਸ ਤੋਂ ਪਹਿਲਾਂ ਹੀ ਮੈਨੂੰ ਉਹ ਚੀਜ਼ ਦੇ ਕੇ ਉਹਨੇ ਮੇਰਾ ਨੈਚੁਰਲ ਸ਼ਟ ਡਾਊਨ ਕਰਤਾ, ਖਤਮ ਕਰਤੀ ਸਾਰੀ ਚੀਜ਼ਾਂ। ਹੁਣ ਨੈਚੁਰਲ ਥੋੜੀ ਦੇਰ ਅੰਦਰ ਹੈ, ਬਾਅਦ ਚੋਂ ਨਿਕਲ ਗਿਆ, ਤਾਂ ਮੇਰਾ ਅੰਦਰੋਂ ਦੁਬਾਰਾ ਰੀਸਟਾਰਟ ਹੀ ਨਹੀਂ ਹੋਇਆ। ਜ਼ਿਆਦਾਤਰ ਲੋਕਾਂ ਦਾ ਨੈਚੁਰਲ ਪ੍ਰੋਸੈਸ ਰੀਸਟਾਰਟ ਹੋ ਜਾਂਦਾ ਆ 4-6-9-10 ਮਹੀਨਿਆਂ ਤੱਕ, ਸਾਲ ਤੱਕ ਵੀ, ਬਟ ਮੈਂ ਲਗਾ ਲਓ ਕਿ ਮੇਰੀ ਕਿਸਮਤ ਮਾੜੀ ਸੀਗੀ ਕਿ ਮੇਰਾ ਉਹ ਦੁਬਾਰਾ ਸਟਾਰਟ ਹੀ ਨਹੀਂ ਹੋਇਆ। ਸੋ ਆਪਣਾ ਮੇਰਾ ਟੈਸਟੋਸਟੀਰੋਨ ਪ੍ਰੋਡਿਊਸ ਹੋਣਾ ਬੰਦ ਹੋ ਗਿਆ, ਠੀਕ ਹੈ। ਸੋ ਜਿਹਦੇ ਕਰਕੇ ਮੇਰੀ ਸਾਰੀ ਦੀ ਸਾਰੀ ਮਸਲ ਬਿਲਡਿੰਗ ਮਰ ਗਈ। ਹੁਣ ਇਹ ਚੀਜ਼ ਮੈਂ ਕਰੇ ਨਹੀਂ ਦੱਸ ਸਕਦਾ ਸੀਗਾ, ਨੌਲੇਜ ਦੀ ਕਮੀ ਹੋਣ ਦੇ ਕਾਰਨ ਲੋਕ ਲੈਸਰ ਟੀ ਲੈਵਲਸ ਨੂੰ ਉਹਨੂੰ ਏਦਾਂ ਸਮਝਦੇ ਕਿ ਇਹ ਨਾ ਮਰਦ ਦੀ ਨਿਸ਼ਾਨੀ ਹੈ, ਬਿਲਕੁਲ ਉਹਨੂੰ ਮੈਨਲੀ ਉਹਦੇ ਨਾਲ ਕਰਦੇ ਆ, ਠੀਕ ਹੈ, ਬਟ ਏਦਾਂ ਨਹੀਂ ਹੁੰਦਾ ਹੈਗਾ ਆ। ਤੁਹਾਡੇ ਜੋ ਹਾਰਮੋਨਸ ਹੁੰਦੇ ਆ ਉਹ ਅਲੱਗ ਅਲੱਗ ਤਰੀਕੇ ਨਾਲ ਚੱਲਦੇ ਨੇ, ਠੀਕ ਹੈ, ਔਰ ਬਥੇਰੇ ਕੰਮ ਹੁੰਦੇ ਆ। ਹੁਣ ਮੇਰੇ ਅੰਦਰ ਜੋ ਲੋ ਟੈਸਟ ਲੈਵਲ ਨੇ ਕੀਤਾ ਉਹ ਮੇਰੀ ਮਸਲ ਬਿਲਡਿੰਗ ਰੋਕਤੀ, ਮਸਲ ਬਿਲਡਿੰਗ ਮੇਰਾ ਬਾਕੀ ਸਾਰਾ ਕੁਝ ਠੀਕ ਚੱਲ ਰਿਹਾ ਸੀਗਾ, ਠੀਕ ਹੈ, ਭਾਵੇਂ ਤੁਸੀਂ ਇਹਨੂੰ ਕੁਛ ਵੀ ਲੈ ਕੇ ਚੱਲ ਰਹੇ ਹੋ, ਦਾੜੀ ਦੂੜੀ ਆਉਣੀ, ਫੇਸ਼ਲ ਹੇਅਰਸ ਗਰੋ ਕਰਨੇ, ਬਾਡੀ ਉਹ ਸਾਰਾ ਕੁਝ ਸਹੀ ਸੀਗਾ। ਬਸ ਮੇਰਾ ਮੈਂ ਜਿੰਨੀ ਮਰਜ਼ੀ ਜੋਰ ਲਾ ਲਵਾਂ, ਜਿੰਨਾ ਮਰਜ਼ੀ ਵਰਕਆਊਟ ਕਰ ਲਾਂ, ਡਾਇਟ ਕਲੀਨ ਕਰ ਲਵਾਂ, ਸਪਲੀਮੈਂਟਸ ਲੈ ਲਾਂ, ਮੈਨੂੰ ਰਿਜ਼ਲਟ ਨਹੀਂ ਆਉਂਦੇ ਸੀਗੇ। ਮੇਰਾ ਮਸਲ ਬਿਲਡਿੰਗ ਵਾਲਾ ਫਕਡ ਅਪ ਹੋ ਗਿਆ ਸੀ, ਖਤਮ ਹੋ ਗਿਆ, ਉਹ ਪ੍ਰੋਬਲਮ ਹੋ ਗਈ ਸੀ ਮੇਰਾ ਸਭ ਤੋਂ ਬੜੀ ਚੀਜ਼, ਠੀਕ ਹੈ। ਤੇ ਇਵਨ ਮੈਂ ਆਹ ਵੀ ਕਹਿ ਦਵਾਂ ਕਿ ਦੇਖੋ, ਇਵਨ ਟੈਸਟ ਲੋ ਹੋਣ ਤੋਂ ਬਾਅਦ ਵੀ ਮੇਰਾ ਲਾਈਕ, ਜੇ ਮੈਂ ਦੱਸਾਂ, ਮੈਂ ਆਪਣੇ ਫਿਰ ਬਾਅਦ ਚੋਂ ਦੁਬਾਰਾ ਬਾਕੀ ਟੈਸਟ ਵੀ ਕਰਵਾਏ, ਜਿਹਦੇ 'ਚ ਮੈਂ ਇਵਨ ਸਪਰਮ ਐਨਾਲਿਸਿਸ ਵੀ ਕਰਵਾਇਆ ਆਪਣਾ। ਸੋ ਦੈਟ ਵਾਸ ਗੁੱਡ, ਸੋ ਮੇਰੀ ਸਪਰਮ ਕੁਆਲਿਟੀ ਹਲੇ ਵੀ ਅੱਛੀ ਸੀਗੀ, ਸੋ ਮੈਂ ਇਨਫਰਟਾਈਲ ਨਹੀਂ ਹੋਇਆ ਸੀਗਾ। ਤੁਸੀਂ ਆਲ ਓਕੇ ਸੀਗੇ, ਮੇਰੀ ਉਹ ਚੀਜ਼ ਹੋ ਗਈ, ਹਰ ਇੱਕ ਦੀ ਜ਼ਰੂਰੀ ਨਹੀਂ ਆ ਉਹੀ ਹੋਵੇ, ਕਿਸੇ ਦਾ ਮੇਬੀ ਕਿਸੇ ਦੀ ਸੈਕਸ ਲਾਈਫ ਖਰਾਬ ਹੋ ਸਕਦੀ ਹੈ, ਕੁਝ ਵੀ ਖਰਾਬ ਹੋ ਸਕਦਾ, ਸਟੀਰੋਇਡਸ ਕੁਝ ਵੀ ਕਰ ਸਕਦੇ, ਪੈਰਾਲਾਈਜ਼ ਕਰ ਸਕਦੇ ਨੇ, ਐਕਨੇ ਕਰ ਸਕਦੇ ਨੇ, ਇਵਨ ਡੈਥ ਵੀ ਆ ਸਕਦੀ ਹੈ ਜੇ ਤੁਸੀਂ ਸਟੀਰੋਇਡਸ, ਹਾਂ ਹੁੰਦੀ ਹੈ, ਨਾਰਮਲ ਹੁੰਦੀ ਹੈ। ਤੇ ਇੱਕ ਮੈਂ ਅਲੱਗ ਟੌਪਿਕ ਥੋੜਾ ਆਇਆ ਪਿੱਛੇ, ਜਿਹਨੇ ਇੱਕ ਚੀਜ਼ ਚੱਲੀ ਸੀ ਸਿੰਥੋਲ, ਸਿੰਥੋਲ ਵੀ ਸਟੀਰੋਇਡ ਹੁੰਦਾ? ਸਿੰਥੋਲ ਸਟੀਰੋਇਡ ਨਹੀਂ ਹੁੰਦਾ, ਸਿੰਥੋਲ ਇੱਕ ਆਇਲ ਹੁੰਦਾ ਹੈ, ਠੀਕ ਹੈ, ਆਇਲ ਉਹ ਸਭ ਤੋਂ ਘਟੀਆ ਚੀਜ਼ ਹੈ। ਮੈਂ ਕਹਿੰਦਾ ਵੀ ਵੈਸੇ ਤਾਂ ਸਟੀਰੋਇਡ ਵੀ ਨਾ ਯੂਜ਼ ਕਰੋ, ਮੈਂ ਉਹ ਨਹੀਂ ਕਰ ਰਿਹਾ ਪ੍ਰਮੋਟ, ਪਰ ਫਿਰ ਵੀ ਇੱਕ ਵਾਰ ਸਟੀਰੋਇਡ ਫਿਰ ਵੀ ਕਰ ਲਓ, ਸਿੰਥੋਲ ਨਹੀਂ ਯਾਰ, ਬਹੁਤ ਘਟੀਆ ਚੀਜ਼ ਹੈ। ਸਿੰਥੋਲ ਇਜ਼ ਅ ਕਾਈਂਡ ਆਫ ਜਿਵੇਂ ਵੈਜੀਟੇਬਲ ਆਇਲ ਹੁੰਦਾ ਨਾ, ਆਪਾਂ ਸਬਜ਼ੀਆਂ ਬਣਾਉਂਦੇ ਜਿਹੜੇ ਤੇਲ ਦਾ ਖਾਣਾ ਵਗੈਰਾ ਤਲਦੇ ਬਣਾਉਂਦੇ, ਸੋ ਸਿੰਥੋਲ ਇਜ਼ ਕਾਈਂਡ ਆਫ ਦੈਟ ਆਇਲ, ਉਹ ਆਇਲ ਲੋਕ ਇੰਜੈਕਸ਼ਨ ਚ ਭਰ ਕੇ ਅੰਦਰ ਲਾ ਦਿੰਦੇ ਆ ਮਸਲ ਦੇ, ਮਸਲ ਵਿੱਚ ਗਰੋ, ਜਿਵੇਂ ਹਾਂ ਮਸਲ ਉਹ ਮਸਲ ਨਹੀਂ ਗਰੋ ਕਰਦਾ ਐਕਚੁਅਲੀ, ਇੱਕ ਚੀਜ਼ ਸਮਝੋ, ਹੁਣ ਆ ਮੇਰਾ ਮਸਲ ਆ, ਹੁਣ ਮੈਂ ਇਹਦੇ ਅੰਦਰ ਜਦੋਂ ਸਿੰਥੋਲ ਪਾਤਾ ਨਾ, ਹੁਣ ਬਾਡੀ ਨੇ ਨਾ ਉਹ ਸਿੰਥੋਲ ਨੂੰ ਅੰਦਰ ਲੈਣਾ ਨੀ, ਹਾਂਜੀ ਨਹੀਂ, ਬਾਡੀ ਨੇ ਕੀ ਕਰਨਾ ਉਹਨੂੰ ਪੁਸ਼ ਕਰਨਾ ਕਿ ਤੂੰ ਬਾਹਰ ਜਾ, ਉੱਪਰ ਰੱਖਣਾ, ਪਰ ਉੱਪਰ ਸਕਿਨ ਆ ਗਈ, ਹੁਣ ਸਕਿਨ ਪਾੜ ਕੇ ਬਾਹਰੋਂ ਆ ਨਹੀਂ ਸਕਦਾ, ਸੋ ਫਿਰ ਉਹ ਉੱਪਰ ਹੀ ਸੈਟਲ ਹੋ ਜਾਂਦਾ, ਮਸਲ ਮਸਲ ਦੇ ਉੱਪਰ ਸਿੰਥੋਲ, ਉੱਪਰ ਸਕਿਨ, ਹਾਂ ਏਦਾਂ ਉਹ ਵਿੱਚ ਨਹੀਂ ਜਾਂਦਾ ਮਸਲ, ਉਹਨੂੰ ਪੀਕ ਦੇ ਦਿੰਦੀ ਇੱਕ ਬਾਡੀ ਨੂੰ ਹੋਰ ਹੈਵੀ ਜੀ ਨੂੰ ਕਰਾਉਂਦੀ, ਇਹਨੂੰ ਨਾ ਐਕਚੁਅਲੀ ਅਰੇ ਨਹੀਂ ਬਹੁਤ ਘਟੀਆ ਲੱਗਦੀ ਹੈ ਯਾਰ ਬਾਡੀ ਸਿੰਥੋਲ ਵਾਲੇ, ਤੁਸੀਂ ਸਰਚ ਕਰਿਓ ਸਿੰਥੋਲ ਬਾਡੀ ਬਿਲਡਰ, ਬਹੁਤ ਗੰਦੇ ਲੱਗਦੇ ਆ, ਪਤਾ ਨੀ ਲੋਕ ਕਿਵੇਂ ਕਰ ਲੈਂਦੇ ਨੇ, ਇਵਨ 22 ਇੰਚ ਦੀਆਂ ਆਰਮਸ ਕੀਤੀਆਂ ਹੋਈਆਂ ਲੋਕਾਂ ਨੇ ਸਿੰਥੋਲ ਯੂਜ਼ ਕਰਕੇ, ਇੰਨੇ ਗੰਦੇ ਲੱਗਦੇ ਆ, ਜਿੰਨੇ ਵੀ ਹਰ ਇੱਕ ਬਾਡੀ ਮਤਲਬ ਅਚੀਵ ਕੀਤੀ ਜਾ ਸਕਦੀ ਹੈ 22 ਇੰਚ ਦਾ ਡੋਲਾ, ਕਿ ਸਿਰਫ ਸਿੰਥੋਲ ਅਚੀਵ ਕਰ ਸਕਦਾ, ਨਹੀਂ 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 ਦੇਖੋ ਏਦਾਂ ਕਿ ਅਗੇਨ
ਤੁਹਾਡੇ ਜੈਨੇਟਿਕਸ ਬਹੁਤ ਰੋਲ ਪਲੇ ਕਰੋਗੇ ਇਸ ਚੀਜ਼ ਦੇ ਵਿੱਚ, ਤੁਹਾਡੇ ਜੈਨੇਟਿਕਸ ਕਿੱਦਾਂ ਦੇ ਆ, ਠੀਕ ਹੈ, ਉਸ ਤੋਂ ਬਾਅਦ ਤੁਹਾਡੀ ਮਿਹਨਤ ਕਿੱਦਾਂ ਦੀ ਹੈ, ਤੁਹਾਡਾ ਡਿਸਿਪਲਿਨ ਕਿੱਦਾਂ ਦਾ, ਮਤਲਬ ਅਚੀਵ ਕੀਤੇ ਜਾ ਸਕਦੇ, ਪੋਸਿਬਿਲਿਟੀ ਹੈ ਅਚੀਵ ਹੋ ਜਾਏ ਵਿਦ ਟਾਈਮ, ਮਤਲਬ ਕਿ ਸੁਣਾਗਾ ਜਿਹੜਾ ਬਾਇਮੈਟੋਲਾ ਮਤਲਬ ਉਹਨੇ ਸਿੰਥੋਲ ਲਾਇਆ, ਨਹੀਂ 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 ਜ਼ਰੂਰੀ ਨਹੀਂ ਹੈ, ਜ਼ਰੂਰੀ ਨਹੀਂ ਹੈ, ਸੋ ਮੈਂ ਕਦੇ ਵੀ ਕਿਸੇ ਨੂੰ ਆਣੀ ਜੀ ਬਹੁਤੇ ਬੰਦੇ ਦੀ ਮਿਹਨਤ ਵੀ ਹੋ ਸਕਦੀ, ਉਹਦਾ ਜੈਨੇਟਿਕਸ ਬਹੁਤ ਅੱਛੇ ਹੋ ਸਕਦੇ, ਪੋਸਿਬਿਲਿਟੀ ਹੈ ਕਿ ਉਹਦਾ ਬਾਈਸੈਪ ਬਾਕੀ ਬੋਡੀ ਨਾਲੋਂ ਜ਼ਿਆਦਾ ਡੋਮੀਨੈਂਟ ਹੋਵੇ ਪਹਿਲਾਂ ਹੀ, ਜ਼ਿਆਦਾ ਫੋਕਸ ਹੀ ਬਾਈਸੈਪਸ ਤੇ ਕੀਤਾ, ਨਹੀਂ ਉਹ ਚੀਜ਼ ਗਲਤ ਹੋ ਜਾਂਦੀ ਆ, ਉਹਦੇ ਨਾਲ ਨਹੀਂ ਬਣੂਗਾ ਕਦੇ। ਡੋਮੀਨੈਂਟ ਦਾ ਮਤਲਬ ਇਹ ਹੋ ਗਿਆ ਕਿ ਕਈ ਵਾਰ ਹੁੰਦਾ ਨਾ ਆਪਾਂ ਕਿਸੇ ਨੂੰ ਦੇਖਦੇ ਆ ਵੀ ਇਹਦੀ ਜਿਵੇਂ ਕਈ ਬੰਦੇ ਐਕਸੈਸਿਵਲੀ ਹਾਈਟ ਜ਼ਿਆਦਾ ਹੁੰਦੀ ਆ ਨਾ, ਸੋ ਇਦਾਂ ਹੀ ਕਈਆਂ ਦੀ ਚੈਸਟ ਜ਼ਿਆਦਾ ਘੈਂਟ ਹੁੰਦੀ, ਕਈਆਂ ਦਾ ਸ਼ੋਲਡਰ, ਕਈਆਂ ਦਾ, ਕਈਆਂ ਦੀ ਬੋਡੀ ਨਾਲ ਆਮ ਸਾਈਜ਼ ਵੱਡਾ ਹੁੰਦਾ, ਬਿਲਕੁਲ ਹੁੰਦਾ, ਉਹ ਹੁੰਦਾ ਕਿ ਜੈਨੇਟਿਕਲੀ ਥੋੜਾ ਜਿਹਾ ਉਹ ਮਤਲਬ ਗੋਡ ਗਿਫਟ ਹੁੰਦਾ ਆ ਉੱਥੇ, ਹੈ ਨਾ, ਸੋ ਅਚੀਵੇਬਲ ਹੈ, ਬਟ ਇਹ ਕਿ ਆਪਾਂ ਮਤਲਬ ਮੈਂ ਵਨ ਆਨਸਰ ਇਹਦਾ ਦੇ ਨਹੀਂ ਸਕਦਾ, ਮੇਬੀ ਸਟੀਰੋਇਡਸ ਯੂਜ਼ ਕੀਤੇ ਹੋਣ, ਸਿੰਥੋਲਾ ਤਾਂ ਅਲੱਗ ਹੀ ਪਤਾ ਲੱਗ ਜਾਊਗਾ ਸਿੰਪਲ। ਚਲੋ ਆਪਾਂ ਵਾਪਸ ਟੌਪਿਕ ਕਰਦੇ ਹਾਂ। ਅੱਛਾ ਤੁਸੀਂ ਉੱਥੇ ਪਹੁੰਚੇ, ਤੁਹਾਡੇ ਨਾਲ ਇੰਨਾ ਕੁਝ ਹੋ ਗਿਆ, ਫਿਰ ਉਹ ਤੋਂ ਮੈਨੂੰ ਆਇਆ ਵੀ ਯਾਰ ਇੱਥੇ ਤਾਂ ਪੜ੍ਹਾਈ ਲਿਖਾਈ ਵੀ ਹੁੰਦੀ ਆ ਵੀ ਬਾਡੀ ਬਿਲਡਿੰਗ ਜਾਂ ਫਿਰ ਵੇਟ ਟ੍ਰੇਨਿੰਗ ਜਾਂ ਜਿਮ ਚ ਪੜ੍ਹਾਈ ਲਿਖਾਈ ਦੀ ਚੀਜ਼, ਮਤਲਬ ਸਾਇੰਟਿਫਿਕ ਚੀਜ਼ਾਂ ਵੀ ਹੁੰਦੀਆਂ ਵੀ, ਕਿਉਂਕਿ ਮੇਰੇ ਬਲੱਡ ਟੈਸਟ ਦੇ ਮੈਨੂੰ ਇੱਕ ਉਹ ਚੀਜ਼ ਦੱਸੀ ਜੋ ਮੇਰੇ ਚ ਸੀਗੀ ਜੋ ਰਿਜ਼ਲਟ ਨਹੀਂ ਦੇ ਪਾ ਰਹੀ ਸੀ, ਕਿਉਂਕਿ ਏਦਾਂ ਤਾਂ ਹੋਰ ਵੀ ਬਥੇਰਾ ਕੁਛ ਹੋਣਾ। ਫਿਰ ਮੈਂ ਸਮਾਓ ਚੀਜ਼ਾਂ ਨੂੰ ਕਰਕੇ ਮੈਂ ਇੱਕ ਉਹਨਾਂ ਦੇ ਥਰੂ ਹੀ, ਦੀਪਕ ਜੀ ਦੇ ਥਰੂ ਮੈਂ ਇੱਕ ਡਾਕਟਰ ਨੂੰ ਅਪਰੋਚ ਕੀਤਾ, ਠੀਕ ਹੈ, ਲੁਧਿਆਣੇ ਦੇ ਸੀਗੇ, ਸੋ ਉਹ ਡਾਕਟਰ ਨਾਲ ਮੇਰਾ ਟ੍ਰੀਟਮੈਂਟ ਚੱਲਿਆ। ਇੱਕ ਚੀਜ਼ ਦੇਖੋ, ਹੁਣ ਪੈਸੇ ਦੀ ਗੱਲ ਆ ਰਹੀ ਸੀ ਨਾ ਕਿ ਪੈਸਾ ਨਹੀਂ ਹੁੰਦਾ ਆਪਣੇ, ਹੈ ਨਾ, ਹੁਣ ਇਮੇਜਿਨ ਕਰੋ ਮੈਂ ਕਿੱਦਾਂ ਦੀ ਚੀਜ਼ ਕਰ ਬੈਠਾ ਬਿਨਾਂ ਘਰਦਿਆਂ ਨੂੰ ਦੱਸੇ, ਹੁਣ ਮੈਂ ਉਹਨਾਂ ਤੋਂ ਪੈਸੇ ਵੀ ਨਹੀਂ ਲੈ ਸਕਦਾ, ਹਾਰਮੋਨਲ ਇਸ਼ੂ ਹੋ ਗਿਆ, ਮਹਿੰਗਾ ਵੀ ਹੈ ਇਹ, ਟ੍ਰੀਟ ਵੀ ਕਰਾਉਣਾ, ਮੈਨੂੰ ਪਤਾ ਮੈਂ ਆਪਣਾ ਇਲਾਜ ਕਿਵੇਂ ਟੁੱਟਵਾਂ ਕਿਤੋਂ ਕਿਤੋਂ ਪੈਸੇ ਫੜ ਕੇ ਕਰਾਇਆ, ਮੈਂ ਇੱਕ ਵਾਰ ਚ ਆਪਣਾ ਇਲਾਜ ਵੀ ਨਹੀਂ ਕਰਾ ਪਾਇਆ ਬਿਕੋਜ਼ ਪੈਸੇ ਨਹੀਂ ਸੀਗੇ, ਕਿਸੇ ਨਾਲ ਮੈਂ ਗੱਲ ਨਹੀਂ ਸ਼ੇਅਰ ਕਰ ਸਕਦਾ ਕਿ ਗੱਲ ਸ਼ੇਅਰ ਕਰੋ, ਮੈਂ ਵੀ ਪਤਾ ਨਹੀਂ ਅਗਲਾ ਕੀ ਸੋਚੇ ਕੀ ਨਹੀਂ, ਡਰ ਹੁੰਦਾ ਸੀ, ਅੱਜ ਤਾਂ ਮੈਨੂੰ ਕੋਈ ਡਰ ਨਹੀਂ ਹੈ, ਮੇਰੇ ਨਾਲ ਡਾਇਰੈਕਟਲੀ ਗੱਲ ਕਰੋ, ਮੈਂ ਸਾਰੇ ਗੱਲ ਦਾ ਜਵਾਬ ਦੇ ਸਕਦਾ ਬਿਕੋਜ਼ ਨਾ ਐਜੂਕੇਸ਼ਨ ਹੈ ਮੇਰੇ ਕੋਲ, ਨੌਲੇਜ ਆ ਹੁਣ ਮੈਨੂੰ, ਹਾਂ ਉਹਦੇ ਇੱਕ ਬੱਚਾ ਤਾਂ ਡਰ ਜੂਗਾ ਨਾ ਯਾਰ ਵੀ ਜਦੋਂ ਵੀ ਅਰੇ ਕਿਆ ਹੋ ਗਿਆ, ਜ਼ਿੰਦਗੀ ਨਾਲ ਹੀ ਤਾਂ ਬਹੁਤ ਵੱਡੀ ਚੀਜ਼ ਹੈ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਅਸੀਂ ਬੋਡੀ ਬਿਲਡਿੰਗ ਸ਼ੁਰੂਆਤ ਕਰਦੇ ਹਾਂ ਹਰ ਇੱਕ ਇਨਫਲੂਐਂਸਰ ਹਾਊ ਟੂ ਸਟਾਰਟ ਬੋਡੀ ਬਿਲਡਿੰਗ, ਸੋ ਦੇ ਟੀ ਲੈਵਲ ਦੇ ਫੋਕਸਡ ਹੁੰਦੇ ਕਿ ਤੁਹਾਡੇ ਟੀ ਲੈਵਲਸ ਅੱਛੇ ਹੈ, ਇਮੈਚਿਓਰ ਹੈ ਕਿੱਦਾਂ, ਇਹ ਤਾਂ ਬਹੁਤ ਵੱਡੀ ਗੱਲ ਹੈ। ਉਹੀ ਚੀਜ਼ ਆ, ਫਿਰ ਮੈਂ ਮੇਰਾ ਇਲਾਜ ਚੱਲਿਆ, ਮੇਰਾ ਇਲਾਜ ਮੰਨ ਲਓ ਜੋ ਇਲਾਜ ਸ਼ਾਇਦ 4-6 ਮਹੀਨੇ ਚੱਲਣਾ ਸੀ, ਮੇਰੇ ਕੋਲ ਪੈਸੇ ਨਾ ਹੋਣ ਦੀ ਵਜ੍ਹਾ ਕਰਕੇ ਮੈਂ 2 ਸਾਲ ਚੱਲਿਆ ਮੇਰਾ। ਅੱਛਾ, ਸੋ 2 ਸਾਲ ਚ ਕਿਵੇਂ ਹੁੰਦੀ ਹੈ ਮਤਲਬ ਚੀਜ਼, ਅਗੇਨ ਮੈਂ ਕਨਫਰਮ ਨਹੀਂ ਕਹੂੰਗਾ ਬਟ ਪੋਸਿਬਿਲਿਟੀ ਹੈ, ਤੁਸੀਂ ਜ਼ਿਆਦਾ ਫੱਕ ਅਪ ਕਰ ਲਿਆ ਉਸ ਨੂੰ ਤੇ ਦੇਰ ਆਰ ਚਾਂਸਸ ਇਹਦੇ ਵੀ ਸਟੇਜਸ ਹੁੰਦੇ ਜਿਵੇਂ ਕੈਂਸਰ ਬਹੁਤ ਕਹਿੰਦੇ ਮਹਾਮਾਰੀ ਦੀ ਬਿਮਾਰੀ ਆ, ਸਟੇਜ 1 ਸਟੇਜ 2 ਸਟੇਜ 3, ਇਹ ਜਿੰਨੀ ਪੁਰਾਣੀ ਹੁੰਦੀ ਜਾਊਗੀ ਤਾਂ ਦੇਰ ਵਿਲ ਸਟੇਜਸ ਨਹੀਂ ਹੁੰਦੀ, ਅੱਧਾ ਨਹੀਂ ਹੁੰਦਾ, ਪਰ ਜਿੰਨਾ ਪੁਰਾਣਾ ਹੁੰਦਾ ਜਾਊਗਾ ਚਾਂਸਸ ਹੈ ਕਿ ਤੁਹਾਡਾ ਬਾਉਂਸ ਬੈਕ ਹੋਣ ਦਾ ਘੱਟ ਹੋਊਗਾ ਚਾਂਸ, ਜਿੰਨੀ ਛੇਤੀ ਮਨ ਲਾ ਲੋ ਕਿ ਹੁਣ ਇੱਥੇ ਮੇਰੀ ਕਿਸਮਤ ਅੱਛੀ ਸੀਗੀ, ਮੈਂ 4 ਸਾਲ ਬਾਅਦ ਵੀ ਰਿਕਵਰ ਕਰ ਗਿਆ ਕਿਉਂਕਿ ਮੈਂ ਇੱਕ ਅੱਛੇ ਡਾਕਟਰ ਦੇ ਲੇਖੇ ਲੱਗ ਗਿਆ, ਉਹਨਾਂ ਨੇ ਮੈਨੂੰ ਆਪਣਾ ਗੁਰੂ ਜੋ ਵੀ ਹੈ ਜਿਹਨੂੰ ਜਿਹਦੇ ਤੁਸੀਂ ਅੰਡਰ ਕੰਮ ਕਰ ਰਹੇ ਹੋ ਪਹਿਲਾਂ ਉਹਨੂੰ ਚੈੱਕ ਕਰੋ ਕਿ ਉਹਨਾਂ ਨੌਲੇਜੇਬਲ ਹੈ ਵੀ ਕਿ ਨਹੀਂ, ਨਹੀਂ ਤਾਂ ਨਾ ਕਰੋ ਯਾਰ, ਤੁਸੀਂ ਏਦਾਂ ਹੀ ਠੀਕ ਹੋ, ਤੁਸੀਂ ਆਪਣੀ ਲਾਈਫ ਤਾਂ ਜੀ ਰਹੇ ਹੋ ਨਾ ਘੱਟੋ ਘੱਟ, ਸੋ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ, ਤੇ ਕਿਸੇ ਦੀ ਬੋਡੀ ਦੇਖ ਕੇ ਇਨਫਲੂਐਂਸ ਜਮਾ ਨਾ ਹੋ, ਉਹ ਬੰਦਾ ਕਿੰਨੇ ਪੈਸੇ ਲਾ ਰਿਹਾ, ਕਿੰਨੇ ਸਟੀਰੋਇਡ ਚਲਾ ਰਿਹਾ, ਨਹੀਂ ਚਲਾ ਰਿਹਾ, ਕੀ ਕਰ ਰਿਹਾ, ਉਹਦੀ ਕੀ ਡਾਇਟ ਹੈ, ਕਿੱਦਾਂ ਉਹਦੇ ਬਲੱਡ ਟੈਸਟ ਚੱਲ ਰਹੇ, ਕਿੰਨੇ ਡਾਕਟਰ ਉਹਦੇ ਉੱਤੇ ਕੰਮ ਕਰ ਰਹੇ, ਨਹੀਂ ਕਰ ਰਹੇ, ਆਪਾਂ ਨੂੰ ਕੁਛ ਨਹੀਂ ਪਤਾ, ਆਪਾਂ ਇੱਕ ਵੀਡੀਓ ਇੱਕ ਮੂਵੀ ਦੇਖ ਕੇ ਨਹੀਂ ਜੱਜ ਕਰ ਸਕਦੇ, ਬਹੁਤ ਜ਼ਰੂਰਤ ਹੈ।
ਪਾਣੀ ਤੋਂ ਡਰਦੇ ਹੋ ਤੇ ਤੁਸੀਂ ਸਵਿਮਿੰਗ ਪੂਲ ਦੇ ਕੰਢੇ ਤੇ ਖੜੇ ਹੋ, ਕਿਸੇ ਨੇ ਤੁਹਾਨੂੰ ਮਜ਼ਾਕ ਚ ਪਿੱਛੋਂ ਧੱਕਾ ਦਿੱਤਾ, ਹੁਣ ਤੁਹਾਨੂੰ ਤੈਰਨਾ ਵੀ ਨੀ ਆਉਂਦਾ, ਉੱਥੋਂ ਤੁਸੀਂ ਪਾਣੀ ਤੋਂ ਡਰਦੇ ਹੋ, ਤੁਸੀਂ ਕੀ ਹੁਣ ਤੁਸੀਂ ਮਰਦੇ ਮਰਦੇ ਬਚੇ ਹੋ, ਕਿਸੇ ਨੇ ਬਚਾ ਲਿਆ ਤੁਹਾਨੂੰ ਸਭ, ਹੁਣ ਦੋ ਚਾਂਸਿਸ, ਦੋ ਚੀਜ਼ਾਂ ਹੋਣਗੀਆਂ, ਜਾਂ ਤਾਂ ਤੁਸੀਂ ਪਾਣੀ ਦੇ ਕੋਲ ਹੀ ਜਾਣਾ ਮਨਾ ਕਰ ਦੋਗੇ, ਜਾਂ ਤੁਸੀਂ ਕੀ ਕਰੋਗੇ ਵੀ ਹੁਣ ਤੁਸੀਂ ਤੈਰਨਾ ਸਿੱਖੋਗੇ। ਮੈਂ ਤੈਰੋ ਬੰਦਾ ਕੁੱਟੂਗਾ, ਉਦੋਂ ਬਾਅਦ ਫਿਰ ਕੱਲ ਨੂੰ ਕਿੰਨੇ ਕੁ ਕੁੱਟ ਲੋਗੇ, ਕੱਲ ਨੂੰ ਕਿਸੇ ਹੋਰ ਨੇ ਧੱਕਾ ਦੇਤਾ। ਸੋ ਉਹੀ ਚੀਜ਼ ਹੈ ਕਿ ਮੇਰਾ ਸੀਗਾ ਕਿ ਯਾਰ ਨਹੀਂ ਵੀ ਡਰ ਕੇ ਪਿੱਛੇ ਹਟਣਾ ਇਜ਼ ਨੋਟ ਅ ਥਿੰਗ, ਇਹਦੇ ਚ ਐਂਟਰ ਕਰਦੇ ਆ ਵੀ ਪੜ੍ਹਦੇ ਆ ਵੀ ਕਿਆ ਚੀਜ਼ ਹੈ। ਸੋ ਮੈਂ ਸਟੱਡੀ ਸਿਰਫ ਸ਼ੁਰੂ ਕੀਤੀ ਸੀਗੀ ਕਿ ਜੋ ਮੈਨੂੰ ਹੋਇਆ ਕੀ ਸੀਗਾ, ਕਿਉਂਕਿ ਮੈਂ ਸਾਇੰਸ ਦਾ ਸਟੂਡੈਂਟ ਸੀਗਾ, ਐਜ਼ ਆ ਟੋਲਡ ਯੂ ਮੈਂ ਨਾਨ ਮੈਡੀਕਲ ਦਾ ਸਟੂਡੈਂਟ ਸੀਗਾ। ਸੋ ਮੈਨੂੰ ਸੀਗਾ ਵੀ ਯਾਰ ਹਰ ਚੀਜ਼ ਪਿੱਛੇ ਕੁਛ ਨਾ ਕੁਛ ਨਾ ਹੁੰਦਾ, ਰੀਜ਼ਨ ਤਾਂ ਹੁੰਦਾ, ਬਿਲਕੁਲ ਬਿਲਕੁਲ, ਮੈਂ ਸਿਰਫ ਆਪਣੇ ਆਪਣੇ ਕੁਐਸਚਨਸ ਦੇ ਆਨਸਰ ਲਈ ਪੜਿਆ, ਕਰਨ ਵਾਸਤੇ ਆਪਣੇ ਆਪ ਨੂੰ ਆਨਸਰ ਦੇਣ ਵਾਸਤੇ, ਸਿਰਫ ਉਹਦੇ ਕਰਕੇ ਮੈਂ ਐਜੂਕੇਸ਼ਨ ਚ ਗਿਆ ਤੇ ਮੈਂ ਫਿਰ ਪੜਦਾ ਗਿਆ ਮੈਨੂੰ ਮਜ਼ਾ ਆਉਂਦਾ ਗਿਆ ਤੇ ਮੇਰਾ ਇੰਟਰਸਟ ਹੋਰ ਵੀ ਬਣਦਾ ਗਿਆ ਤੇ ਉਦਾਂ ਉਦਾਂ ਮੈਂ ਆਪਣੇ ਆਪ ਤੇ ਇੰਪਲੀਮੈਂਟ ਕਰਦਾ ਗਿਆ, ਮੈਂ ਠੀਕ ਵੀ ਹੁੰਦਾ ਗਿਆ ਤੇ ਫਿਰ ਕਰਦੇ ਕਰਦੇ ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਜੇ ਮੇਰੇ ਨਾਲ ਆਹ ਚੀਜ਼ ਹੋ ਗਈ ਤਾਂ ਬਾਕੀ ਵੀ ਤਾਂ ਕਈ ਲੋਕ ਵਿਚਾਰੇ ਸਫ਼ਰ ਕਰ ਰਹੇ ਹੋਣੇ। ਫਿਰ ਮੈਂ ਕੀ ਕੀਤਾ, ਮੈਂ ਕਿਹਾ ਚੱਲ ਇੱਕ ਕੰਮ ਕਰਦੇ, ਮੈਂ ਕਿਹਾ ਲੋਕਾਂ ਨੂੰ ਵੀ ਹੈਲਪ ਕਰਦੇ ਆ। ਫਿਰ ਉਹ ਕਹਿੰਦੇ ਆ ਨਾ ਕਿ ਲੋਕ ਨਾ ਫ੍ਰੀ ਦੀ ਐਡਵਾਈਸ ਨੂੰ ਮੰਨਦੇ ਨਹੀਂ, ਮੰਨਦੇ ਨਹੀਂ ਹੈਗੇ, ਕਹਿੰਦੇ ਫ੍ਰੀ ਐਡਵਾਈਸ ਮਾੜੀ ਹੁੰਦੀ ਆ, ਉਹ ਫ੍ਰੀ ਦੀ ਜਾਂ ਫਿਰ ਈਜ਼ੀ ਐਡਵਾਈਸ ਨੂੰ ਵੀ ਨਹੀਂ ਮੰਨਦੇ। ਠੀਕ ਹੈ, ਹੁਣ ਜਿਵੇਂ ਮੈਂ ਜਿਹੜੇ ਜਿਮ ਜਾਂਦਾ ਸੀਗਾ, ਮੈਂ ਉੱਥੇ ਲੋਕਾਂ ਨੂੰ ਦੇਖਦਾ ਸੀ ਵੀ ਉਹ ਕੁਛ ਟ੍ਰੇਨਿੰਗ ਗਲਤ ਕਰਦੇ ਸੀ, ਉਹਨਾਂ ਡਾਇਟ ਪੈਟਰਨਸ ਗਲਤ ਹੁੰਦੇ ਸੀਗੇ, ਮੈਂ ਉਹਨਾਂ ਕਹਿੰਦਾ ਸੀ ਏਦਾਂ ਨਹੀਂ ਐਂ ਕਰ ਲਓ। ਹੁਣ ਪ੍ਰੋਬਲਮ ਕੀ ਸੀ, ਮੈਂ ਉਹਨਾਂ ਨਾਲੋਂ ਪਤਲਾ ਸੀਗਾ, ਉਹ ਮੇਰੇ ਨਾਲੋਂ ਦੇਖਣ ਚ ਹੈਵੀ ਸੀਗੇ, ਤੇ ਉਹ ਉਹਨੂੰ ਸੀਗੇ ਤੂੰ ਆਪਦੇ ਬਣਾ ਲਾ ਦਾਲਾ, ਲਾਈਕ ਯਾਰ ਗੱਲ ਬਣੀ ਨੀ, ਮਜ਼ਾ ਨੀ ਆਇਆ, ਬੇਇੱਜ਼ਤੀ ਹੋ ਰਹੀ। ਸੋ ਫਿਰ ਮੈਂ ਕਿਆ ਕੀਤਾ, ਮੈਂ ਕਿਹਾ ਯਾਰ ਨਹੀਂ ਏਦਾਂ ਨੀ, ਇੱਕ ਪਲੇਟਫਾਰਮ ਚਾਹੀਦਾ, ਬਿਲਕੁਲ ਚਾਹੀਦਾ। ਫਿਰ ਮੈਂ ਕੀ ਕੀਤਾ, ਫਿਰ ਮੈਂ ਟੀਚਿੰਗ ਚ ਐਂਟਰ ਹੋਇਆ, ਕੋਚ ਨੂੰ ਸੀ ਕਹਿੰਦੇ ਅਸਤਾਲ। ਹਾਂ ਨਹੀਂ ਮਤਲਬ ਨਹੀਂ, ਇਹ ਦੋ ਅਲੱਗ ਚੀਜ਼ਾਂ ਨੇ। ਸੋ ਆਬਵੀਅਸਲੀ ਆਈ ਐਮ ਅ ਫਿਟਨੈਸ ਟ੍ਰੇਨਰ ਆਲਸੋ, ਅਗੇਨ ਮੈਂ ਜਿਮ ਵੀ ਰਨ ਕਰ ਰਿਹਾ ਫਿਟਨੈਸ ਅਰੀਨਾ ਦੇ ਨਾਮ ਤੋਂ, ਉਹ ਅਲੱਗ ਚੀਜ਼ ਆ। ਮੈਂ ਲਿਟਰਲੀ ਵਰਬਲ ਟੀਚਿੰਗ, ਜਿਵੇਂ ਮੈਂ ਸਰਟੀਫਿਕੇਸ਼ਨਸ ਕਰਵਾਉਣ ਲੱਗ ਗਿਆ, ਇੰਟਰਨੈਸ਼ਨਲ ਲੈਵਲ ਤੇ ਟ੍ਰੇਨਿੰਗ ਕਰਵਾ ਰਹੇ ਨੇ, ਈਵਨ ਇੰਡੀਆ ਤੋਂ ਬਾਹਰ ਅਬਰੋਡ ਚ ਵੀ ਉਹ ਦੇ ਆਰ। ਦੇਖੋ ਹੁਣ ਜਿਹੜਾ ਬਾਹਰ ਜਾਂਦਾ ਆਇਲਸ ਵਗੈਰਾ ਕਰਕੇ ਜਾਂਦੇ ਆ ਨਾ, ਉਹ ਜ਼ਿਆਦਾਤਰ ਬੱਚੇ ਕੀ ਕਰਦੇ ਆ, ਮਤਲਬ ਉੱਥੇ ਹਿਸਾਬ ਨਾਲ ਕਿਤੇ ਕੋਈ ਪੰਪ ਤੇ ਲੱਗ ਗਿਆ, ਕੋਈ ਮੈਕਡੀ ਲੱਗ ਗਿਆ, ਭਾਂਡੇ ਧੋ ਰਿਹਾ, ਗਰੋਸਰੀ ਲੱਗ ਗਿਆ। ਹੁਣ ਜੋ ਮੇਰੇ ਪੜ੍ਹਾਏ ਹੋਏ ਸਟੂਡੈਂਟਸ ਬਾਹਰ ਜਾ ਰਹੇ ਨਾ, ਉਹ ਉੱਥੇ ਐਜ਼ ਅ ਪਰਸਨਲ ਟ੍ਰੇਨਰ ਕੰਮ ਕਰਦੇ, ਫਿਟਨੈਸ ਟ੍ਰੇਨਰ ਆਪਾਂ। ਹੁਣ ਤੁਸੀਂ ਪਰ ਆਰ ਉੱਥੇ ਆਪਣੇ ਕਲਾਇੰਟਸ ਤੋਂ ਚਾਰਜ ਕਰਦੇ ਆ, ਜਿੱਥੇ ਤੁਸੀਂ ਗੋਰਿਆਂ ਦੇ ਨੀਚੇ ਜਾ ਕੇ ਕੰਮ ਕਰਨਾ, ਉੱਥੇ ਉਹਨਾਂ ਨੂੰ ਆਪਦੇ ਨੀਚੇ ਕਰਾਂਡੇ, ਹੈਨਾ। ਸੋ ਚੀਜ਼ ਆ। ਸੋ ਮੈਂ ਫਿਰ ਜਦੋਂ ਮੈਂ ਪਲੇਟਫਾਰਮ ਮੈਨੂੰ ਮਿਲ ਗਿਆ, ਹੁਣ ਸਭ ਲੋਕ ਮੇਰੀ ਗੱਲ ਵੀ ਮੰਨਣ ਲੱਗ ਗਏ, ਬਿਕੋਜ਼ ਨਾਓ ਦੇ ਰਿਕੋਗਨਾਈਜ਼ ਮੀ ਐਜ਼ ਅ ਟੀਚਰ। ਯੂ ਵਿਲ ਨਾਟ ਬਿਲੀਵ, ਮੇਰੇ ਈਵਨ 16 ਸਾਲ ਤੋਂ ਲੈ ਕੇ ਈਵਨ ਮੈਂ 55 ਇਅਰਸ ਓਲਡ ਮਿਲਟਰੀ ਮੈਨ ਨੂੰ ਵੀ ਟੀਚ ਕੀਤਾ ਹੋਇਆ ਆ, ਮਿਲਟਰੀ ਮੈਨ, ਉਹ ਵੀ ਮੇਰੇ ਸਟੂਡੈਂਟ ਰਹਿ ਚੁੱਕੇ ਆ। ਤੇ ਰਿਸਪੈਕਟ ਲੈਵਲ ਇਹ ਸੀਗਾ, ਈਵਨ ਹਰ ਉਮਰ ਦੇ, ਮੇਰੇ ਤੋਂ ਬੜੇ ਮੇਰੇ ਤੋਂ ਛੋਟੇ ਵੀ ਮੇਰੇ ਈਵਨ ਮਤਲਬ ਪੈਰੀ ਹੱਥ ਲਾ ਕੇ ਜਾਂਦੇ ਸੀਗੇ। ਸੋ ਮੈਂ ਉਹਦੇ ਚ ਨੀ ਲੈ ਕੇ ਜਾ ਰਿਹਾ, ਬਟ ਥਿੰਕ ਇਸ ਕਿ ਐਜ਼ ਅ ਰਿਸਪੈਕਟ। ਸੋ ਦੇ ਵਰ ਲਾਈਕ ਕਿ ਹਾਂ ਦੇ ਯੂਜ਼ ਟੂ ਟੱਚ ਮਾਈ ਫੀਟ, ਈਵਨ ਉਹ ਆ ਨਹੀਂ ਦੇਖਦੇ ਸੀ ਕਿ ਮੇਰੀ ਉਮਰ ਛੋਟੀ ਆ, ਮੇਰੇ ਤੋਂ ਬੜੇ ਲੋਕ ਆ ਚੀਜ਼ ਵੀ ਵਿੱਚ ਵਿੱਚ ਕਰਦੇ ਸੀਗੇ, ਬਟ ਹਾਂ ਓਬਵੀਅਸਲੀ ਮੈਨੂੰ ਕਹਿੰਦਾ ਸੀ ਯਾਰ ਨਹੀਂ ਤੁਸੀਂ ਬੜੇ ਹੋ ਪਲੀਜ਼ ਨਾ ਕਰੋ, ਉਹ ਦੇ ਆਰ ਲਾਈਕ ਕਿ ਨਹੀਂ ਤੁਸੀਂ ਉਮਰ, ਹਾਂ ਸ਼ੁਰੂਆਤ ਕੀਤੀ, ਦੇਖੋ ਵੀ ਉਮਰ ਮੈਟਰ ਨਹੀਂ ਕਰਦੀ, ਦੇ ਆਰ ਲਾਈਕ ਕਿ ਅਸੀਂ ਤੁਹਾਡੀ ਐਜੂਕੇਸ਼ਨ ਨੂੰ
ਉਹ ਕਰ ਰਹੇ ਹਾਂ ਜੋ ਹਨਾ ਉਹ ਚੀਜ਼, ਬਟ ਮੈਂ ਚਲੋ ਜੋ ਵੀ ਹੈ ਥਿੰਗ ਇਜ਼ ਕਿ ਉਹ ਚੀਜ਼ ਮੈਂ ਰਿਸਪੈਕਟ ਅਰਨ ਕੀਤੀ ਆ, ਠੀਕ ਹੈ। ਸੋ ਮੈਂ ਥੋੜੀ ਨੌਲੇਜ ਮੈਨੂੰ ਦਿੱਤੀ, ਉਹਨੇ ਮੈਨੂੰ ਉਹ ਚੀਜ਼ ਕਰਾਈ ਪਰ ਤੁਹਾਨੂੰ ਸਭ ਤੋਂ ਦੁੱਖ ਸਾਡੇ 400-500 ਰੁਪਏ ਲਾਏ ਦਾ ਹੋ ਗਿਆ ਹਨਾ। ਨਹੀਂ ਮਤਲਬ ਉਹ ਕਹਿੰਦੇ ਨਾ ਵੀ ਉਸ ਟਾਈਮ ਤੇ ਦੁੱਖ ਹੁੰਦਾ ਹੈ, ਬਾਅਦ ਚੋਂ ਲੱਗਦਾ ਕਿ ਸ਼ਾਇਦ ਯਾਰ ਚੰਗਾ ਹੀ ਹੋ ਗਿਆ, ਸ਼ਾਇਦ ਮੈਂ ਉਹਦੇ ਨਾਲ ਬੈਠਾ ਹੁੰਦਾ ਅੱਜ ਤੁਹਾਡੇ ਨਾਲ ਵੀ ਤੇ ਬੰਦਾ ਚੀਜ਼ਾਂ ਨਾ ਕਰ ਰਿਹਾ ਹੁੰਦਾ। ਟ੍ਰੇਨਰ ਨੇ ਤੁਹਾਨੂੰ 400-500 ਰੁਪਏ ਦਾ ਸਪਲੀਮੈਂਟ ਦਿੱਤਾ ਸੀ, ਤੁਸੀਂ ਉਹਨਾਂ ਨਾਲ ਉਹਨਾਂ ਨੂੰ ਕੰਪਲੇਂਟ ਕੁਛ ਇਹੋ ਜਿਹਾ ਕੀਤਾ ਨੀ? ਕਿਉਂਕਿ ਇਹੋ ਜਿਹੇ ਬਹੁਤ ਸਾਰੇ ਜਿਮ ਦੇ ਜਿਹਨਾਂ 'ਚ ਇਹੋ ਜਿਹੇ, ਮੈਂ ਕਿਸੇ ਗੁਰੂ ਨੂੰ ਮਾੜਾ ਨੀ ਕਹਿ ਰਿਹਾ, ਵੈਸੇ ਇਹੋ ਜਿਹੇ ਕਾਫੀ ਉਸਤਾਦ ਹੋਣਗੇ ਜਿਹੜੇ ਹਰ ਇੱਕ ਨੂੰ ਕਹੋਗੇ ਕਿ ਤੂੰ ਵੀ ਇਨਫਲੂਐਂਸ ਹੋ, ਤੂੰ ਵੀ ਲੈ ਸਕਦਾ ਇਹ, ਅਸੀਂ ਜਾਊਂਗੇ ਅਸੀਂ ਵੀ ਕਹੋਗੇ। ਥਰਡ ਪਾਰਟੀ ਜਿਮਸ ਯੂਜੂਲੀ ਹੁੰਦੇ ਹੀ ਹੈ। ਐਕਚੁਅਲੀ ਦੇਖੋ ਪਤਾ ਕੀ, ਮੈਂ ਉਸ ਬੰਦੇ ਨੂੰ ਕੁਝ ਕਮਾਂ ਉਹਦੇ ਨਾਲ ਬੈਟਰ ਹੈ ਕਿ ਮੈਂ ਇੱਦਾਂ ਤੁਹਾਡੇ ਥਰੂ ਜਾਂ ਹੋਰ ਲਾਈਕ ਪਲੈਟਫਾਰਮਸ ਦੇ ਥਰੂ ਮੈਂ ਬਾਕੀ ਲੋਕਾਂ ਨੂੰ ਐਜੂਕੇਟ ਕਰਾਂ ਕਿ ਉਹ ਕੁਛ ਵੀ ਨਾ ਲੈਣ। ਮੈਂ ਕਿੰਨੇ ਬੰਦਿਆਂ ਨੂੰ ਰੋਕ ਲੂੰਗਾ, ਬਟ ਮੈਂ ਕਾਫੀ ਲੋਕਾਂ ਨੂੰ ਐਜੂਕੇਟ ਕਰ ਸਕਦਾ। ਹੁਣ ਜਿਵੇਂ ਹੁਣ ਜੋ ਆਪਾਂ ਨੂੰ ਦੇਖ ਰਹੇ ਹੋਗੇ, ਇਹ ਓਬਵੀਅਸਲੀ ਇੱਕ ਇੰਟਰਸਟ ਨਾਲ ਲੈ ਕੇ ਬੈਠੇ ਹੋਏ ਇਸ ਟਾਈਮ ਤੇ ਕਿ ਇਹਨਾਂ ਨੂੰ ਇਸ ਟੋਪਿਕ 'ਚ ਇੰਟਰਸਟ ਹੈ, ਠੀਕ ਹੈ। ਸੋ ਉਹੀ ਚੀਜ਼ ਉਰੇ ਆ। ਸੋ ਮੈਂ ਐਜੂਕੇਸ਼ਨ ਦਾ ਸਹਾਰਾ ਲਿਆ, ਮੈਂ ਕਿਹਾ ਮੈਂ ਪੜ੍ਹਾਉਣਾ ਅੱਗੇ, ਮੈਂ ਟੀਚ ਕਰਦਾ, ਮੈਂ ਸਾਇੰਸ ਦੱਸਦਾ ਵੀ ਕਿਉਂ ਨਹੀਂ ਕਿਆ ਨਹੀਂ ਹੋਣਾ ਚਾਹੀਦਾ। ਸੋ ਉਹੀ ਬਸ ਮੇਰੀ ਲਾਈਕ ਇੱਕ ਮੇਰਾ ਜਵਾਬ ਸੀਗਾ ਸਾਰਿਆਂ ਨੂੰ। ਅੱਛਾ, ਉਸ ਚੀਜ਼ ਦਾ ਤੁਹਾਨੂੰ ਜੁੜੇ ਪਹੁੰਚਾਇਆ ਉੱਥੋਂ, ਫਿਰ ਮੈਂ ਇੱਥੇ ਆਇਆ। ਤਾਂ ਆਪਾਂ ਟੌਪਿਕ ਤੇ ਸੀਗੇ ਕਿ ਤੁਸੀਂ ਇੰਨੇ ਹਿਸਾਬ ਸੇ ਹੋਣੀ ਬਹੁਤ ਚੀਜ਼ ਸਟੋਰੀ ਸੁਣਾਈ ਕਿ ਆਪ ਫਿਰ ਵੀ ਉਸੇ ਟੌਪਿਕ ਤੇ ਸੀਗੇ, ਪੰਜਾਬੀ ਫੈਮਿਲੀ ਤੇ ਪ੍ਰੋਟੀਨ ਪਾਊਡਰ, ਇੱਟ ਕੁੱਤੇ ਵਾਲਾ ਵੈਰ ਹੈ, ਮਤਲਬ ਕਟਾਈ ਪੱਕੀ ਹੈ। ਮਤਲਬ ਕਿਸੇ ਨੂੰ ਤੁਸੀਂ ਗੱਲ ਵੀ ਕਰਤੀ, ਜਿਵੇਂ ਬਾਪੂ ਉੱਥੇ ਬੈਠਾ, ਮਾਂ ਹੋਰੇ ਬੈਠੀ, ਭੈਣ ਹੋਰੇ ਬੈਠੀ, ਤੁਸੀਂ ਗੱਲ ਕਰਤੀ ਕਿ ਮੈਂ ਮਤਲਬ ਇਹ ਡੱਬਾ ਜਿਹਾ ਸੋਚ ਰਿਹਾ, ਕੁੱਟ ਕੇ ਤਾਂ ਆਪਾਂ ਇੰਨਾ ਹੋਣਾ ਪਿੰਡ ਇਕੱਠਾ ਹੋ ਜਾਣਾ, ਇਹ ਤੁਹਾਨੂੰ ਵੀ ਪਤਾ। ਹੁਣ ਤੁਸੀਂ ਇੰਨੀ ਇੰਡਸਟਰੀ ਕੀਤੀ ਹੈ, ਤੁਸੀਂ ਇੰਨਾ ਕੁਛ ਸਿੱਖਿਆ ਸੀਗਾ, ਮੈਂ ਤੁਸੀਂ ਬਾਹਰੋਂ ਵੀ ਸਪਲੀਮੈਂਟ ਇੰਪੋਰਟ ਕਰਾਇਆ, ਕਿਤਨੇ ਕਦੇ ਤੁਸੀਂ ਕੁਛ ਸਟਾਰਟਿੰਗ ਵਿੱਚ ਵੀ ਦੇਖਿਆ ਹੋਣਾ, ਤੁਹਾਡੀ ਫੈਮਿਲੀ ਨੇ ਵੀ ਤੁਹਾਨੂੰ ਕੁਛ ਹੈਲਪ ਕੀਤੀ ਹੋਣੀ, ਕੋਈ ਐਕਸਪੀਰੀਅੰਸ ਹੋਊਗਾ ਕਿ ਹਾਂ ਜੀ ਤੁਹਾਡੇ ਕੋਲ ਇੰਨੇ ਪੈਸੇ ਨੇ ਤੁਸੀਂ ਆਹ ਚੀਜ਼ ਲੈ ਸਕਦੇ, ਤੁਹਾਡੀ ਬੋਡੀ ਨੂੰ ਹੈਲਪ ਕਰੂਗੀ ਨਾ ਕਿ ਖਰਾਬ ਕਰੂਗੀ। ਕਿਉਂਕਿ ਜਿਹੜਾ ਮੈਨੂੰ ਲੱਗਦਾ ਸਿੰਥੋਲ ਆਇਲ, ਉਹ ਤਾਂ ਘਟੀਆ ਚੀਜ਼, ਮੈਂ ਤਾਂ ਕਹਿੰਦਾ ਉਹਦਾ ਤਾਂ ਨਾਮ ਵੀ ਨਾ ਜ਼ਿਆਦਾ ਲਓ, ਕਿਉਂਕਿ ਲੋਕਾਂ ਦੇ ਦਿਮਾਗ 'ਚ ਰਹਿ ਜਾਂਦੀ ਹੈ। ਘਟੀਆ ਚੀਜ਼ ਹੈ, ਲੂਣ ਇਹ ਮਿੱਠੀ ਹੈ ਜੀ, ਮੈਨੂੰ ਲੱਗਦਾ ਸਿੰਥੋਲ ਆਇਲ ਨਾਲ ਬੋਡੀ ਬਣਦੀ ਹੈ, ਬੋਡੀ ਬਣਦੀ ਨਹੀਂ ਫੁੱਲੇ, ਤੁਹਾਡੀ ਸਰਜਰੀਆਂ ਐਦਾਂ ਐਦਾਂ ਦੀਆਂ ਹੋ ਜਾਣੀਆਂ ਨੇ, ਤੁਸੀਂ ਹੱਥ ਨਹੀਂ ਚਲਾ ਪਾਓਗੇ, ਪੈਰ ਨਹੀਂ ਚਲਾ ਪਾਓਗੇ, ਉਸ ਤੋਂ ਬਾਅਦ ਇਸ ਚੀਜ਼ ਤੋਂ ਬਚ ਕੇ ਰਹੋ। ਅੱਛਾ ਆਪਾਂ ਟੌਪਿਕ ਤੇ ਆਏ, ਹਾਂਜੀ। ਸੋ ਟੌਪਿਕ ਇਹ ਮਤਲਬ ਉਹ ਹੈ ਕਿ ਫੈਮਿਲੀ ਨੂੰ ਕਿਵੇਂ ਮਨਾਈਏ, ਹਨਾ। ਹਾਂ, ਐਕਚੁਅਲੀ ਜਨਰੇਸ਼ਨ ਗੈਪ ਕਹਿ ਸਕਦੇ ਆਪਾਂ ਇਹਨੂੰ, ਇਹਨੂੰ ਆਪਾਂ ਜਨਰੇਸ਼ਨ ਗੈਪ ਹੀ ਕਵਾਂਗੇ। ਥਿੰਗ ਇਜ਼ ਕਿ ਦੇਰ ਆਰ ਮੈਨੀ ਥਿੰਗਸ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਹੋ, ਆਪਦੇ ਬੱਚੇ ਦੇ ਨਾਲ ਟਰਸਟ ਹੁੰਦਾ ਨੀ। ਇਵਨ ਮੈਂ ਜਦੋਂ ਉਸ ਲੈਵਲ ਦਾ ਹੁੰਦਾ ਪਰ ਉਹ ਚੀਜ਼ ਨਹੀਂ ਹੁੰਦੀ ਕਿ ਇੱਛਾ, ਉਹਨਾਂ ਨੂੰ ਇਹ ਲੱਗਦਾ ਆ, ਮਾਂ ਬਾਪ ਨੂੰ ਹਮੇਸ਼ਾ ਇਹ ਲੱਗਦਾ ਆ ਕਿ ਸਾਡਾ ਬੱਚਾ ਹਲੇ ਵੀ ਛੋਟਾ, ਇਹ ਭੁੱਲ ਕੇ ਆ ਗਿਆ, ਇਹਨੂੰ ਭੁਲਾ ਤਾ ਕਿਸੇ ਨੇ ਬਾਹਰੋਂ, ਬਈ ਐਂ ਕਰਤਾ, ਬਈ ਐਂ ਖਾ ਲਾ, ਇਹਦੇ ਨਾਲ ਇਹੋ ਜੂ। ਐਕਚੁਅਲੀ ਉਹ ਪਿਆਰ ਹੈ, ਉਹ ਕੇਅਰ ਹੈ, ਉਹਨਾਂ ਨੇ ਆਉਂਦਾ ਵੀ ਸਾਡਾ ਬੱਚਾ ਕੋਈ ਗਲਤ ਚੀਜ਼ ਨਾ ਕਰ ਲਵੇ, ਕੋਈ ਗਲਤ ਮਤਲਬ ਹੈ ਨਾ, ਮਤਲਬ ਉਹ ਚੀਜ਼ ਉਹਨਾਂ ਨੂੰ, ਉਹ ਬਸ ਇਹ ਕਿ ਐਜੂਕੇਸ਼ਨ ਦੀ ਕਮੀ ਹੋਣ ਕਰਕੇ ਉਹ ਇਹ ਚੀਜ਼, ਮਤਲਬ ਐਜੂਕੇਸ਼ਨ ਇਨ ਦਾ ਸੈਂਸ ਕਿ ਇਸ ਫੀਲਡ ਦੀ ਐਜੂਕੇਸ਼ਨ ਉਹਦੀ ਥੋੜੀ ਜਿਹੀ ਘੱਟ ਕਮੀ ਹੋਣ ਕਰਕੇ ਨਾ ਉਹਦੀ, ਤੇ ਤਾਂ ਕਰਕੇ ਉਹਨਾਂ ਨੂੰ ਡਰ ਲੱਗਦਾ ਕਿ ਯਾਰ ਸਾਡੇ ਬੱਚੇ ਨੂੰ ਕੁਛ ਹੋ ਨਾ ਜਾਵੇ, ਤੁਹਾਡਾ ਇੰਨਾ ਕੁਛ ਹੋਇਆ, ਤੁਸੀਂ ਇੰਪੋਰਟ ਕਰਕੇ ਘਰੇ ਤਾਂ ਰਹਿੰਦੇ ਹੀ ਹੋਣੇ ਤੁਸੀਂ, ਫਿਰ ਹੌਲੀ ਹੌਲੀ ਕਰਦੇ ਕਰਦੇ ਦੇਖੋ, ਫਿਰ ਦੌਲੇ ਛਾਤੀ ਬਣਾਉਣੀ ਆ, ਮਾੜੇ ਛਿੱਤਰ ਪੈ ਗਏ, ਕਿਆ ਹੋ ਗਿਆ, ਠੀਕ ਹੈ। It's not only about supplements, brother, supplements ਕੱਲੇ ਕੁਛ ਨਹੀਂ ਕਰੋਗੇ, you have to clean your diet, ਤੁਹਾਨੂੰ ਅੱਛਾ ਖਾਣਾ ਪੀਣਾ, discipline ਰਹਿਣਾ ਪੈਣਾ, workout ਕਰਨਾ ਪੈਣਾ ਆ, supplements ਤਾਂ ਉਦੋਂ ਬਾਅਦ ਆਉਂਦੇ ਆ ਕਿ ਉਦੋਂ ਬਾਅਦ ਕੋਈ ਹੈ ਜੇ supplement ਜਿਹੜਾ ਸਸਤਾ ਹੋਵੇ but effective ਹੋਵੇ। ਦੇਖੋ ਮੈਂ
ਕਾਫੀ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਸਟੱਡੀ ਦੇਖੀ ਸੀ ਕ੍ਰੀਏਟਿਨ ਹੈ ਕਿ ਕ੍ਰੀਏਟਿਨਾਈਨ ਕੁਛ ਸਪਲੀਮੈਂਟ ਹੁੰਦਾ ਕਹਿੰਦੇ ਉਹ ਬੋਡੀ ਵਿੱਚ ਵਾਟਰ ਨੂੰ ਸਟੋਰ ਕਰਦਾ ਤੇ ਉਹ ਇੱਕ ਅੱਛਾ ਸਪਲੀਮੈਂਟ ਕੰਸੀਡਰ ਹੋ ਸਕਦਾ ਮੈਂ ਤੁਹਾਨੂੰ ਦੱਸਦਾ ਪਤਾ ਕੀ ਦੇਖੋ ਗਿਆਨ ਕਿ ਇਹ ਚੀਜ਼ਾਂ ਬਾਰੇ ਅਸੀਂ ਸਾਰਾ ਕੁਝ ਪੜ੍ਹਾਉਂਦੇ ਵੀ ਹਾਂ ਬਟ ਮੈਂ ਇੱਥੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਫਿਲਹਾਲ ਕੋਈ ਇੱਕ ਸਪਲੀਮੈਂਟ ਦਾ ਨਾਮ ਲੈ ਕੇ ਉਹਦੇ ਬਾਰੇ ਗੱਲ ਕਰਨਾ ਜ਼ਿਆਦਾ ਬੈਟਰ ਰਹੇਗਾ ਬਿਕੋਜ਼ ਆਪਣੇ ਕੋਲ ਉਸ ਸਪਲੀਮੈਂਟ ਤੇ ਜੋ ਮੈਨੂੰ ਦੇਖੋ ਜਾਂ ਤਾਂ ਮੈਂ ਪੂਰੀ ਗੱਲ ਕਰੂੰਗਾ ਉਹਦੇ ਬਾਰੇ ਜਾਂ ਨਹੀਂ ਕਰੂੰਗਾ ਮੈਂ ਕਿਸੇ ਸਪਲੀਮੈਂਟ ਦੀ ਇੱਥੇ ਇੱਕ ਅੱਧੀ ਚੰਗਿਆਈ ਦੱਸਤੀ ਪਰ ਉਹਦਾ ਕੁਝ ਬੈਡ ਇਫੈਕਟ ਵੀ ਤਾਂ ਹੋ ਸਕਦਾ ਮਤਲਬ ਇਹ ਸੋ ਇਹ ਕੀ ਹੁੰਦਾ ਆ ਹਰ ਇੱਕ ਚੀਜ਼ ਕ੍ਰੀਏਟਿਨ ਇਜ਼ ਅ ਗੁੱਡ ਐਂਡ ਸੇਫ ਸਪਲੀਮੈਂਟ ਦੈਟ ਇਜ਼ ਗੁੱਡ ਬਟ ਥਿੰਗ ਇਜ਼ ਕਿ ਹਰ ਇੱਕ ਦੀ ਬੋਡੀ ਰਿਕੁਆਇਰਮੈਂਟ ਗੋਲ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਚੀਜ਼ਾਂ ਨੂੰ ਸੁਜੈਸਟ ਕਰਦੇ ਹਾਂ ਤੇ ਲੋੜ ਅਨੁਸਾਰ ਵੀ ਕੀ ਪਤਾ ਤੁਹਾਨੂੰ ਲੋੜ ਹੀ ਨਹੀਂ ਆ ਕਿਉਂਕਿ ਜੋ ਜ਼ਿਆਦਾਤਰ ਨੋਨ ਵੈਜ ਖਾਂਦੇ ਆ ਦੇਰ ਆਰ ਪੋਸੀਬਿਲਿਟੀਜ਼ ਕਿ ਉਹਨਾਂ ਨੂੰ ਕ੍ਰੀਏਟਿਨ ਦੀ ਜ਼ਰੂਰਤ ਨਹੀਂ ਐਡਾ ਲੋੜ ਹੁੰਦੀ ਹੈ ਅਗੇਨ ਗੋਲ ਟੂ ਗੋਲ ਮੈਟਰ ਕਰਦਾ ਹੈ ਉਹਨਾਂ ਨੂੰ ਵੀ ਲੋੜ ਪੈ ਸਕਦੀ ਹੈ ਅਗੇਨ ਸੋ ਫਿਟਨੈਸ ਦਾ ਨਾ ਐਕਚੁਅਲੀ ਪ੍ਰੋਬਲਮ ਹੈ ਫਿਟਨੈਸ ਫੀਲਡ ਦੇ ਵਿੱਚ ਨਾ ਇੱਕ ਆਨਸਰ ਨਹੀਂ ਹੈਗਾ ਕਿਸੇ ਚੀਜ਼ ਦਾ ਮਲਟੀਪਲ ਆਨਸਰ ਹਾਂ ਮਲਟੀਪਲ ਸਟੱਡੀਜ਼ ਮਲਟੀਪਲ ਸਪਲੀਮੈਂਟਸ ਹਾਂ ਉਹ ਹੀ ਹੈ ਕਿ ਤੁਸੀਂ ਤੁਹਾਡੇ ਮਲਟੀਪਲ ਗੋਲਸ ਹੁਣ ਕਿਹਦੇ ਨਾਲ ਕਿਆ ਚੀਜ਼ ਜਾਊਗੀ ਉਹ ਸਪੈਸ਼ਲੀ ਫੋਰ ਯੂ ਰਹੇਗੀ ਤੁਹਾਡੀ ਵਾਲੀ ਚੀਜ਼ ਸੇਮ ਤੀਸਰੇ ਨੂੰ ਆਜੇ ਚੌਥੇ ਨੂੰ ਆਜੇ ਨਹੀਂ ਹੁੰਦਾ ਦਿਸ ਇਜ਼ ਨਾਟ ਵਟ ਇਜ਼ ਗੋਇੰਗ ਟੂ ਹੈਪਨ ਜਿਹੜੇ ਬੰਦੇ ਨੂੰ ਬੋਡੀ ਬਿਲਡਿੰਗ ਸ਼ੁਰੂਆਤ ਕਰਨੀ ਆਪਾਂ ਜਿੰਨੇ ਵੀ ਮੇਰੇ ਵਿਊਜ਼ ਤੇ ਕਾਫੀ ਇਨਫਲੂਐਂਸ ਹੋਏ ਹੋਣੇ ਉਹਨਾਂ ਦੇਖਣਾ ਕਿ ਹਾਂ ਸਭ ਤੋਂ ਵੱਧ ਸਪਲੀਮੈਂਟ ਨਹੀਂ ਹੈਗਾ ਆਪਣੇ ਆਪ ਨੂੰ ਇੱਕ ਕੰਸਿਸਟੈਂਸੀ ਡਿਸਿਪਲਿਨ ਲੈ ਕੇ ਆਉਣਾ ਜ਼ਰੂਰੀ ਹੈ ਤੇ ਇਹ ਸਾਰੀਆਂ ਚੀਜ਼ਾਂ ਵਾਸਤੇ ਤੁਹਾਡਾ ਕੋਈ ਕੀ ਹੋਵੇ ਕੁਛ ਹੋਵੇ ਕਿਉਂਕਿ ਡਿਸਿਪਲਿਨ ਇੱਕ ਦਿਨ ਨਾਲ ਨਹੀਂ ਆਉਂਦਾ ਕੰਸਿਸਟੈਂਸੀ ਇੱਕ ਦਿਨ ਨਾਲ ਨਹੀਂ ਬਣਦੀ ਇਹਦੇ ਵਾਸਤੇ ਕਹਿੰਦੇ ਨੇ ਤੁਹਾਡਾ ਗੋਲ ਸਟਰੋਂਗ ਹੋਣਾ ਤੁਹਾਡਾ ਦਿਮਾਗ ਬੜਾ ਫੋਕਸਡ ਹੋਣਾ ਚਾਹੀਦਾ ਤੁਹਾਡੇ ਗੋਲ ਵਾਸਤੇ ਬਟ ਇਨਫੋ ਆਪਾਂ ਯੂਥ ਹੈ ਜਾਂ ਅਸੀਂ ਇੰਸਟਾਗ੍ਰਾਮ ਤੇ ਹੁਣ ਇੱਕ ਵੀਡੀਓ ਦੇਖੀ ਦੂਜੇ ਅਸੀਂ ਉਸ ਤੇ ਇਨਫਲੂਐਂਸ ਹੋ ਜਾਵਾਂਗੇ ਅਸੀਂ ਇੱਕ ਚੀਜ਼ ਨਾਲ ਨਹੀਂ ਸਟਿੱਕ ਹੋ ਪਾਉਂਦੇ ਇਹ ਚੀਜ਼ ਨੂੰ ਅਸੀਂ ਕਿੱਦਾਂ ਕਾਊਂਟਰ ਕਰਨੀ ਕਿ ਅਸੀਂ ਆਪਣੇ ਗੋਲ ਵੱਲ ਜਾ ਸਕੀਏ ਸਾਡੇ ਗੋਲ ਮਲਟੀਪਲ ਹੋ ਗਏ ਕਿਉਂਕਿ ਦੁਨੀਆ ਇੰਨੀ ਅੱਗੇ ਹੈ ਮਲਟੀਪਲ ਗੋਲਸ ਹੋ ਗਏ ਅੱਜ ਦੇ ਮੈਂ ਤੁਹਾਨੂੰ ਨਾ ਇਹਨੂੰ ਇੱਕ ਈਜ਼ੀ ਤਰੀਕੇ ਨਾਲ ਦੱਸਦਾ ਠੀਕ ਹੈ ਸੋ ਕੀ ਹੁੰਦਾ ਆ ਕਦੀ ਵੀ ਆਪਣਾ ਇੱਕ ਨਾ ਗੋਲ ਨੂੰ ਡਿਵਾਈਡ ਕਰੀਦਾ ਹੁੰਦਾ ਠੀਕ ਹੈ ਜੋ ਤੁਹਾਡਾ ਗੋਲ ਹੈ ਨਾ ਉਹਨੂੰ ਡਿਵਾਈਡ ਕਰੋ ਸੋ ਜਿਵੇਂ ਤੁਹਾਡਾ ਵੱਡਾ ਗੋਲ ਹੈ ਮਤਲਬ ਮੇਨ ਗੋਲ ਹੈ ਕਿ ਮੰਨ ਲਓ ਬੋਡੀ ਦੀ ਗੱਲ ਕਰਦੇ ਆ ਆਪਾਂ ਕੋਈ ਹੋਰ ਐਗਜ਼ਾਮਪਲ ਕਾਹਨੂੰ ਲੈਣੀ ਮੰਨ ਲਓ ਤੁਹਾਡਾ ਗੋਲ ਹੈ ਕਿ ਤੁਸੀਂ ਇੱਕ ਫਿਜ਼ੀਕ ਅਚੀਵ ਕਰਨੀ ਹੈ ਤੁਸੀਂ ਸਮਾਹ ਇੱਕ ਫੋਟੋ ਲਾ ਲਓ ਮੰਨ ਲਓ ਤੁਸੀਂ ਜਿਵੇਂ ਆਰਨੋਲਡ ਹੈ ਲੱਛੇ ਕਿ ਚਲੋ ਇਹ ਤਾਂ ਬਹੁਤ ਵੱਡਾ ਨੇਮ ਆ ਮੰਨ ਲਓ ਏਦਾਂ ਹੀ ਆਪਾਂ ਇੱਕ ਫਿਜ਼ੀਕ ਅਚੀਵ ਕਰਨੀ ਹੈ ਹੁਣ ਕੀ ਹੋਊਗਾ ਇਹ ਫੋਟੋ ਲਾ ਕੇ ਤੁਸੀਂ ਇਹਨਾਂ ਦੇ ਡਾਇਰੈਕਟਲੀ ਡਾਇਟ ਪਲਾਨਸ ਵਰਕਆਊਟ ਪਲਾਨ ਸਟਾਰਟ ਕਰ ਦੋ ਮੇਰਾ ਦੈਟ ਇਜ਼ ਨਾਟ ਗੋਇੰਗ ਟੂ ਹੈਪਨ ਦੈਟ ਇਜ਼ ਅ ਬੈਡ ਅਪਰੋਚ ਤੁਸੀਂ ਕੀ ਕਰਨਾ ਇੱਕ ਚੀਜ਼ ਸਮਝੋ ਗੋਲ ਵੱਡਾ ਬਟ ਉਹਦੇ ਸਟੈਪਸ ਛੋਟੇ ਤੇ ਬਸ ਉਹ ਕੰਪਲੀਟ ਕਰਨੇ ਆ ਇਹਨੂੰ ਆਪਾਂ ਮਾਈਕਰੋ ਗੋਲਸ ਕਰਦੇ ਹਾਂ ਤੁਸੀਂ ਕੀ ਕਰਦੇ ਹੋ ਆਹ ਤਾਂ ਹੈ ਨਹੀਂ ਕਿ ਤੁਹਾਡੀ ਬੋਡੀ ਕੱਲ੍ਹ ਬਣ ਜਾਣੀ ਆ ਇਟ ਵਿਲ ਟੇਕ ਟਾਈਮ ਛੋਟਾ ਸਟੈਪ ਇਜ਼ ਜੇ ਤੁਸੀਂ ਅੱਜ ਕੱਲ ਪਰਸੋਂ ਰੋਜ਼ ਵਰਕਆਊਟ ਕਰੋਗੇ ਤੇ ਰੋਜ਼ ਆਪਣੀ ਡਾਇਟ ਕੰਪਲੀਟ ਕਰੋਗੇ ਜਿਵੇਂ ਲੈਟਸ ਸੇ ਮੰਨ ਲਓ ਆਪਾਂ ਅੱਜ ਆਪਣਾ ਅੱਜ ਦਾ ਗੋਲ ਹੈ ਕਿ ਅੱਜ ਸ਼ਾਮੀ ਮੈਂ ਜਿਮ ਜਾਣਾ ਤੇ ਅੱਜ ਮੈਂ 5 meals ਖਾਣੇ ਆ ਤੁਸੀਂ ਬਸ ਇਹਦੇ ਤੇ ਫੋਕਸ ਕਰਨਾ ਕਿ ਮੈਂ ਸੌਣ ਤੋਂ ਪਹਿਲਾਂ ਮੇਰੇ 5 meals ਕੰਪਲੀਟ ਹੋ ਜਾਣ ਤੇ ਸ਼ਾਮੀ ਇੱਕ ਵਰਕਆਊਟ ਹੋ ਜਾਏ ਇਹ ਅੱਜ ਦਾ ਹੋ ਗਿਆ ਫਿਰ ਕੱਲ ਸਵੇਰੇ ਉੱਠੋਗੇ ਸੇਮ ਚੀਜ਼ ਰਿਪੀਟ ਕਿ 5 meals ਹੋ ਜਾਣ ਇੱਕ ਜਾਂ 2 workouts ਜੋ ਵੀ ਤੁਹਾਡਾ ਪਲਾਨ ਹੈ ਬਸ ਤੁਸੀਂ ਰੋਜ਼ ਦਾ ਕੰਪਲੀਟ ਕਰਨਾ ਇਹ ਵੱਡਾ ਗੋਲ ਕਦੋਂ ਅਚੀਵ ਹੋ ਜਾਣਾ ਤੁਹਾਨੂੰ ਵੀ ਨਹੀਂ ਪਤਾ ਪਰ ਤੁਸੀਂ ਆਹੀ ਦੇਖ ਕੇ ਚੱਲੇ ਕਿ ਉਹ ਇਦਾਂ 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 ਉਹ ਨਹੀਂ ਹੋਣਾ ਸੋ ਇੱਥੇ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਤੁਸੀਂ ਗੱਲ ਕੀਤੀ ਕਿਸੇ ਹੋਰ ਦੇ ਫਿਟਨੈਸ ਪਲਾਨਸ ਕਿਸੇ ਹੋਰ ਦੇ ਗੋਲ ਜਾਂ ਕਿਸੇ ਹੋਰ ਦੇ ਡਾਇਟ ਪਲਾਨਸ ਨੂੰ ਆਪਾਂ ਫੋਲੋ ਨਾ ਕਰੀਏ ਪਰ ਅੱਜ ਟਾਈਮ 'ਚ ਜਿੰਨੇ ਵੀ ਇਨਫਲੂਐਂਸਰ ਹੋ ਤਾਂ ਪ੍ਰਮੋਟ ਹੀ ਆਪਣਾ ਫਿਟਨੈਸ ਪ੍ਰਮੋਸ਼ਨ ਕਰਦੇ ਕਿ ਮੈਂ ਕਿਸੇ ਨੂੰ ਨਾਮ ਨਹੀਂ ਲੈਣਾ ਚਾਹੁੰਗਾ ਪਰ ਬਹੁਤ ਨਾਮੀ ਧਾਮੀ ਲੋਕ ਹੈਗੇ ਜਿਹੜੇ ਕਹਿੰਦੇ ਆਹ ਐਕਸਰਸਾਈਜ਼ ਤੁਸੀਂ ਇਸ ਲੈਵਲ ਨਾਲ ਕਰੋਗੇ ਤੁਹਾਡਾ ਆਹ ਮਸਲ ਟਾਰਗੇਟ ਹੋ ਜਾਊਗਾ ਯੇ ਬਣ ਜਾਏਗਾ ਤੁਸੀਂ ਆਹ ਖਾਓ ਤੁਹਾਡੀ ਬੋਡੀ ਰਾਤ ਰਾਤ ਗਰੋ ਕਰ ਜਾਣਾ ਇਹ ਫਿਰ ਹਰ ਇੱਕ ਬੰਦਾ ਇੰਨਾ ਕਿਉਂਕਿ ਫਿਟਨੈਸ ਤੁਸੀਂ ਸੁਣ ਕੇ ਐਕਸਪੈਂਸਿਵ ਹੈ ਬਟ ਇਹ 'ਚ ਕਾਫੀ ਸਾਰੇ ਲੋਕ ਹੈ ਜਿਹੜੇ ਇੰਨੇ ਵੀ ਨਹੀਂ ਪਹੁੰਚੇ ਪਰ ਮੈਂ ਹੋਪ ਕਰਦਾ ਸਾਰੇ ਉਸ ਲੈਵਲ 'ਤੇ ਪਹੁੰਚਣ ਸ਼ੁਰੂਆਤ ਹਰ ਇੱਕ ਬੰਦਾ ਕਰਨਾ ਚਾਹੁੰਦਾ
ਉਹ ਕਿੱਦਾਂ ਆਈਡੈਂਟੀਫਾਈ ਕਰ ਸਕਦਾ ਕਿ ਉਹਨੂੰ ਕਿਸ ਟਾਈਪ ਦਾ ਚੀਜ਼ ਚਾਹੀਦੀ? ਗੋਲ ਨੇ ਆਪਣਾ ਸੋਚ ਲਿਆ ਕਿ ਉਹਨੇ ਇੱਕ ਕਲੀਨ ਫਿਜ਼ੀਕ ਬਣਾਉਣੀ ਜਿਹੜੀ ਕਿ ਜ਼ਿਆਦਾ ਵੀ ਬਲਕੀ ਨਾ ਹੋਵੇ, ਜ਼ਿਆਦਾ ਲੀਨ ਵੀ ਨਾ ਹੋਵੇ, ਅੱਛੀ ਫਿਜ਼ੀਕ ਅਚੀਵ ਕਰਨਾ ਚਾਹੁੰਦਾ, ਆਪਣਾ ਹਰ ਇੱਕ ਆਪਣੇ ਡਾਇਟ ਪਲਾਨ, ਆਪਣਾ ਗੋਲ ਉਹਨੂੰ ਕਿੱਦਾਂ ਕਲੀਅਰ ਕਰਕੇ ਉਸਦੇ ਹਿਸਾਬ ਨਾਲ ਵਰਕਆਊਟ ਕਰ ਸਕੇ? ਦੇਖੋ ਮੈਂ ਤੁਹਾਡੇ ਸਟੈਪਸ, ਹਾਂ ਮੈਂ ਤੁਹਾਨੂੰ ਦੱਸਦਾ, ਸਿੰਪਲ ਜਿਹੀ ਚੀਜ਼ ਹੁੰਦੀ ਹੈ, ਪਹਿਲੀ ਗੱਲ ਤਾਂ ਕਦੀ ਵੀ ਕਿਸੇ ਨੂੰ ਕਾਪੀ ਨਾ ਕਰੋ, ਕਾਪੀ ਨਾ ਕਰੋ। ਸੋ ਸਿੰਪਲ ਜੀ ਚੀਜ਼ ਆ, ਹਰ ਇੱਕ ਇਨਫਲੂਐਂਸਰ ਜੋ ਸੋਸ਼ਲ ਮੀਡੀਆ ਤੇ ਹੈ, ਠੀਕ ਹੈ, ਮੈਕਸਿਮਮ ਉਹਨਾਂ ਦੇ ਵਿੱਚੋਂ ਉਹ ਅਰਨਿੰਗ ਦੇ ਲਈ ਹੈ, ਪੈਸਾ ਕਮਾਉਣ ਲਈ ਹੈ, ਮਤਲਬ ਬਿਜ਼ਨਸ ਹੀ ਬਿਜ਼ਨਸ ਆ, ਠੀਕ ਆ। ਹੁਣ ਇੱਕ ਚੀਜ਼ ਸਮਝੋ, ਸਭ ਨੂੰ ਪਤਾ ਹੈ ਕਿ ਜੇ ਤੁਸੀਂ ਸੌਂਗੇ ਤਾਂ ਤੁਹਾਡੀ ਰਿਕਵਰੀ ਹੋ ਜੂਗੀ, ਅੱਛਾ ਫੀਲ ਹੋਊਗਾ, ਸੌਣ ਤੋਂ ਬਾਅਦ ਅੱਛਾ ਲੱਗਦਾ ਹੈ ਨਾ, ਸਿੰਪਲ ਚਲੋ ਉਹ ਤਾਂ ਹੈ ਹੀ ਹੈ, ਚਲੋ 8 ਆਸ ਦਾ ਇੱਕ ਨੋਰਮਲੀ, ਕਿ ਤੁਸੀਂ ਥੱਕ ਗਏ ਤਾਂ ਸੌ ਜਾਓ, ਰੈਸਟ ਹੋ ਜੂਗਾ। ਹੁਣ ਮੈਂ ਇੱਕ ਵੀਡੀਓ ਬਣਾਤਾ, ਤੁਸੀਂ ਥੱਕ ਗਏ, ਤੁਸੀਂ ਸੌ ਜਾਓ, ਤੁਸੀਂ ਵਧੀਆ ਫੀਲ ਕਰੋਗੇ, ਇਹ ਵੀਡੀਓ ਚੱਲਣੀ ਨਹੀਂ। ਹੁਣ ਮੈਂ ਕੰਮ ਕਰਦਾ, ਹੁਣ ਮੈਂ ਕਹੂੰਗਾ ਅੱਛਾ ਤੁਸੀਂ ਥੱਕ ਗਏ ਹੋ, ਤੁਸੀਂ ਮਤਲਬ ਕੁਛ ਵੀ, ਇਹ ਦਿਸ ਇਜ਼ ਨੋਟ ਟਰੂ, ਮੈਂ ਐਗਜ਼ਾਮਪਲ ਦੇ ਰਿਹਾ, ਤੁਸੀਂ ਏਦਾਂ ਕਰਕੇ ਸੌ ਜਾਓ ਕੋਸ਼ਿਸ਼ ਕਰੋ, ਕੁਛ ਵੀ, ਜਦੋਂ ਯੂਨੀਕ ਲੋਕਾਂ ਨੂੰ ਅਲੱਗ ਸੁਣਨਾ ਅੱਛਾ ਲੱਗਦਾ, ਮਤਲਬ ਅਸੀਂ ਬੇਵਕੂਫ ਤਾਂ ਹੀ ਬਣਦੇ ਆ, ਆਪਾਂ ਸਰਟੀਫਿਕੇਸ਼ਨ ਨਹੀਂ ਦੇਖਦੇ ਸੀ, ਆਪਾਂ ਨੋਲੇਜ ਨਹੀਂ ਚੈੱਕ ਕਰਦੇ, ਆਪਾਂ ਹੀ ਦੇਖਦੇ ਕਿ ਉਹ ਕਿਸ ਬੇਸ ਤੇ ਆ ਗੱਲ ਕਹਿ ਰਿਹਾ, ਵਿਊਸ ਲਾਈਕਸ ਨੂੰ ਦੇਖਦੇ ਆ, ਤੇ ਉਹ ਵਿਊਸ ਤੇ ਲਾਈਕਸ ਉਹਨਾਂ ਦੇ, ਉਹ ਉਹਨਾਂ ਦੀ ਇਨਕਮ ਵਧਾਉਂਦੀ ਹੈ, ਇਹਦੇ ਕਰਕੇ ਉਹ ਪੁੱਠੀ ਸਿੱਧੀਆਂ ਗੱਲਾਂ ਕਹਿੰਦੇ ਨੇ। ਇੱਕ ਸਿੰਪਲ ਜਿਹਾ ਸੀਨ ਹੈ, ਜਸਟ ਸਟਿਕ ਟੂ ਦ ਬੇਸਿਕਸ, ਬੇਸਿਕ ਤੋਂ ਉੱਪਰ ਕੁਛ ਨਹੀਂ ਹੈ, ਏਦਾਂ ਸੋ ਕੇ ਜ਼ਿਆਦਾ ਰਿਕਵਰੀ ਨਹੀਂ ਹੋਣੀ, ਸੋ ਕੇ ਰਿਕਵਰੀ ਹੋਣੀ ਹੈ, ਜਿੱਦਾਂ ਮਰਜ਼ੀ ਸੋ ਲਓ, ਉਹੀ ਚੀਜ਼ ਆ, ਸੇਮ ਚੀਜ਼ ਟ੍ਰੇਨਿੰਗ ਦੇ ਵਿੱਚ ਆ, ਤੁਸੀਂ ਰੋਜ਼ ਜਿਮ ਜਾਓ, ਵਰਕਆਊਟ ਕਰੋ, ਆਪਣਾ ਹੈਲਦੀ ਖਾਓ, ਪ੍ਰੋਟੀਨ ਅੱਛਾ ਰੱਖੋ, ਪ੍ਰੋਟੀਨ ਦੇ ਵਿੱਚ ਜ਼ਰੂਰੀ ਨਹੀਂ ਕਿ ਸਿਰਫ ਪ੍ਰੋਟੀਨ ਪਾਓਡਰ, ਪਨੀਰ ਖਾ ਲਓ, ਦੁੱਧ ਪੀ ਲਓ, ਅੰਡੇ ਖਾ ਲਓ, ਚਿਕਨ ਖਾ ਲਓ, ਦਾਲਾਂ ਖਾ ਲਓ, ਸਪਰਾਊਟਸ ਖਾ ਲਓ, ਥੋੜਾ ਜਿਹਾ ਉੱਪਰ ਚਲੇ ਜਾਓ, ਹਾਂ ਮਤਲਬ ਉਹਨੂੰ ਇਹਨੂੰ ਮੈਕਰੋਸ ਕੈਲਕੂਲੇਟਿੰਗ ਕਰਦੇ ਆ, ਇਹਨੂੰ ਕਰਦੇ, ਠੀਕ ਹੈ। ਸੋ ਈਵਨ ਮੈਂ ਤੁਹਾਨੂੰ ਲਾਈਕ ਜਿਵੇਂ ਤੁਸੀਂ ਦੇਖ ਰਹੇ ਹੋ, ਤੁਹਾਨੂੰ ਆਹ ਚੀਜ਼ਾਂ 'ਚ ਹੈਲਪ ਚਾਹੀਦੀ ਆ, ਤਾਂ ਮੈਂ ਇਹਨਾਂ ਦੇ ਥਰੂ ਲਾਈਕ ਤੁਸੀਂ ਮੇਰੇ ਨਾਲ ਕਨੈਕਟ ਕਰ ਲਓ, ਮੈਂ ਤੁਹਾਨੂੰ ਇਹਦੇ 'ਚੋਂ ਵੀ ਹੈਲਪ ਕਰ ਦਊਗਾ, ਡਿਸਿਪਲਿਨ ਦੀ ਗੱਲ ਹੁੰਦੀ ਹੈ, ਜੋ ਮੋਟੀਵੇਸ਼ਨ ਆ ਨਾ, ਪੰਗਾ ਹੁੰਦਾ, ਆਪਾਂ ਮੂਵੀ ਦੇਖੀ, ਉਹ ਚ ਵਧੀਆ ਬਾਡੀ ਸੀਗੀ ਬੰਦੇ ਦੀ, ਰੀਲ ਦੇਖੀ, ਵਧੀਆ ਬਾਡੀ ਸੀ, ਉਹਨੂੰ ਦੇਖ ਕੇ ਆਪਾਂ ਮੋਟੀਵੇਟਡ ਹੋ ਗਏ, ਮੋਟੀਵੇਸ਼ਨ ਮੋਟੀਵੇਸ਼ਨ ਚੱਲਦੀ ਆ ਥੋੜੇ ਟਾਈਮ ਲਈ, ਇੱਕ ਘੰਟੇ ਲਈ, ਇੱਕ ਦਿਨ ਲਈ, ਦੋ ਦਿਨ ਲਈ, ਇੱਕ ਹਫਤੇ ਲਈ, ਮੋਟੀਵੇਸ਼ਨ ਇਦੋਂ ਜ਼ਿਆਦਾ ਨਹੀਂ ਚੱਲਦੀ, ਡਿਸਿਪਲਿਨ ਚੱਲਦਾ ਜੋ ਸਾਲੋ ਸਾਲ ਚੱਲਦਾ। ਸੋ ਮੋਟੀਵੇਸ਼ਨ ਤੁਹਾਨੂੰ ਸਟਾਰਟ ਕਰਾ ਦੂਗੀ, ਪਰ ਤੁਹਾਡੀ ਜੋ ਚੀਜ਼ ਅਚੀਵ ਕਰਨੀ ਹੈ ਉਹ ਡਿਸਿਪਲਿਨ ਕਰਾਊਗੀ। ਸੋ ਤੁਸੀਂ ਉਹੀ ਸੇਮ ਬੋਰਿੰਗ ਚੀਜ਼ਾਂ ਤੁਹਾਨੂੰ ਰੈਗੂਲਰ ਕਰਨੀਆਂ ਪੈਣੀਆਂ, ਤਾਂ ਹੀ ਇੱਦਾਂ ਦੇ ਰਿਜ਼ਲਟਸ ਆ ਜਾਣੇ ਆ, ਤਾਂ ਹੀ ਤੁਸੀਂ ਫੋਟੋ ਜਿਹਾ ਤੁਹਾਡੀ ਫੋਟੋ ਲੱਗ ਜਾਣੀ। ਅੱਛਾ ਆਪਾਂ ਸੀਗੇ ਬਿਜ਼ਨਸ ਜੀ, ਹਰ ਇੱਕ ਬੰਦਾ ਪੈਸੇ ਕਮਾਉਣਾ ਚਾਹੁੰਦਾ, ਅਸੀਂ ਵੀ ਪੈਸੇ ਕਮਾਉਣਾ ਚਾਹੁੰਦੇ ਹਾਂ, ਹੋਰ ਤੁਹਾਡਾ ਕੋਈ ਗੋਲ ਹੁੰਦਾ ਹੀ ਨਹੀਂ, ਤੇ ਫਿਟਨੈਸ ਇੰਡਸਟਰੀ ਆਜ਼ਰਮ ਜੀ ਬਿਜ਼ਨਸ ਬਣ ਚੁੱਕੀ, ਇੱਕ ਨਹੀਂ ਮੇਰੇ ਖਿਆਲ ਸੇ ਕਿੰਨੇ ਜ਼ਿਆਦਾ ਇਨਫਲੂਐਂਸਰ ਹੈ ਜਿਹੜੇ ਕੋਈ ਵੀ ਚੀਜ਼ ਪ੍ਰਮੋਟ ਕਰ ਦਿੰਦੇ ਆ, ਮੇਰੇ ਸਾਰੇ ਦੋਸਤ ਯਾਰ ਦੇਖਦੇ ਹੋਣ ਇੰਸਟਾਗ੍ਰਾਮ ਤੇ, ਆਪਾਂ ਨੂੰ ਦੂਜੀ ਤੀਜੀ ਰੀਲ ਤੋਂ ਬਾਅਦ ਇੱਕ ਐਡ ਦਿਖੂਗੀ, ਇਹ ਦੀਵਾਲੀ ਆਫਰ, ਕ੍ਰਿਸਮਸ ਆਫਰ, ਤੁਸੀਂ ਆਹ ਲੈ ਜਾਓ। ਇੱਕ ਬੜੇ ਹੀ ਪੰਜਾਬੀ, ਕਿਉਂਕਿ ਅਸੀਂ ਪੰਜਾਬ ਦੇ ਚੈਨਲ ਆ, ਅਸੀਂ ਪੰਜਾਬੀ ਬੰਦੇ ਹਾਂ ਸਾਰੇ, ਪੰਜਾਬ 'ਚ ਵੀ ਕਾਫੀ ਯੂਥ ਜਿਹੜੇ ਫਿਟਨੈਸ ਵਾਲੇ ਹੈਗੇ ਆ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗਾ ਓਬਵੀਅਸਲੀ, ਉਹ ਵੀ ਬੜੀ ਚੀਜ਼ਾਂ ਪ੍ਰਮੋਟ ਕਰ ਦਿੰਦੇ ਸਿਰਫ ਔਰ ਸਿਰਫ ਇੱਕ ਵਿਊਜ਼ ਵਾਸਤੇ।
ਉਹ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਉਹ ਸੱਚ ਹੈ ਜਾਂ ਕਿਆ ਹੈ, ਉਹਨੂੰ ਕਿੱਦਾਂ ਬੰਦ ਕੀਤਾ ਜਾ ਸਕਦਾ, ਕਿੱਦਾਂ ਤੁਸੀਂ ਵਿਊਜ਼ ਨੂੰ ਕਿੱਦਾਂ ਕਹਿ ਸਕਦੇ ਹੋ ਕਿ ਬਾਈ ਤੁਸੀਂ ਸਹੀ ਚੀਜ਼ ਨਾਲ ਲੱਗੋ? ਯਾਰ ਦੇਖੋ ਇਹਦਾ ਨਾ ਇੱਕ ਸਿੰਪਲ ਜਿਹਾ ਤੁਹਾਨੂੰ ਮੈਂ ਲੌਜਿਕ ਦੱਸਦਾ, ਤੁਸੀਂ ਉਹ ਚੀਜ਼ ਲੈਣੀ ਕਿ ਨਹੀਂ ਲੈਣੀ, ਠੀਕ ਹੈ? ਸਿੰਪਲ ਜੀ ਗੱਲ ਆ, ਇੱਕ ਚੀਜ਼ ਸਮਝੋ, ਜਦੋਂ ਕੋਈ ਵੀ ਕੰਪਨੀ ਮੰਨ ਲਓ ਮੇਰੇ ਕੋਲ ਆਊਗੀ ਕਿ ਮੇਰਾ ਆਹ ਚੀਜ਼ ਮੇਰੀ ਪ੍ਰਮੋਟ ਕਰਦੇ ਹਨਾ, ਉਹ ਮੈਨੂੰ ਪੈਸੇ ਦਊਗੀ, ਸਿੰਪਲ ਹੈ, ਜਾਂ ਮੈਨੂੰ ਸਪੋਂਸਰ ਕਰੂਗੀ ਕੁਛ ਨਾ, ਮੇਰਾ ਕੁਛ ਨਾ ਕੁਛ ਬੈਨੀਫਿਟ ਹੋਊਗਾ। ਹੁਣ ਤੁਸੀਂ ਕਿਸੇ ਬੰਦੇ ਨੂੰ, ਤੁਸੀਂ ਕੋਈ ABC ਇਨਫਲੂਐਂਸਰ ਆ, ਤੁਸੀਂ ਉਹਨੂੰ ਦੇਖ ਰਹੇ ਹੋ ਬੜੀ ਦੇਰ ਤੋਂ ਹਨਾ, ਹੁਣ ਮੰਨ ਲਓ ਤੁਸੀਂ ਇੱਕ ਸਾਲ ਤੋਂ ਉਹਨੂੰ ਦੇਖ ਰਹੇ ਹੋ ਉਹ ਕੀ ਕੀ ਕਰ ਰਿਹਾ, ਕੀ ਕੁਛ ਕਰ ਰਿਹਾ, ਹੁਣ ਉਹ ਇੱਕ ਸਾਲ ਦੀ ਜਰਨੀ ਚ ਤਾਂ ਉਹ ਚੀਜ਼ ਉਹਦੀ ਲਾਈਫ ਚ ਹੈ ਨਹੀਂ, ਇਹ ਅੱਜ ਆ ਕੇ ਉਹਨੂੰ ਕਹਿ ਰਿਹਾ ਪ੍ਰਮੋਟ ਕਰ ਰਿਹਾ। ਇਹਦੇ ਕਰਕੇ ਹੋਇਆ, ਪਿਛਲੇ ਇੱਕ ਸਾਲ ਦੋ ਸਾਲ ਨੀ ਦੱਸਿਆ ਵੀ ਇਹਦੇ ਕਰਕੇ ਹੋਇਆ, ਇਹ ਹੁਣ ਕਿਵੇਂ ਹੋ ਗਿਆ, ਇਹ ਇੱਕਦਮ ਜਾਦੂ ਦੀ ਪੁੜੀਆ ਕਿਵੇਂ ਆ ਗਈ? ਹਰੇਕ ਚੀਜ਼ ਪਿੱਛੇ ਵੈਲ ਰਿਸਰਚ ਤੁਸੀਂ ਆਪ ਵੀ ਕਰਨੀ ਸ਼ੁਰੂ ਕਰੋ, ਗੂਗਲ ਹੈਗਾ ਸਭ ਕੋਲ ਯਾਰ, ਗੂਗਲ ਰਿਸਰਚ ਕਰਨਾ ਸ਼ੁਰੂ ਕਰੋ। ਤੇ ਆਪਾਂ ਹੁਣ ਇੱਕ ਹੋਰ ਚੀਜ਼ ਪੁੱਛਦੇ, ਡੁੱਬਦਾ ਪੰਜਾਬ, ਪੰਜਾਬ ਹੈਗਾ ਬੜਾ ਦੁੱਖ ਜਿਹਾ ਹੁੰਦਾ ਬੋਲਦੇ ਹੋਏ ਚੀਜ਼, ਇੱਕ ਟਾਈਮ ਪੰਜਾਬ ਹੁੰਦਾ ਸੀਗਾ ਅਣਖਿਲਿਆਂ ਦਾ ਸੀਗਾ, ਜੇ ਅਸੀਂ ਕਹਿੰਦੇ ਰੰਗਲਾ ਪੰਜਾਬ ਸੀਗਾ, ਹਰ ਇੱਕ ਪੰਜਾਬ ਚ ਅਲੱਗ ਅਲੱਗ ਚੀਜ਼ਾਂ ਮਿਲਦੀਆਂ ਹੁੰਦੀਆਂ ਸੀ, ਹੁਣ ਪੰਜਾਬ ਡੁੱਬਦਾ ਜਾ ਰਿਹਾ। ਉਹ ਆਪਾਂ ਕਿਸ ਨੂੰ ਟਾਰਗੇਟ ਕਰੀਏ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿਸ ਨੂੰ ਨੀ ਮੈਂ ਹੱਟ ਕੇ ਚਾਹੇ ਉਹ ਸਰਕਾਰਾਂ ਹੋਣ, ਆਪਾਂ ਕਿ ਸਰਕਾਰ ਨੂੰ ਵੀ ਨਹੀਂ, ਉਹ ਕਿਸੇ ਵੀ XYZ ਰੀਜ਼ਨ ਕਾਰਨ ਹੋ ਸਕੇ ਡੁੱਬ ਰਿਹਾ ਪੰਜਾਬ, ਉਹਦਾ ਮੇਨ ਕਾਰਨ ਆਹ ਕਹਿ ਸਕਦੇ ਹਾਂ, ਉਹਦੇ ਵਿੱਚ ਮੇਨ ਸਫ਼ਰ ਯੂਥ ਕਰ ਰਹੇ, ਸਾਡੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਹਟਾਤੀ ਹੈ, ਹੁਣ ਆਪਾਂ ਹੁਣ ਆਏ ਹਾਂ, ਸਾਡਾ ਮੇਨ ਜਿਹੜਾ ਇਫੈਕਟ ਸਾਨੂੰ ਇਫੈਕਟ ਕਰ ਰਿਹਾ, ਪੰਜਾਬ ਦੀ ਜਿਹੜੀ ਲੈਗੇਸੀ ਹੁੰਦੀ ਸੀ ਉਹ ਖਤਮ ਹੁੰਦੀ ਜਾ ਰਹੀ, ਪੰਜਾਬ ਦੀ ਜਿਹੜੀ ਚੀਜ਼ਾਂ ਹੁੰਦੀਆਂ ਖਤਮ ਹੁੰਦੀ ਜਾ ਰਹੀ, ਜੈਨੇਟਿਕਸ ਵੀ ਕਹਿੰਦੇ ਸੀ ਪੰਜਾਬੀ ਦਾ ਜੈਨੇਟਿਕ ਬੜਾ ਸਟਰੋਂਗ ਹੁੰਦਾ ਸੀਗਾ, ਉਸ ਤਰੀਕੇ ਨਾਲ ਨੀ ਬੋਡੀ ਬਿਲਡਿੰਗ, ਪਰ ਅਣਖੀਲਾ ਜਿਹਾ ਹੁੰਦਾ ਸੀਗਾ, ਅਸੀਂ ਕਿੱਦਾਂ ਹੁਣ ਅਸੀਂ ਵਾਪਸ ਲੈ ਗਏ, ਕਿੱਦਾਂ ਅਸੀਂ ਵੀਰਸ ਨੂੰ ਕਹੀਏ ਕਿ ਤੁਸੀਂ ਆਪਣੇ ਪੰਜਾਬ ਨੂੰ ਬਚਾ ਸਕਦੇ? ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬ ਨੂੰ ਬਚਾਉਣ ਦਾ ਕੀ, ਆਬਵੀਅਸਲੀ ਆਪਣੇ ਹੱਥ ਚ ਹੀ ਆ ਸਾਰਾ ਕੁਝ, ਕੁਛ ਵੀ ਨਹੀਂ ਯਾਰ ਕੀ ਪੋਸੀਬਲ ਨਹੀਂ ਹੈਗਾ, ਸਿੰਪਲ ਹੈ। ਦੇਖੋ ਜ਼ਿਆਦਾਤਰ ਐਕਚੁਅਲੀ ਪੰਜਾਬ ਡੁੱਬਿਆ ਕਿਉਂ, ਮਤਲਬ ਵਨ ਆਫ ਦਾ ਰੀਜ਼ਨ ਜੋ ਆਪਾਂ ਫਿਟਨੈਸ ਨਾਲ ਰਿਲੇਟ ਕਰਦੇ ਹਾਂ, ਆਪਾਂ ਉਹ ਟੌਪਿਕ ਤੇ ਗੱਲ ਕਰਾਂਗੇ, ਹੋਰ ਸੋ ਬਾਕੀ ਤਾਂ ਚਲੋ ਆਪਣੇ ਟੌਪਿਕਸ ਹੀ ਨਹੀਂ ਹੈ, ਆਪਾਂ ਮੇਨ ਜੋ ਫਿਟਨੈਸ ਨੂੰ ਲੈ ਕੇ, ਉਹ ਆ ਗਿਆ ਨਸ਼ਾ। ਨਸ਼ਾ ਠੀਕ ਹੈ, ਸੋ ਪ੍ਰੋਬਲਮ ਇਹ ਹੈ ਕਿ ਆਪਾਂ ਨਾ, ਜਾਂ ਮਤਲਬ ਜੋ ਆਪਣਾ ਯੂਥ ਆ ਉਹ ਨਸ਼ੇ ਨਾਲ ਥੋੜਾ ਜ਼ਿਆਦਾ ਕਨੈਕਟ ਕਰ ਗਿਆ, ਸੋ ਵਿਚ ਇਜ਼ ਬੈਡ। ਉਹਦੇ ਵਿੱਚ ਤੁਸੀਂ ਮੰਨਦੇ ਹੋ ਇਨਫਲੂਐਂਸਰ ਦਾ ਹੱਥ? ਮੈਂ ਕਹੂੰਗਾ ਕਿ ਕਾਫੀ ਚੀਜ਼ਾਂ ਦਾ ਆ, ਜਿਹਦੇ ਵਿੱਚ ਇੱਕ ਲਾਈਕ ਆਈਲ ਸੇ ਕਿ ਸਿਨੇਮਾ ਦਾ ਵੀ ਕਾਫੀ ਹੱਥ ਹੈ, ਸਿਨੇਮਾ ਜਾਂ ਪੰਜਾਬੀ ਇੰਡਸਟਰੀ ਦੇ। ਮੈਂ ਤੁਹਾਨੂੰ ਪਰਸਨਲ ਦੱਸਦਾ, ਪੰਜਾਬੀ ਇੰਡਸਟਰੀ ਗੈਂਗਸਟਰਵਾਦ ਦੇ ਗਾਣੇ, ਨਸ਼ਿਆਂ ਦੇ ਗਾਣੇ ਕਿਉਂ ਚੱਲਦੇ ਆ, ਤੁਹਾਨੂੰ ਕਦੇ ਸੋਚਿਆ ਸੀ? ਮੈਂ ਆਪਣੇ ਵਿਊਜ਼ ਨੂੰ ਕਹੂੰਗਾ, ਤੁਸੀਂ ਕਦੇ ਸੋਚਿਆ ਕਿ ਹਰ ਇੱਕ ਗਾਣਾ ਵਿੱਚ ਕਿਉਂ ਅਫੀਮ ਜਾਂ ਨਸ਼ੇ ਰਹੀ ਨਾ ਦਿੱਤਾ ਜਾਂਦਾ, ਕਿਉਂ ਉੱਥੇ ਚਾਂਦੀ ਡੱਬੀ ਦਿਖਾਈ ਜਾਂਦੀ, ਕਿ ਤੁਹਾਨੂੰ ਲੱਗਦਾ ਤੁਹਾਨੂੰ ਭੜਕਾਉਣ ਵਾਸਤੇ? ਐਕਚੁਅਲੀ ਪਤਾ ਕੀ ਹੁੰਦਾ ਆ, ਥਿੰਗ ਇਜ਼ ਕਿ ਮੈਂ ਇਹਨੂੰ ਨਾ ਦੋ ਤਰੀਕੇ ਨਾਲ ਸੋਚਦਾ। ਸੋ ਦੇਖੋ ਜੇ ਬਾਈ ਚਾਂਸ ਕਿਸੇ ਨੇ ਕੋਈ ਏਦਾਂ ਦਾ ਗਾਣਾ ਗਾਤਾ, ਠੀਕ ਆ, ਹੁਣ ਉਹ ਚੀਜ਼ ਨੂੰ ਅਗਲੇ ਨੇ ਗਾਤਾ, ਤੁਹਾਨੂੰ ਜੇ ਨਹੀਂ ਪਸੰਦ ਤੁਸੀਂ ਨਾ ਸੁਣੋ, ਇੱਕ ਆ ਵੀ ਚੀਜ਼ ਹੁੰਦੀ ਆ, ਪਰ ਪ੍ਰੋਬਲਮ ਇਜ਼ ਉਹ ਚੀਜ਼ਾਂ ਆਪਣੇ ਆਸ ਪਾਸ ਅਵੇਲੇਬਲ ਹੈ, ਆਪਾਂ ਰਿਲੇਟ ਕਰ ਜਾਂਦੇ ਹਾਂ ਬੜੀ ਛੇਤੀ, ਆਪਾਂ ਰਿਲੇਟ ਕਰ ਜਾਂਦੇ ਹਾਂ, ਸਾਡਾ ਯੂਥ ਬੜੀ ਛੇਤੀ ਉਹਦੇ ਚੀਜ਼ ਨੂੰ, ਚਾਹੇ ਗੈਂਗਸਟਰਵਾਦ ਕਹਿ ਲਓ, ਚਾਹੇ ਹੁੱਲੜਬਾਜੀ ਕਹਿ ਲਓ, ਚਾਹੇ ਗੋ ਮਰਜ਼ੀ ਚੀਜ਼ ਨੂੰ ਕਹਿ ਲਓ, ਪੰਜਾਬ ਦੇ ਡੁੱਬਣ ਦੇ ਕਾਰਨ ਹੈ, ਸਭ ਤੋਂ ਪਹਿਲਾ ਕਾਰਨ ਨਸ਼ਾ। ਆਪਾਂ ਕਿੱਦਾਂ ਛੱਡ ਸਕਦੇ ਹਾਂ? ਮੈਂ ਤੁਹਾਨੂੰ ਪਰਸਨਲੀ ਗੱਲ ਦੱਸਾਂ, ਆਪਾਂ ਇੰਸਟਾ ਤੇ ਬੜੇ ਸਾਰੇ ਲੋਕਾਂ ਨੂੰ ਦੇਖਦੇ ਹਾਂ
ਕਿ ਕਿੰਨਾ ਲੋਕ ਕੈਮੀਕਲ ਨਸ਼ਾ ਜਿਹਨੂੰ ਅਸੀਂ ਕਹਿੰਦੇ ਨੇ ਕਿੰਨੀ ਕਿੰਨਾ ਕਰ ਰਹੇ ਨੇ ਤੇ ਕਿੱਦਾਂ ਸ਼ਰੇ ਆਮ ਇਨਫਲੂਐਂਸ ਹੋ ਰਿਹਾ ਸ਼ਰੇ ਆਮ, ਕੋਈ ਉਹਦੇ ਵਿੱਚ ਕੋਈ ਜਾਂ ਸੋਸ਼ਲ ਮੀਡੀਆ ਨੀ ਉੱਥੇ ਕੋਈ ਕ੍ਰਾਈਟੇਰੀਆ ਲਾ ਰਹੇ ਕਿ ਤੁਸੀਂ ਕੋਈ ਚੀਜ਼ ਪ੍ਰਮੋਟ ਨਹੀਂ ਕਰ ਸਕਦੇ, ਕਿਆ ਸੋਸ਼ਲ ਮੀਡੀਆ ਦੇ ਜਿਹੜੇ AI ਹੈ ਕੁਛ ਵੀ ਉਹਨਾਂ ਨੂੰ ਨਹੀਂ ਪਤਾ ਕਿ ਨਸ਼ਾ ਕਿਆ ਹੁੰਦਾ, ਯੂਟਿਊਬ ਤੇ ਤਾਂ ਹੈਗਾ, ਯੂਟਿਊਬ ਤਾਂ ਮਿੰਟੋ ਮਿੰਟ ਹੀ ਬਲੌਕ ਕਰ ਦਿੰਦਾ। ਦੇਖੋ ਹੁਣ ਆਪਾਂ ਚਲੋ ਇਹ ਤਾਂ ਅਲੱਗ ਚੀਜ਼ ਆ ਵੀ ਆਪਾਂ ਲਿਖੇ ਉਹਦੇ ਤੇ ਤੇ ਆਈ ਬਿਲੀਵ ਇਹ ਟੌਪਿਕ ਵੀ ਅਲੱਗ ਨਿਕਲੇਗਾ, ਪਰ ਫਿਲਹਾਲ ਮੈਂ ਇੰਨਾ ਜ਼ਰੂਰ ਕਹੂੰਗਾ, ਦੇਖੋ ਜਿਵੇਂ ਮੇਰੇ ਕੋਲ ਜੋ ਆਉਂਦੇ ਆ ਨਾ ਲਾਈਕ ਮੇਰੇ ਜਿਮ 'ਚ ਜੋ ਆਉਂਦੇ ਆ ਕਲਾਇੰਟਸ ਹੈ ਨਾ, ਮੈਂ ਉਹਦੇ 'ਚੋਂ 70-80% ਲੋਕਾਂ ਨੂੰ ਇਹ ਚੀਜ਼ਾਂ ਤੋਂ ਹਟਾਤਾ। ਕਿਉਂਕਿ ਤਰੀਕਾ ਜਿਸ ਤਰੀਕੇ ਨਾਲ ਸ਼ੁਰੂ ਕਰ ਸਕੀ ਸਾਰੇ ਨਾਲ, ਦੇਖੋ ਸਿੰਪਲ ਹੈ, ਤੁਹਾਨੂੰ ਨਾ ਮਾਈਂਡ ਤੋਂ ਸਟਰੋਂਗ ਹੋਣਾ ਪੈਂਦਾ, ਵਨ ਥਿੰਗ। ਇਹ ਦਿਮਾਗੀ ਜੋ ਕਮਜ਼ੋਰ ਹੁੰਦੇ ਆ ਨਾ, ਮਤਲਬ ਜੋ ਥੋੜਾ ਜਿਹਾ ਲਾਈਕ ਵੀਕ ਹੁੰਦੇ ਆ, ਵੀਕ ਇਨ ਦਾ ਸੈਂਸ ਮਤਲਬ ਉਹ ਨਹੀਂ ਕਿ ਮੈਂਟਲੀ ਕੁਛ ਉਹਨਾਂ ਨੂੰ ਹੈਲਥ ਪ੍ਰੋਬਲਮ ਹੈ, ਉਹ ਚੀਜ਼ ਨਹੀਂ ਮੈਂ ਕਹਿ ਰਿਹਾ, ਲਾਈਕ ਜੋ ਥੋੜਾ ਜਿਹਾ ਛੇਤੀ, ਦੇਖੋ ਤੁਹਾਡੀ ਵਿਲ ਪਾਵਰ ਤੋਂ ਉੱਤੇ ਕੁਛ ਨਹੀਂ ਹੈਗਾ। ਘਰਦਿਆਂ ਤੋਂ ਅਲੱਗ ਚੰਡੀਗੜ੍ਹ ਵਰਗੇ ਸ਼ਹਿਰ ਚ ਰਿਹਾ, ਠੀਕ ਹੈ, 5-7 ਸਾਲ ਇਕੱਲਾ, ਮੈਂ ਤਾਂ ਵੀ ਨੀ ਕੀਤਾ, ਤੇ ਮੇਰੀ ਆਲੇ ਦੁਆਲੇ ਮੇਰੇ ਬਹਿ ਕੇ ਨਾਲ, ਮੈਂ ਓਦਾਂ ਦੇ ਲੋਕਾਂ ਚ ਬਹਿ ਕੇ ਵੀ ਬਿਨਾਂ ਖਾਧੇ ਪੀਤੇ ਉੱਠ ਕੇ ਆ ਜਾਂਦਾ ਸੀਗਾ। ਸੋ ਤੁਹਾਡੀ ਵਿਲ ਪਾਵਰ ਹੁੰਦੀ ਹੈ ਸਭ ਤੋਂ ਬੜੀ। ਦੂਜੀ ਚੀਜ਼ ਹੁੰਦੀ ਆ ਤੁਹਾਨੂੰ ਨਾ ਇੱਕ ਚੀਜ਼ ਦਾ ਨਸ਼ਾ ਲੱਗਣਾ ਜ਼ਰੂਰੀ ਹੈ, ਇੱਕ ਚੀਜ਼ ਦਾ, ਉਹ ਕੋਈ ਵੀ ਕਿਸੇ ਚੀਜ਼ ਦਾ, ਕਿਸੇ ਨੂੰ ਨਸ਼ੇ ਦਾ ਹੀ ਨਸ਼ਾ ਲੱਗ ਜਾਂਦਾ, ਕਿਸੇ ਨੂੰ ਮੈਨੂੰ ਫਿਟਨੈਸ ਦਾ ਲੱਗ ਗਿਆ ਸੀਗਾ, ਕਿਸੇ ਨੂੰ ਪੈਸੇ ਕਮਾਉਣ ਦਾ ਲੱਗ ਜਾਂਦਾ, ਕਿਸੇ ਨੂੰ ਗੱਡੀਆਂ ਦਾ ਲੱਗ ਜਾਂਦਾ, ਕਿਸੇ ਨੂੰ ਨਸ਼ਾ ਖੁਦ ਲੱਭਣਾ ਪੈਣਾ। ਹਾਂ, ਤੁਸੀਂ ਜੇ ਕੋਈ ਚੰਗੀ ਚੀਜ਼ ਦਾ ਨਸ਼ਾ, ਪੈਸੇ ਕਮਾਉਣ ਦਾ ਨਸ਼ਾ ਵਧੀਆ ਯਾਰ, ਤੁਸੀਂ ਉਹ ਲਾ ਲਓ, ਸੋ ਮਿਹਨਤ ਕਰੋ, ਸਾਰਾ ਕੁਛ ਕਰੋ, ਅੱਛੇ ਉਹਦੇ ਨਾਲ ਜਾਓ, ਆਪਣੇ ਮਾਂ ਬਾਪ ਦਾ ਨਾਮ ਉੱਚਾ ਕਰੋ, ਸਾਰੀ ਉਹ ਚੀਜ਼ਾਂ। ਬਟ ਥਿੰਗ ਇਜ਼ ਕਿ ਫਿਟਨੈਸ ਤਾਂ ਯਾਰ, ਫਿਟਨੈਸ ਤਾਂ ਬਹੁਤ, ਕੋਵਿਡ ਨੇ ਸਾਰਾ ਕੁਛ ਇਹ ਦੱਸਤਾ, ਕਰੋਨਾ ਨੇ ਉਹ ਦੱਸਤਾ, ਜੇ ਫਿਟ ਨਹੀਂ ਹੈਗੇ ਤੁਸੀਂ ਕਦੀ ਵੀ ਨਿਬੜ ਜਾਣਾ, ਕਦੀ ਵੀ ਨਿਬੜ ਜਾਣਾ। ਸੋ ਫਿਟਨੈਸ ਦਾ ਨਸ਼ਾ ਤਾਂ ਲਾਓ, ਉਹਨੂੰ ਭਾਵੇਂ ਤੁਸੀਂ ਨਸ਼ਾ ਮੰਨ ਲਓ, ਭਾਵੇਂ ਉਹਨੂੰ ਤੁਸੀਂ ਐਜ਼ ਅ ਮੈਡੀਸਿਨ ਮੰਨ ਲਓ, ਕੁਛ ਵੀ ਮੰਨ ਲਓ, ਹਾਂ ਬਹੁਤ ਜ਼ਰੂਰੀ ਹੈ। ਜਿੱਦਾਂ ਆਪਣਾ ਅੱਜ ਕੱਲ ਦੇ ਲਾਈਫ ਸਟਾਈਲ ਜੇ ਆ, ਨਸ਼ੇ ਨੁਸ਼ੇ ਤਾਂ ਚਲੋ ਘਰ ਦੀ ਅਲੱਗ ਚੀਜ਼ ਹੋ ਗਈ, ਆਪਾਂ ਜਦੋਂ ਕੰਮ ਕਰਦੇ ਆਪਾਂ 8-8, 10-12 ਘੰਟੇ ਬਹਿ ਕੇ ਕੰਮ ਕਰਨਾ, ਆਪਾਂ ਘਰੋਂ ਉੱਠਦੇ ਆ, ਗੱਡੀ ਚ ਬਹਿੰਦੇ, ਦੂਜੀ ਜਗ੍ਹਾ ਪਹੁੰਚ, ਅਰੇ ਪੈਦਲ ਹੀ ਨੀ ਤੁਰਦੇ ਨੀ ਅਸੀਂ ਕਿਤੇ, ਫਿਜ਼ੀਕਲ ਐਕਟੀਵਿਟੀ ਹੈ ਹੀ ਨੀ, ਉਹਦੇ ਕਰਕੇ ਹੀ ਫਿਜ਼ੀਕਲ ਐਕਟੀਵਿਟੀ ਨਾ ਹੋਣ ਕਰਕੇ ਆਪਾਂ ਅੰਦਰੋਂ ਕਮਜ਼ੋਰ ਹੋਈ ਜਾ ਰਹੇ ਹਾਂ। ਸੋ ਤੁਸੀਂ ਜਦੋਂ ਵਰਕਆਊਟ ਕਰਨਾ ਸ਼ੁਰੂ ਕਰੋਗੇ ਨਾ, ਕੋਈ ਵੀ ਵਰਕਆਊਟ, ਮੈਂ ਨੀ ਕਹਿੰਦਾ ਜੀ ਸਿਰਫ ਜਿਮ ਜਾਓ, ਨਾਲ ਉਹਦਾ ਕੁਛ ਵੀ ਕਰੋ, ਐਨੀਥਿੰਗ, ਡੂ ਐਨੀਥਿੰਗ, ਠੀਕ ਹੈ। ਸੋ ਤੁਸੀਂ ਸਵਿਮਿੰਗ ਕਰੋ, ਮਾਰਸ਼ਲ ਆਰਟਸ ਕਰ ਲਓ, ਯੋਗਾ ਕਰ ਲਓ, ਕੁਛ ਨੀ ਹੁੰਦਾ, ਰਨਿੰਗ ਕਰ ਲਓ ਸਵੇਰੇ ਉੱਠ ਕੇ, ਸਾਈਕਲਿੰਗ ਕਰ ਲਓ, ਕੁਛ ਵੀ ਕਰ ਲਓ, ਐਨੀ ਕੋਈ ਗੇਮ ਖੇਡ ਲਓ, ਕੋਈ ਸਪੋਰਟ ਕਰ ਲਓ, ਕ੍ਰਿਕਟ ਖੇਲੋ, ਫੁੱਟਬਾਲ ਖੇਲੋ, ਆਨਲਾਈਨ ਪਬਜੀ ਵਗੈਰਾ ਨਹੀਂ ਕਹਿ ਰਹੇ, ਠੀਕ ਹੈ, ਜਾ ਕੇ ਫਿਜ਼ੀਕਲ ਐਕਟੀਵਿਟੀ, ਅੰਗੂਠਿਆਂ ਦੀ ਨੀ, ਇਹ ਚੀਜ਼ ਹੈ ਨਾ, ਸੋ ਡੂ ਐਨੀਥਿੰਗ। ਸੋ ਉਹ ਤੁਹਾਨੂੰ ਕੀ ਹੈ, ਹੌਲੀ ਹੌਲੀ ਤੁਹਾਡੇ ਫਿਜ਼ੀਕਲ ਸਟਰੈਂਥ ਦੇ ਨਾਲ ਨਾਲ ਮੈਂਟਲ ਸਟਰੈਂਥ ਤੇ ਵੀ ਕੰਮ ਕਰੂਗੀ, ਸੋ ਤੁਸੀਂ ਉਹ ਵੀ ਬੈਟਰ ਤੁਹਾਡੀ ਪਰਫਾਰਮੈਂਸ ਦੀ ਜਾਵੇ, ਤੇ ਜਿਵੇਂ ਜਿਵੇਂ ਤੁਹਾਡਾ ਮੈਂਟਲ ਸਟਰੈਂਥ ਵਧੇਗਾ ਤੁਹਾਡੀ ਚੀਜ਼ਾਂ ਘੱਟ ਜਾਊਗੀ। ਜੇ ਮੈਂ ਹੁਣੇ ਦੱਸਿਆ ਕਿ ਮੇਰੇ ਜਿਮ ਚ ਆਉਂਦੇ ਹੋਏ ਲਗਭਗ 70-80% ਲੋਕਾਂ ਨੂੰ ਮੈਂ ਕਾਫੀ ਚੀਜ਼ਾਂ ਤੋਂ ਛੁਡਾਇਆ, ਕਿਵੇਂ ਹੁਣ ਤੁਹਾਡੀ, ਮੈਂ ਉਹਨਾਂ ਦੇ ਨਾਲ ਥੋੜ੍ਹੀ ਰਹਿਣਾ 24 ਘੰਟੇ, ਮੈਂ ਉਹਨਾਂ ਦੀ ਟ੍ਰੇਨਿੰਗ ਇੱਦਾਂ ਦੀ ਰੱਖਦਾ, ਉਹਨਾਂ ਦਾ ਵਰਕ, ਉਹਨਾਂ ਨੂੰ ਮੈਂ ਰਿਜ਼ਲਟਸ ਦਿਖਾਉਣ ਲੱਗ ਜਾਂਦਾ, ਉਹ ਇੰਨਾ ਢਿੱਡ ਲੈ ਕੇ ਦਾਰੂ ਪੀ ਰਹੇ ਆ, ਸਿਗਰਟਸ ਪੀ ਰਹੇ ਆ, ਹੈ ਨਾ, ਈਵਨ ਹੋਰ ਜੋ ਵੀ ਆ, ਵਟੈਵਰ ਹੈ ਨਾ। ਸੋ ਜਦੋਂ ਮੈਂ ਉਹਨਾਂ ਦਾ ਢਿੱਡ ਘਟਾਉਣ ਲਾ ਤਾ, ਉਹਨਾਂ ਨੂੰ ਰਿਜ਼ਲਟ ਦਿਖਿਆ, ਉਹ ਲਾਲਚ ਉਹਨਾਂ ਨੂੰ ਜ਼ਿਆਦਾ ਪੈ ਗਿਆ, ਉਹਨਾਂ ਨੇ ਉਹ ਛੱਡਤਾ। ਸੋ ਸਿੰਪਲ, ਦਾਰੂ ਦੇ ਸਿਗਰਟ ਦੀ ਗੱਲ ਕੀਤੀ, ਇਹਨੂੰ ਇਹਨੂੰ ਜੇ ਆਪਾਂ ਦਾਰੂ ਸਿਗਰਟ ਲਾਈਏ, ਇਹਨੂੰ ਆਪਾਂ ਕਹਿੰਦੇ ਇੰਜੋਏ ਕਰਦੇ ਹਾਂ ਇਹ ਚੀਜ਼ ਨੂੰ ਆਪਾਂ,
ਜੇ ਆਪਾਂ ਫਿੱਟ ਹੋਣਾ ਸਾਨੂੰ ਚੀਜ਼ਾਂ ਛੱਡਣੀਆਂ ਪੈਣੀਆਂ ਫਿਰ। ਦੇਖੋ ਬ੍ਰਦਰ ਪਤਾ ਕੀ ਹੁੰਦਾ, ਕੁਝ ਲੈਵਲ ਰੱਖਣਾ। ਮੈਂ ਦੱਸਦਾ ਸਿੰਪਲ ਜੀ ਗੱਲ ਇਹਦਾ, ਇਹ ਤਾਂ ਕਨਫਰਮਡ ਹੈ ਕਿ ਇਹ ਚੀਜ਼ਾਂ ਦੇ ਆਰ ਨੋਟ ਗੁੱਡ ਫੋਰ ਯੋਰ ਹੈਲਥ। ਬਿਲਕੁਲ ਠੀਕ ਹੈ, ਪਰਫੈਕਟ। ਹੁਣ ਗੱਲ ਇਹ ਕਿ ਇਹਨੂੰ ਜੇ ਤੁਸੀਂ ਆਜ਼ ਇੰਜੋਇਮੈਂਟ ਵੀ ਲੈ ਕੇ ਚੱਲਦੇ ਹੋ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ। ਇੰਜੋਇਮੈਂਟ ਮਹੀਨੇ ਚ ਇੱਕ ਵਾਰ ਹੋ ਜੂ, 2 ਮਹੀਨੇ ਚ ਇੱਕ ਵਾਰ ਹੋ ਜੂ, 6 ਮਹੀਨੇ ਚ ਓਕੇਜਨਲੀ ਹੋ ਗਿਆ, ਕੁਛ ਕੋਈ ਬਰਥਡੇ ਆ ਗਿਆ, ਵਿਆਹ ਸ਼ਾਦੀ ਆ ਗਿਆ, ਕਰ ਲਓ ਓਕੇਜਨਲੀ ਓਕੇ। ਪਰ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਇਹਨੂੰ ਰੈਗੂਲਰ ਕਰਦੇ ਹੋ, ਦੈਟ ਇਜ਼ ਐਨ ਇਸ਼ੂ। ਹੁਣ ਇੱਕ ਚੀਜ਼ ਸਮਝੋ, ਬਦਾਮ ਵਧੀਆ ਹੁੰਦੇ ਖਾਣ ਲਈ, ਕੋਈ ਵੀ ਨਹੀਂ ਕਹੂਗਾ ਕਿ ਬਦਾਮ ਬੁਰੇ ਹੁੰਦੇ ਆ, ਸਿੰਪਲ। ਹਾਂ, ਬਦਾਮਾਂ ਤੋਂ ਕਹਿੰਦੇ, ਬਦਾਮਾਂ ਦਾ ਆਈ ਗੈਸ 6 ਸੁਣੇ, ਬਦਾਮਾਂ ਦਾ ਪਾਊਡਰ ਵਿੱਚ ਚੀਜ਼ਾਂ ਮਿਕਸ ਕਰੋ ਤੇ ਪੀਓ, ਫਿਰ ਸਵੇਰ ਤੜੀ। ਸਹੀ ਚੀਜ਼ ਵੀ ਗਲਤ ਹੋ ਗਈ, ਸੋ ਓਬਵੀਅਸਲੀ ਇੱਕ ਬੈਡ ਇਫੈਕਟ ਕ੍ਰੀਏਟ ਕਰੂਗਾ ਤੁਹਾਡੇ ਤੇ। ਆਈ ਚੀਜ਼ ਉਹਦੇ ਨਾਲ ਆ, ਦਾਰੂ ਸਿਗਰਟ ਤੁਸੀਂ ਸਾਲ ਚ ਕਿਸੇ ਨੇ ਇੱਕ ਅੱਧੀ ਯਾਰ 2 ਵਾਰ ਪੀ ਲਈ ਤਾਂ ਕਿਆ ਹੋ ਗਿਆ, ਕੁਝ ਵੀ ਨਹੀਂ ਹੋਇਆ, ਇੰਜੋਏ ਤਾਂ ਇੰਜੋਏ ਹੋ ਗਿਆ। ਬਟ ਹੁਣ ਤੁਸੀਂ ਰੈਗੂਲਰ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਜਿਹੜੀ ਵੀ ਚੀਜ਼ ਤੁਸੀਂ ਅਤੀ ਕਰਤੀ ਨਾ, ਜਿਹੜੀ ਚੀਜ਼ ਦੀ ਅਤੀ, ਉਹ ਖਤਮ ਕਰ ਦੂਗੀ ਤੁਹਾਨੂੰ, ਉਹ ਪ੍ਰੋਬਲਮ ਕ੍ਰੀਏਟ ਕਰੂਗੀ। ਉਹ ਭਾਵੇਂ ਬਦਾਮ ਆ ਭਾਵੇਂ ਦਾਰੂ ਆ, ਫਿਰ ਉਹ ਬਰਾਬਰ ਹੀ ਕੰਮ ਕਰੂਗੀ, ਜ਼ਹਿਰ ਦੇ ਕੰਮ। ਬਦਾਮ ਜ਼ਿਆਦਾ ਹੋਊਗੀ ਨਾ, ਦਰਦ ਦੇ ਕੰਮ ਕਰਨਾ। ਐਗਜ਼ੈਕਟਲੀ, ਤੁਸੀਂ ਕੋਈ ਵੀ ਚੀਜ਼, ਰੋਟੀਆਂ ਜ਼ਿਆਦਾ ਖਾ ਲਓ ਉਹ ਖਰਾਬ ਕਰੂਗਾ। ਦੁੱਧ, ਦੁੱਧ ਵਧੀਆ ਹੁੰਦਾ, ਰੋਜ਼ ਦਾ ਪਿਓ 10-10 ਲੀਟਰ ਦੁੱਧ, ਦੇਖੋ ਦੁੱਧ ਕਿਵੇਂ ਖਰਾਬ ਕਰਦਾ ਤੁਹਾਨੂੰ। ਹਰ ਇੱਕ ਚੀਜ਼ ਦਾ ਇੱਕ ਹੁੰਦਾ ਆ, ਸੋ ਤੁਹਾਨੂੰ ਆਪਣੀ ਉਹ ਲਿਮਿਟਸ ਚੈੱਕ ਆਨ ਕਰਨੀ ਚਾਹੀਦੀ ਹੈ। ਤੁਸੀਂ ਹੁਣ ਮੇਰੇ ਨਾਲ ਬਦਾਮ ਕਾਜੂ ਦੀ ਗੱਲ ਕੀਤੀ, ਅਸੀਂ ਇਹਨੂੰ ਕਹਿੰਦੇ ਇਹ ਨੈਚੁਰਲ ਚੀਜ਼ਾਂ, ਨੈਚੁਰਲੀ ਬਣਦੀਆਂ, ਕੋਈ ਉਹ ਨਹੀਂ ਹੈਗਾ। ਅਸੀਂ ਘਰੋਂ ਜਿਹੜੇ ਜਿਹੜੇ ਅਸੀਂ ਪੰਜਾਬੀ ਕਰਵਾਉਂਦੇ, ਸਾਡੇ ਘਰ ਇੱਕ ਚੀਜ਼ ਕਹਿੰਦੇ ਕਿ ਮੁੰਡੇ ਨੂੰ ਤਗੜਾ ਕਰਨਾ, ਬਦਾਮ ਕਾਜੂ ਲਿਆਓ, ਉਹਨਾਂ ਅਸੀਂ ਪੀਸਦੇ ਹਾਂ ਤੇ ਉਹਨੂੰ ਦੁੱਧ ਹੀ ਪਾ ਕੇ ਪੀਂਦੇ ਹਾਂ। ਹਲਦੀ ਵਾਲਾ ਦੁੱਧ ਸਾਡੇ ਪੰਜਾਬ 'ਚ ਬਹੁਤ ਕਾਮਨ ਹੈ, ਦਹੀਂ ਲੱਸੀ ਤਾਂ ਮਤਲਬ ਹਰ ਇੱਕ ਘਰ ਦੀ ਇੱਕ ਪਹਿਚਾਣ ਹੈ। ਰੋਟੀ ਬਿਨਾਂ ਮੱਖਣ ਤੋਂ ਸਾਡੇ ਪੰਜਾਬ 'ਚ ਕੋਈ ਖਾਂਦਾ ਨਹੀਂ ਹੈਗਾ। ਤੁਸੀਂ ਵੀ ਇੱਕ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਮੈਂ ਵੀ ਇੱਕ ਪੰਜਾਬੀ, ਸਾਡਾ ਕਲਚਰ ਇੱਦਾਂ ਦਾ। ਕਿਆ ਹੁਣ ਇਹ ਬਦਾਮ ਕਾਜੂ ਇਫੈਕਟ ਕਰਦੇ ਆ ਸਾਨੂੰ? ਦੇਖੋ ਸੱਤੂ ਪਾਊਡਰ ਇਜ਼ ਨਾਟ ਬੈਡ, ਬੁਰਾ ਨਹੀਂ ਹੈ। ਪ੍ਰੋਬਲਮ ਇਹ ਕਿ ਉਹਨੂੰ ਕੁਛ ਹੋਰ ਕਹਿ ਕੇ ਵੇਚਿਆ ਜਾ ਰਿਹਾ। ਹੁਣ ਮੰਨ ਲਓ ਮੈਂ ਤੁਹਾਨੂੰ ਲੋਹਾ ਵੇਚ ਰਿਹਾ, ਲੋਹਾ, ਪਰ ਮੈਂ ਲੋਹਾ ਕਹਿ ਕੇ ਵੇਚਾਂ ਤਾਂ ਤੁਸੀਂ ਉਹਨੂੰ ਐਜ਼ ਲੋਹਾ ਹੀ ਯੂਜ਼ ਕਰੋਗੇ, ਤੁਸੀਂ ਲੋਹੇ ਦਾ ਜੰਗਲਾ ਬਣਾ ਲਓ। ਪਰ ਮੈਂ ਲੋਹਾ ਵੇਚ ਰਿਹਾ ਸੋਨਾ ਕਹਿ ਕੇ, ਹਾਂ ਪ੍ਰੋਬਲਮ ਇਹ ਹੋ ਰਹੀ ਹੈ। ਸੱਤੂ ਪਾਊਡਰ ਇਜ਼ ਗੁੱਡ, ਬਟ ਉਹਨੂੰ ਪ੍ਰੋਟੀਨ ਕਹਿ ਕੇ ਵੇਚਿਆ ਜਾ ਰਿਹਾ। ਹਾਂ, ਸੋਰਸ ਆਫ ਪ੍ਰੋਟੀਨ, ਦੈਟ ਇਜ਼ ਨਾਟ ਅ ਸੋਰਸ ਆਫ ਪ੍ਰੋਟੀਨ। ਉਹਦੇ ਵਿੱਚ ਸੱਤੂ ਪਾਊਡਰ 'ਚ ਕੁਝ ਮਾਤਰਾ 'ਚ ਪ੍ਰੋਟੀਨ ਹੁੰਦਾ ਆ ਉਹਦੇ 'ਚ, ਬਟ ਦੈਟ ਇਜ਼ ਨਾਟ ਅ ਸੋਰਸ ਆਫ ਪ੍ਰੋਟੀਨ। ਹੁਣ ਆਪਾਂ ਇਸ ਚੀਜ਼ 'ਤੇ ਆ, ਸੋਰਸ ਆਫ ਪ੍ਰੋਟੀਨ ਨਹੀਂ, ਆਪਾਂ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹੜੀ ਮਤਲਬ ਪ੍ਰੋਟੀਨ ਦਾ ਨਾ ਕੰਮ ਕਰ ਸਕੇ ਬਟ ਸਟਿਲ ਹੈਲਪਫੁਲ ਹੋਵੇ। ਹੁਣ ਬਦਾਮ ਕਾਜੂ ਨੂੰ ਕੁਝ ਤੁਹਾਡੇ ਪਰਸਨਲ ਐਕਸਪੀਰੀਅੰਸ ਨਾਲ ਬਣੀ ਹੋਵੇ ਜੀ, ਹਰ ਇੱਕ ਬੰਦਾ ਪਹਿਲੇ ਦਿਨ ਤੋਂ ਸਾਡੇ ਵਾਂਗੂ ਚਿੱਤਰ ਨਹੀਂ ਗਾਦਾ, ਸਾਡੇ ਤੋਂ ਤਾਂ ਖਾਏ ਨਹੀਂ ਹੋਣੇ। ਬਸ ਮੈਂ ਫੂਡਸ ਦੇ ਨਾਮ ਲੈ ਰਿਹਾ, ਕਿਹੜੇ ਬੰਦੇ ਨੂੰ ਕਿੰਨੀ ਕੁਆਂਟਿਟੀ ਕੀ, ਉਹ ਇਦਾਂ ਨਹੀਂ ਹੁੰਦਾ, ਬੈਨੀਫਿਟ ਕਰੂੰਗੀ ਉਹਦੇ ਹਿਸਾਬ ਨਾਲ ਨਾ, ਡਿਵਾਈਡ ਤੁਹਾਡੇ ਬੋਡੀ ਵੇਟ ਦੇ ਹਿਸਾਬ ਨਾਲ, ਤੁਹਾਡੇ ਗੋਲ ਦੇ ਹਿਸਾਬ ਨਾਲ ਚੀਜ਼ਾਂ ਡਿਵਾਈਡ ਕੀਤੀਆਂ ਜਾਂਦੀਆਂ ਨੇ ਤੇ ਉਹਦੇ ਕੈਲਕੂਲੇਸ਼ਨਸ ਹੁੰਦੀਆਂ ਨੇ ਐਗਜ਼ੈਕਟਲੀ। ਬਟ ਮੈਂ ਉਹਦਾ ਫੂਡਸ ਦੇ ਥੋੜੇ ਨਾਮ ਦੱਸ ਦਿੰਦਾ ਜੋ ਤੁਹਾਨੂੰ ਹੈਲਪ ਕਰੂਗੇ, ਠੀਕ ਹੈ? ਸੋ ਪਹਿਲਾਂ ਲਾਈਕ ਜੇ ਆਪਾਂ ਨੋਨ ਵੈਜ ਦੀ ਗੱਲ ਕਰੀਏ ਤਾਂ ਉਹਦੇ 'ਚ ਤਾਂ ਹਰ ਪ੍ਰਕਾਰ ਦਾ ਮੀਟ ਆ ਗਿਆ ਨਾ, ਹਰ ਪ੍ਰਕਾਰ ਦਾ ਫਿਸ਼ ਹੋ ਗਿਆ, ਚਿਕਨ ਹੋ ਗਿਆ, ਮਤਲਬ ਬਾਹਰਲੇ ਦੇਸ਼ਾਂ ਦਾ ਚਲੋ ਹੋਰ ਵੀ ਚੱਲਦਾ, ਆਪਾਂ ਮੇਨ ਆਈ ਅੰਡੇ ਹੋ ਗਏ, ਐਗਜ਼ ਹੋ ਗਏ, ਠੀਕ ਹੈ, ਆਹ 3-4 ਚੀਜ਼ਾਂ ਹੋ ਗਈਆਂ, ਦੇ ਆਰ ਵੈਰੀ ਗੁੱਡ। ਹੈ ਨਾ, ਵੈਜ 'ਚ ਆ ਜਾਈਏ।
ਹੁਣ ਕੰਪੈਰੀਟਿਵਲੀ ਵੈਜ ਦੇ ਪ੍ਰੋਟੀਨ ਸੋਰਸਿਸ ਘੱਟ ਹੈ, ਘੱਟ ਨਹੀਂ ਆ, ਸੋਰਸਿਸ ਜ਼ਿਆਦਾ, ਬਟ ਉਹਦੇ ਚ ਪ੍ਰੋਪੋਰਸ਼ਨ ਆਫ ਪ੍ਰੋਟੀਨ ਘੱਟ ਹੁੰਦਾ ਆ। ਪਿਓਰਟੀ ਵੀ ਹਾਂ, ਉਹਦਾ ਵੀ ਹੈ, ਚਲੋ ਅਲੱਗ ਸੀਨ ਹੈ, ਉਹਦਾ ਅਲੱਗ ਕੇਸ ਹੀ ਅਲੱਗ ਆ। ਸੋ ਇਹਦੇ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਟੋਫੂ ਖਾ ਸਕਦੇ ਹੋ, ਟੋਫੂ ਪ੍ਰੋਟੀਨ ਜਿਹੜਾ ਸੋਇਆ ਸੋਇਆ ਪਨੀਰ ਕਹਿੰਦੇ ਸੋਇਆ ਪਨੀਰ ਉਹ ਖਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਨੋਰਮਲ ਪਨੀਰ ਖਾ ਸਕਦੇ ਹੋ, ਠੀਕ ਹੈ, ਤੁਸੀਂ ਦੁੱਧ ਪੀ ਸਕਦੇ ਹੋ, ਤੁਸੀਂ ਸੋਇਆ ਚੰਕਸ ਜਿਹਨੂੰ ਵੜੀਆਂ ਕਹਿੰਦੇ ਆ, ਸੋਇਆ ਚੰਕਸ ਦਾ ਵੀ ਕਾਫੀ ਮਿੱਥ ਕਹਿੰਦੇ, ਉਹ ਬੋਡੀ ਚ ਫੈਟ ਪਰਸੈਂਟੇਜ ਬਣਾਉਣ ਚ ਇਨਕਰੀਜ਼ ਕਰਦੀਆਂ। ਨਹੀਂ ਐਕਚੁਅਲੀ ਸੋਇਆ ਦਾ ਨਾ ਇੱਕ ਹੋਰ ਮਿੱਥ ਆ, ਸੋ ਸ਼ਾਇਦ ਇਹ ਚੀਜ਼ ਸੁਣੀ ਹੋਣੀ ਆ ਤੁਹਾਨੂੰ, ਤੁਸੀਂ ਵੀ ਸੁਣਿਆ ਹੋਣਾ ਕਿ ਜੇ ਤੁਸੀਂ ਸੋਇਆ ਖਾਓਗੇ ਨਾ, ਸੋਇਆ ਪਨੀਰ ਜਾਂ ਸੋਇਆਬੀਨ ਬੜੀਆਂ, ਤਾਂ ਉਹ ਕਹਿੰਦੇ ਕਿ ਮੇਲ ਬੂਬਸ ਬਣ ਜਾਂਦੇ ਆ, ਗਾਇਨ ਨਹੀਂ ਕਹਿੰਦੇ ਜਦੋਂ ਆਪਾਂ, ਕਿ ਉਹ ਫਿਰ ਵੀ ਫੀਮੇਲ ਦੀ ਤਰ੍ਹਾਂ ਬੂਬਸ ਬਣ ਜਾਂਦੇ ਆ। ਸੋ ਏਦਾਂ ਨਹੀਂ ਹੁੰਦਾ ਬ੍ਰਦਰ, ਏਦਾਂ ਕੁਛ ਵੀ ਨਹੀਂ ਹੁੰਦਾ ਹੈਗਾ, ਟਰਸਟ ਮੀ, ਹੁੰਦਾ ਕਿਆ ਆ, ਹਰ ਇੱਕ ਚੀਜ਼ ਸੋ ਤੁਹਾਨੂੰ ਨਾ ਬਹੁਤ ਜ਼ਿਆਦਾ ਕੁਆਂਟਿਟੀ ਚ ਖਾਣੀ ਪੈਣੀ ਹੈ ਉਹ ਚੀਜ਼ ਕਰਵਾਉਣ ਲਈ, ਉਹ ਚੀਜ਼ ਮਤਲਬ ਮੈਂ ਮੰਨਦਾ ਪੋਸੀਬਲ ਹੋ ਸਕਦੀ, ਪਰ ਜੇ ਜ਼ਿਆਦਾ ਕੁਆਂਟਿਟੀ ਹੋ ਜ਼ਿਆਦਾ ਤੇ ਬਹੁਤ ਲੰਬੇ ਟਾਈਮ ਲਈ ਕਰਨਾ ਪੈਣਾ ਆ, ਜਾਂ ਤਾਂ ਏਦਾਂ ਤਾਂ ਹੋਊਗਾ, ਜਾਂ ਫਿਰ ਤੁਸੀਂ ਪਹਿਲਾਂ ਹੀ ਉਸ ਬਿਮਾਰੀ ਦੇ ਪ੍ਰੋਨ ਹੋ, ਫਿਰ ਉਹਨੂੰ ਥੋੜਾ ਜਿਹਾ ਉਹ ਕਰ ਦਿੰਦੀ ਆ। ਟਰਸਟ ਮੀ, ਮੈਂ ਅੱਜ ਵੀ ਦੱਬ ਕੇ ਸੋਇਆ ਖਾਂਦਾ, ਇਵਨ ਮੇਰਾ ਤਾਂ ਟੈਸਟ ਵੀ ਲੋ ਸੀਗਾ, ਮੈਂ ਤਾਂ ਖਾਂਦਾ, ਮੈਂ ਦੱਬ ਕੇ ਕੁਛ ਵੀ ਨੀ ਖਾ ਲੋ ਤੁਹਾਡੇ ਸਾਹਮਣੇ ਯੂਰੋ ਵਿੱਚ। ਨਹੀਂ 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 ਮੈਂ ਐਕਚੁਅਲੀ ਮੈਂ ਵਿੱਚ ਸੋ ਜਦੋਂ ਮੈਂ ਪਤਲਾ ਹੋਇਆ ਕਰਦਾ ਸੀਗਾ, ਮੈਂ ਵੈਜ ਹੋਇਆ ਕਰਦਾ ਸੀਗਾ, ਫਿਰ ਮੈਨੂੰ ਕਿਸੇ ਨੇ ਕਿਹਾ ਕਿ ਯਾਰ ਬਈ ਨੋਨ ਵੈਜ ਖਾ, ਮੋਟਾ ਤਗੜਾ ਹੋ ਜਾਏਗਾ, ਮੈਂ ਸ਼ੁਰੂ ਕਰਤਾ ਤਗੜਾ, ਮੈਂ ਫਿਰ ਨੀ ਹੋਇਆ, ਫਿਰ ਮੈਂ ਚਲੋ ਫਿਰ ਸਵਾਦ ਲੱਗ ਗਿਆ, ਫਿਰ ਆਪਾਂ ਖਾਣ ਲੱਗ ਗਏ, ਤੇ ਫਿਰ ਮੈਂ ਆਪਸ ਨੋਨ ਵੈਜੀਟੇਰੀਅਨ, ਤੇ ਫਿਰ ਮੈਂ ਵਰਿੰਦਾਵਨ ਚਲ ਗਿਆ, ਫਿਰ ਮੈਂ ਵੈਜ ਹੋ ਗਿਆ, ਹੁਣ ਆਇਆ ਵੈਜੀਟੇਰੀਅਨ। ਸੋਇਆਬੀਨ ਤੇ ਆਪਾਂ ਸੀਗੇ, ਹੋਰ ਇਹ ਹੋ ਗਿਆ ਹੈ ਨਾ, ਸੋਇਆਬੀਨ ਬੜੀਆਂ ਬੁੜੀਆਂ ਹੋ ਗਈਆਂ, ਇਹ ਤੁਸੀਂ ਖਾ ਸਕਦੇ ਹੋ ਇਹਨੂੰ। ਸੋ ਮੋਟਾ ਮੋਟਾ ਦਾਲਾਂ, ਹਾਂ ਦਾਲਾਂ ਆਰ ਗੁੱਡ ਸੋਰਸ ਆਫ ਪ੍ਰੋਟੀਨ, ਸਪਰਾਊਟਸ ਹੋ ਗਏ, ਦੈਟ ਇਜ਼ ਗੁੱਡ, ਬਟ ਪ੍ਰੋਬਲਮ ਇਹ ਹੈ ਕਿ ਇਹ ਓਨਾ ਪ੍ਰੋਟੀਨ ਨਹੀਂ ਦਿੰਦੇ ਜਿੰਨਾ ਇੱਕ ਵੇ ਪ੍ਰੋਟੀਨ, ਦੈਟ ਇਜ਼ ਪ੍ਰੋਟੀਨ ਪਾਊਡਰ ਦੇ ਦੂਗਾ, ਜਾਂ ਅੰਡੇ ਦੇ ਦੂਗੇ, ਜਾਂ ਚਿਕਨ ਦੇ ਦੂਗੇ। ਵੈਜ ਸੋਰਸਿਸ ਹਮੇਸ਼ਾ ਹੀ ਪ੍ਰੋਟੀਨ ਦੇ ਮਾਮਲੇ ਚ ਨੋਨ ਵੈਜ ਸੋਰਸਿਸ ਤੋਂ ਬੋਡੀ ਵੇਟ ਦੇ ਹਿਸਾਬ ਨਾਲ ਵੀ ਮੈਟਰ ਕਰੂਗਾ ਕਿ ਹਰ ਇੱਕ ਬੰਦੇ ਨੂੰ ਦਿਨ ਦਾ 2 ਜਾਂ 3 ਸਕੂਲ ਜ਼ਰੂਰਤ ਹੈ? ਇੱਦਾਂ ਨਹੀਂ ਹੁੰਦਾ, ਇਹਦੀ ਵੀ ਕੈਲਕੂਲੇਸ਼ਨਸ ਹੁੰਦੀਆਂ ਨੇ, ਠੀਕ ਹੈ, ਬੇਸਿਕ ਹੋ ਜਿਹੜਾ ਹਰ ਕੋਈ ਕਰ ਸਕਦਾ। ਮੈਂ ਤੁਹਾਨੂੰ ਨੋਰਮਲ ਸਿੱਧੀ ਜੀ ਗੱਲ ਦੱਸਦਾ, ਠੀਕ ਹੈ, ਮੰਨ ਲੈਂਦੇ ਆ ਕਿ ਮੋਟੀ ਮੋਟੀ ਕੈਲਕੂਲੇਸ਼ਨਸ ਹੈ, ਬਾਕੀ ਹੋਏ ਕਿ ਇੱਕ ਅਪਰੋਚ ਸਾਰਿਆਂ ਨੂੰ ਫਿੱਟ ਨਹੀਂ ਪੈਂਦੇ, ਠੀਕ ਹੈ, ਫਿਰ ਵੀ ਤੁਸੀਂ ਇੱਕ ਆਪਣਾ ਆਲ ਓਵਰ ਕਰ ਸਕਦੇ ਹੋ, ਇਹਨੂੰ ਕਰੋਗੇ ਡਿਸਿਪਲਿਨ ਨਾਲ ਚੱਲੋਗੇ ਤੁਸੀਂ, ਹੁਣ ਜਿੱਥੇ ਉਹਦੇ ਨਾਲ ਬੈਟਰ ਪਹੁੰਚੋਗੇ, ਇਸ ਸੈਂਸ ਦੀ ਗਾਰੰਟੀ ਹੈ, ਠੀਕ ਹੈ। 2024 ਆ ਰਿਹਾ, ਸਿੰਧਾਂ ਬਣਾਉਣੀਆਂ ਸਾਰੇ ਨੇ, ਸੁਣ ਲਿਓ ਹਣਾ। ਹਾਂਜੀ, ਸੋ ਸਭ ਤੋਂ ਪਹਿਲੀ ਚੀਜ਼ ਮੰਨ ਲੈਂਦੇ ਆ, ਕੋਈ ਬੰਦਾ ਫੋਰ ਐਗਜ਼ਾਮਪਲ 70 ਕਿਲੋ ਦਾ, 70 ਕੇਜੀ ਦਾ ਆਇਆ ਕੋਈ, ਤੇ ਉਹ ਇਨਸਾਨ ਕੁਛ ਵੀ ਨਹੀਂ ਕਰ ਰਿਹਾ, ਦੈਟ ਇਜ਼ ਸਵੇਰੇ ਕੰਮ ਤੇ ਜਾ ਰਿਹਾ, ਵਾਪਸ ਆ ਰਿਹਾ, ਘਰ ਦੇ ਕੰਮ ਕਰ ਰਿਹਾ, ਫਿਟਨੈਸ ਦਾ ਕੁਛ ਵੀ ਨਹੀਂ ਕਰ ਰਿਹਾ, ਉਹ ਨੋਟ ਇਵਨ ਵਾਕ, ਜੋ ਜ਼ਿੰਦਗੀ ਚੱਲ ਰਹੀ ਉਹ ਚਲਾ ਰਿਹਾ, ਉਸ ਬੰਦੇ ਨੂੰ ਵੀ ਘੱਟੋ ਘੱਟ ਆਪਣੇ ਬੋਡੀ ਵੇਟ ਦੇ ਹਿਸਾਬ ਨਾਲ 0.5 ਗ੍ਰਾਮ ਪ੍ਰੋਟੀਨ ਪਰ ਕਿਲੋ ਬੋਡੀ ਵੇਟ ਚਾਹੀਦਾ। 70 ਨੂੰ 0.5 ਨਾਲ ਮਲਟੀਪਲਾਈ ਕਰੋ, ਜਿੰਨਾ ਆਨਸਰ ਆ ਗਿਆ 35 ਆਊਗਾ, ਉਹਨਾਂ ਤੁਹਾਨੂੰ ਰੋਜ਼ ਦਾ ਪ੍ਰੋਟੀਨ ਖਾਣਾ ਹੀ ਖਾਣਾ ਮਿਨੀਮਮ, ਜੋ ਬੰਦਾ ਕੁਛ ਵੀ ਨਹੀਂ ਕਰ ਰਿਹਾ, ਸਿਰਫ ਜ਼ਿੰਦਗੀ ਜੀ ਰਿਹਾ।
ਹੁਣ ਆ ਗਿਆ ਜੋ ਬੰਦਾ ਫਿਟਨੈਸ ਸਟਾਰਟ ਕਰ ਰਿਹਾ, ਇਹ ਅਗੇਨ ਮੋਟੀ ਮੋਟੀ ਕੈਲਕੂਲੇਸ਼ਨ ਹੈ, ਵਨ ਅਪਰੋਚ ਫਿਟਸ ਆਲ ਨਹੀਂ ਹੈ। ਮੈਂ ਇਸ ਚੀਜ਼ ਪਹਿਲੇ ਹੀ ਕਲੀਅਰ ਕਰ ਦੇਵਾਂ ਕਿ ਤੁਹਾਨੂੰ ਇਹ ਲੱਗੇ ਕਿ ਨਹੀਂ ਆਹੀ ਹੈ, ਇਸ ਤੋਂ ਉੱਪਰ ਵੀ ਬਹੁਤ ਕੁਛ ਹੁੰਦਾ ਆ। ਮੈਂ ਜਸਟ ਇੱਕ ਬੇਸਿਕ ਆਈਡੀਆ ਦੇ ਰਿਹਾ, ਤੁਸੀਂ ਘੱਟੋ ਘੱਟ ਆਹ ਫੋਲੋ ਕਰ ਲਓ, ਸੋ ਯੂ ਵਿਲ ਬੀ ਇਨ ਬੈਟਰ ਪਲੇਸ ਜਿੱਥੇ ਹਾਲੇ ਹੋ ਉਹਦੇ ਤੋਂ। ਸੋ ਸੈਕਿੰਡ ਥਿੰਗ ਇਜ਼, ਤੁਸੀਂ ਫਿਜ਼ੀਕਲ ਐਕਟੀਵਿਟੀ ਸ਼ੁਰੂ ਕੀਤੀ ਹੈ, ਠੀਕ ਹੈ, ਫਿਰ ਤੁਸੀਂ ਕਿਆ ਕਰਨਾ ਹੈ, ਤੁਸੀਂ ਉਹਨੂੰ ਮਲਟੀਪਲਾਈ ਬਾਏ 1 ਕਰ ਦੇਣਾ ਆਪਣੇ ਬੋਡੀ ਵੇਟ ਨੂੰ, 70 ਮਲਟੀਪਲਾਈ ਬਾਏ 1 ਉਹ 70 ਹੋ ਗਿਆ, ਠੀਕ ਹੈ। ਇਹ ਹੋ ਗਿਆ ਤੁਸੀਂ ਨਾਰਮਲ ਬਸ ਫਿਟਨੈਸ ਲਈ ਜਾ ਰਹੇ ਹੋ, ਚੀਜ਼ਾਂ ਕਰ ਰਹੇ ਹੋ। ਹੁਣ ਆ ਗਈ ਅਗਲੀ ਚੀਜ਼, ਮੰਨ ਲਓ ਤੁਸੀਂ ਟ੍ਰਾਂਸਫਾਰਮ ਹੋਣਾ, ਬੋਡੀ ਬਣਾਉਣੀ ਆ, ਫਿਰ ਇਹਨੂੰ ਮਲਟੀਪਲਾਈ ਬਾਏ 1.5 ਕਰ ਦੋ, ਮਲਟੀਪਲਾਈ 1.5 ਕਰ ਦੋ ਇਹਨੂੰ, ਠੀਕ ਹੈ। ਫਿਰ ਇਹਨੂੰ ਹੁੰਦਾ ਕਿ ਜਦੋਂ ਤੁਸੀਂ ਇਹਨੂੰ ਪ੍ਰੋ ਬੋਡੀ ਬਿਲਡਿੰਗ ਚ ਜਾਣਾ ਉੱਪਰ, ਤਾਂ 2 ਨਾਲ ਹੁੰਦਾ ਆ, ਫਿਰ ਜੇ ਤੁਸੀਂ ਪ੍ਰੋਪਰ ਮੰਨ ਲਓ ਈਵਨ ਜੋ ਆਪਣੇ ਓਲੰਪੀਆ ਲੈਵਲ ਦੇ ਬੋਡੀ ਬਿਲਡਰ ਹੈ, ਹਾਂ ਇਹ ਲੋਕ ਈਵਨ 3 ਨਾਲ ਵੀ ਮਲਟੀਪਲਾਈ ਕਰਕੇ ਖਾਂਦੇ ਆ, 210 ਗ੍ਰਾਮ ਪ੍ਰੋਟੀਨ ਆਰਾਮ ਨਾਲ, ਇੰਨਾ ਵੀ ਚੱਲਦਾ ਆ, ਸਾਡੀ ਬੋਡੀ ਐਡਜਸਟ ਕਰੂਗੀ, ਜਦੋਂ ਤੁਹਾਡੀ ਨਹੀਂ ਕਰੂਗੀ, ਐਕਟੀਵਿਟੀਜ਼ ਕਰਾਂਗੇ, ਮੇਰੀ ਨਹੀਂ ਕਰੂਗੀ, ਉਸ ਲੈਵਲ ਤੇ ਪਹੁੰਚਣਾ ਪੈਂਦਾ ਉਸ ਚੀਜ਼ ਲਈ। ਅਗੇਨ ਮੈਂ ਇਹੀ ਚੀਜ਼ ਤਾਂ ਕਹਿ ਰਿਹਾ ਕਿ ਯਾਰ ਜਿਵੇਂ ਤੁਹਾਡੇ ਤੋਂ ਕੋਈ ਆਪ ਇਸ ਚੀਜ਼ ਨੂੰ ਏਦਾਂ ਦਾ ਮੰਨ ਕੇ ਚੱਲਿਓ ਕਿ ਮਤਲਬ ਵੀ ਏਦਾਂ ਦੀ ਬੋਡੀ ਬਣਾਉਣੀ ਹੈ ਤਾਂ 3 ਗ੍ਰਾਮ ਲੈਣਾ ਪੈਣਾ, ਏਦਾਂ ਨਹੀਂ, ਪਹਿਲਾਂ ਬੋਡੀ ਨੂੰ ਉੱਥੇ ਤੱਕ ਲੈ ਕੇ ਜਾਣਾ ਪੈਂਦਾ ਵੀ ਉਹਨੂੰ ਉਹ ਏਦਾਂ ਡਾਈਜੈਸਟ ਤਾਂ ਕਰੇ, ਪਤਾ ਲੱਗੇ ਕਿਡਨੀਆਂ ਦੇ ਲੋਡ ਪਾ ਲਿਆ। ਇੱਥੇ ਮੈਂ ਆਹ ਵੀ ਨੀ ਕਹਿ ਰਿਹਾ ਕਿ ਜੋ ਮੈਂ ਪ੍ਰੋਟੀਨ ਕਹਿ ਰਿਹਾ ਵੀ ਉਹ ਤੁਸੀਂ ਪਾਊਡਰ ਤੋਂ ਹੀ ਲੈਣਾ, ਉਹ ਪੂਰੇ ਸੋਰਸਿਸ ਤੋਂ ਮਿਲਾ ਕੇ ਟੋਟਲ ਇੰਨਾ ਹੋਣਾ ਚਾਹੀਦਾ। ਇੱਕ ਸਕੂਪ ਚ 25 ਗ੍ਰਾਮ ਆ ਗਿਆ, ਠੀਕ ਹੈ, ਤੁਹਾਡੇ ਖਾਣੇ ਨੇ ਪੂਰਾ ਕਰ ਦੇਣਾ, ਆਪਣਾ ਇੱਕ ਅੰਡਾ ਲਗਭਗ ਤੁਹਾਨੂੰ 5 ਤੋਂ 6 ਗ੍ਰਾਮ ਪ੍ਰੋਟੀਨ ਦੇ ਦਿੰਦਾ ਆ, ਹੋ ਗਿਆ ਤੁਹਾਡਾ ਫੁੱਲ ਏਦਾਂ, ਮਤਲਬ ਉਹ ਇਹਨੂੰ ਡਿਪੈਂਡ ਹੈ ਵੀ ਜਿੱਦਾਂ ਜੋ ਵੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜੀ। ਹਾਂ ਇਹ ਹੈ, ਤਾਂ ਇਹ ਮੋਟੀ ਮੋਟੀ ਗੇਮ ਆ ਜਿਹਦੇ ਨਾਲ ਤੁਸੀਂ ਪਲੇ ਕਰ ਸਕਦੇ ਹੋ ਤੇ ਸ਼ੁਰੂਆਤ ਕਰ, ਹਾਂ ਸ਼ੁਰੂ ਕਰ ਸਕਦੇ ਹੋ ਏਦਾਂ, ਤੇ ਅੱਛੇ ਰਿਜ਼ਲਟ ਆਉਂਦੇ ਇਹਦੇ ਨਾਲ ਵੀ। ਆ ਸਿੰਪਲ ਅਪਰੋਚ ਹੈ, ਕਿਸੇ ਨੂੰ ਵੀ ਫੋਲੋ ਕਰਾ ਲਓ। ਐਕਸਰਸਾਈਜ਼ ਤੇ ਆਪਾਂ ਗੱਲ ਕਰੀਏ, ਵਰਕਆਊਟ ਦੀ ਗੱਲ ਕਰ ਰਹੇ ਸੀ ਆਪਾਂ, ਵਰਕਆਊਟ ਡੋਲੇ ਬਣਾਉਣ ਚ ਕੰਮ ਕਰੂਗਾ ਕਿ ਹੋਰ ਵੀ ਤਾਂ ਕੋਈ ਫਾਇਦੇ ਹੈ? ਕਹਿੰਦੇ ਨੀ ਵਰਕਆਊਟ ਕਰਨ ਨਾਲ ਬਾਕੀ ਹੈਲਥ ਵੀ ਬਹੁਤ ਫਾਇਦਾ, ਮਤਲਬ ਕਾਰਡਿਕ ਹੈਲਥ ਹੋ ਜੇ, ਮੈਂਟਲ ਹੈਲਥ ਹੋ ਜੇ, ਫਿਜ਼ੀਕਲੀ ਤਾਂ ਗੁੱਡ ਅਪਰੋਚ ਦਿੰਦਾ ਹੀ ਦਿੰਦਾ, ਉਹ ਤਾਂ ਬਿਲਕੁਲ ਸਹੀ ਗੱਲ ਹੈ। ਦੇਖੋ ਗੱਲ ਇੱਦਾਂ ਹੈ ਕਿ ਵਰਕਆਊਟ ਸਿਰਫ ਔਰ ਸਿਰਫ ਅਗੇਨ ਬੋਡੀ ਬਣਾਉਣ ਦੇ ਕੰਮ ਨਹੀਂ ਆਉਂਦਾ, ਬੋਡੀ ਤਾਂ ਚਲੋ ਬਣਦੀ ਆ ਉਹਦੇ ਨਾਲ, ਤੋਂ ਬੜੀ ਚੰਗੀ ਗੱਲ ਹੈ ਬਣਦੀ, ਵੀ ਆਪਣਾ ਕੰਫੀਡੈਂਸ ਬਹੁਤ ਬਣਦਾ, ਬੈਟਰ ਹੁੰਦਾ ਆ, ਕੱਪੜੇ ਪਾਏ ਸੋਹਣੇ ਲੱਗਦੇ ਆ, ਹਨਾ ਆਪਾਂ ਲਾਈਕ ਯੰਗ ਲੱਗਦੇ ਹਾਂ, ਇਹ ਤਾਂ ਹੈ ਹੀ ਹੈ, ਠੀਕ ਹੈ। ਪਰ ਇਹਦੇ ਨਾਲ ਨਾ ਬਹੁਤ ਜ਼ਿਆਦਾ ਹੈਲਥ ਬੈਨੀਫਿਟਸ ਵੀ ਨੇ, ਠੀਕ ਹੈ, ਜਿੱਦਾਂ ਤੁਹਾਡੀ ਕਾਰਡਿਕ ਹੈਲਥ, ਤੁਹਾਡਾ ਹਾਰਟ ਹੈਲਥ, ਤੁਹਾਡੇ ਲੰਗਸ ਕਪੈਸਿਟੀ ਤੁਹਾਡੀ, ਠੀਕ ਹੈ, ਤੁਹਾਡੀ ਕਾਫੀ ਬਿਮਾਰੀਆਂ ਠੀਕ। ਸੁਣਿਆ ਨਾ ਵੀ ਐਕਸਰਸਾਈਜ਼ ਇਜ਼ ਦਾ ਬੈਸਟ ਮੈਡੀਸਿਨ, ਹੈ ਨਾ, ਸੋ ਐਕਸਰਸਾਈਜ਼ ਲਾਈਕ, ਮੇਰੇ ਕੋਲ ਇੰਨੇ ਕਲਾਇੰਟਸ ਆਉਂਦੇ ਆ ਨਾ, ਮੈਂ ਲਿਟਰਲੀ ਉਹਨਾਂ ਦੀ ਜਾਂ ਤਾਂ ਦਵਾਈਆਂ ਘਟਾ ਤੀਆਂ, ਕਈਆਂ ਦੀ ਖਤਮ ਹੀ ਹੋ ਗਈਆਂ ਦਵਾਈਆਂ, ਠੀਕ ਹੈ, ਕਿੱਦਾਂ ਕਿੱਦਾਂ ਦੀਆਂ ਚੀਜ਼ਾਂ, ਇਵਨ ਠੀਕ ਤੱਕ ਹੋ ਜਾਂਦੇ ਨੇ, ਡਾਇਬਟੀਜ਼ ਜਦੋਂ ਸ਼ੂਗਰ ਕਹਿੰਦੇ ਆਪਾਂ, ਹੈ ਨਾ, ਡਾਇਬਟੀਜ਼ ਹੋ ਗਿਆ, ਥਾਇਰੋਇਡ ਬਹੁਤ ਹੱਦ ਤੱਕ ਕੰਟਰੋਲ ਹੋ ਜਾਂਦਾ, ਥਾਇਰੋਇਡ ਹਾਂ, ਜਿਹਦੇ ਕਰਕੇ ਜਾਂ ਤਾਂ ਬੰਦਾ ਬਹੁਤ ਮੋਟਾ ਹੁੰਦਾ ਜਾਂਦਾ ਜਾਂ ਬਹੁਤ ਪਤਲਾ ਹੁੰਦਾ ਜਾਂਦਾ, ਹਾਂ, ਸੋ 2 ਤਰੀਕੇ ਦਾ ਥਾਇਰੋਇਡ ਹੁੰਦਾ, ਹਾਈਪਰ ਹਾਈਪੋ, ਚਲੋ ਆਪਾਂ ਡੀਪ ਨੀ ਜਾ ਰਹੇ, ਥਾਇਰੋਇਡ ਹੋ ਗਿਆ, ਠੀਕ ਹੈ। ਪੀ ਕੁੜੀਆਂ ਚ ਜੋ ਜ਼ਿਆਦਾਤਰ ਪ੍ਰੋਬਲਮ ਅੱਜ ਕੱਲ ਤਾਂ ਨੋਰਮਲ ਹੈ, ਈਵਨ ਛੋਟੀ ਉਮਰ ਦੀਆਂ, ਹਾਂ, ਕੁੜੀਆਂ ਹਾਰਮੋਨਲ ਡਿਸਬੈਲੈਂਸ ਦਾ ਐਕਚੁਅਲੀ ਪ੍ਰੋਬਲਮ ਕੀ, ਅੱਜ ਕੱਲ ਦੀ ਏਜ ਦਾ ਨਾ ਖਾਣ ਪੀਣ ਚੰਗਾ ਨੀ ਹੈਗਾ, ਇੱਕ ਤਾਂ ਆਪ ਹੀ ਨੀ ਚੰਗਾ ਹੈਗਾ, ਦੂਜੀ ਚੀਜ਼ ਜਿੰਨਾ ਕੁ ਮਾੜਾ ਮੋਟਾ ਮਿਲਦਾ ਉਹ ਐਡਲਟਰੇਟਿਡ ਆ, ਮਿਲਾਵਟੀ ਆ, ਠੀਕ ਹੈ। ਸੋ ਹਾਰਮੋਨਲ ਇੰਬੈਸ PCOS ਨੋਰਮਲ ਆ ਕੁੜੀਆਂ ਨੂੰ, ਉਹਨਾਂ ਦੇ ਲਾਈਕ ਮੈਂਸੂਰੇਸ਼ਨ ਸਾਈਕਲ ਠੀਕ ਨੀ ਹੈਗਾ, ਠੀਕ ਹੈ, ਪੀਰੀਅਡਸ ਨੀ ਟਾਈਮ ਤੇ ਆ ਰਹੇ, ਇਹ ਚੀਜ਼ਾਂ, ਠੀਕ ਹੈ। ਫਿਰ ਇਹ ਹੋ ਗਈਆਂ, ਇਹ ਨੋਰਮਲ ਜਿਹੀਆਂ ਚੀਜ਼ਾਂ ਨੇ, ਬਾਕੀ ਜਿਵੇਂ ਬੋਡੀ ਦੇ ਵਿੱਚ ਕੀ ਹੈ,
ਜਿੱਦਾਂ ਜਿੱਦਾਂ ਜੇ ਆਪਾਂ ਬਾਡੀ ਤੋਂ ਕੁਛ ਵੀ ਨਹੀਂ ਕਰਾਵਾਂਗੇ ਨਾ, ਬਾਡੀ ਆਪਣੀ ਰੇਂਜ ਆਫ ਮੋਸ਼ਨ ਵੀ ਘੱਟ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਹਦਾ ਮਤਲਬ ਮੰਨ ਲਓ ਜੇ ਮੇਰੀ ਹੁਣ ਬਾਹ ਇੰਨੀ ਘੁੰਮ ਰਹੀ ਹੈ ਵਿਦ ਟਾਈਮ, ਹਾਂ ਉਹ ਹੌਲੀ ਹੌਲੀ, ਜਿਵੇਂ ਆਪਾਂ ਬਜ਼ੁਰਗ ਹੁੰਦੇ ਆ, ਤੁਸੀਂ ਦੇਖਿਓ ਆਪਦੇ ਘਰੇ ਜੋ ਬਜ਼ੁਰਗ ਨੇ ਉਹ ਇੱਦਾਂ, ਹਾਂ ਬਹੁਤ ਕਈ ਲੋਕ ਮੂਵਮੈਂਟ ਹੀ ਨਹੀਂ ਕਰ ਪਾ ਰਹੇ। ਇਹ ਕਿੱਦਾਂ ਪੋਸੀਬਲ ਹੈ ਕਿ ਕਿਸੇ ਟਾਈਮ ਤੇ ਇੰਨੀ ਘੁੰਮ ਰਹੀ ਹੈ ਤੇ ਕਿਸੇ ਟਾਈਮ ਤੇ ਘੁੰਮ ਹੀ ਨਹੀਂ ਰਹੀ? ਸੋ ਦੈਟ ਇਜ਼ ਬਾਡੀ ਦਾ ਸਿੰਪਲ ਜਿਹਾ ਫੰਡਾ ਹੁੰਦਾ ਹੈ, ਯੂਜ਼ ਇਟ ਜਾਂ ਲੂਜ਼ ਇਟ। ਬੋਡੀ ਤੋਂ ਕੰਮ ਲਓ ਆਪਾਂ ਕਹਿੰਦੇ ਵੀ ਘਰੇ ਵੀ, ਜਿਵੇਂ ਆਪਾਂ ਕਹਿੰਦੇ ਵੀ ਮੋਮ ਡੈਡ ਹੁੰਦੇ ਆਪਣੇ ਆ ਵੱਡੇ ਬਜ਼ੁਰਗ ਵੀ, ਇਹਨਾਂ ਤੋਂ ਇਹਨਾਂ ਚਲਾਉਂਦੇ ਫਿਰਾਂਦੇ ਰਹੋ, ਚਲਾਉਂਦੇ ਫਿਰਾਂਦੇ ਰਹੋ। ਉਹਦਾ ਹੀ ਰੀਜ਼ਨ ਹੈ ਕਿ ਯੂਜ਼ ਇਟ ਜਾਂ ਲੂਜ਼ ਇਟ। ਕਹਿੰਦੇ ਗੋਡੇ ਚੱਲਦੇ ਰਹਿਣੇ ਚਾਹੀਦੇ, ਹਾਂ ਚੱਲੋਗੇ ਤਾਂ ਗੋਡੇ ਚੱਲੂਗੇ ਨਹੀਂ ਗੋਡੇ ਬਹਿ ਜਾਣਗੇ। ਸੋ ਇਹ ਚੀਜ਼ ਆ, ਸੋ ਹੈਲਪ ਕਰਦੀ ਹੈ, ਮਤਲਬ ਵਰਕਆਊਟ ਕਰਨ ਨਾਲ ਹਰ ਇੱਕ ਏਜ ਗਰੁੱਪ ਨੂੰ ਹੈਲਪ ਮਿਲੂਗੀ ਆਬਵੀਅਸਲੀ। ਉਪਰੋਂ ਜ਼ਰੂਰੀ ਨਹੀਂ ਕਿ ਉਹ ਵੇਟ ਟ੍ਰੇਨਿੰਗ ਹੀ ਹੋਵੇ, ਉਤੋਂ ਮੈਂਟਲ ਹੈਲਥ ਵੀ ਮਿਲਦੀ ਹੈ, ਥੋੜੀ ਮੈਂਟਲ ਪੀਸ, ਮੈਂਟਲ ਹੈਲਥ ਬੈਟਰ ਹੁੰਦੀ ਹੈ ਵਰਕਆਊਟਸ ਦੇ ਨਾਲ। ਸਲੀਪ ਕੁਆਲਿਟੀ ਵੀ ਮੈਂ ਸੁਣਿਆ ਬਹੁਤ ਫਰਕ ਪੈਂਦਾ ਆ। ਦੇਖੋ ਸਿੰਪਲ ਜੀ ਗੱਲ ਹੈ, ਜਦੋਂ ਆਪਾਂ ਵਰਕਆਊਟ ਕਰਦੇ ਹਾਂ ਆਪਣੇ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਆ, ਹੈਪੀ ਹਾਰਮੋਨਸ, ਜਿਹਦੇ ਨਾਲ ਕੀ ਹੁੰਦਾ ਹੈ, ਹੁਣ ਦੇਖੋ ਆਪਣੇ ਲਾਈਫ 'ਚ ਬਹੁਤ ਟੈਨਸ਼ਨ ਆ, ਸਟ੍ਰੈਸ ਆ, ਠੀਕ ਆ, ਸਾਰਾ ਕੁਛ ਆ। ਸੋ ਜਦੋਂ ਆਪਾਂ ਵਰਕਆਊਟ ਕਰਦੇ ਹਾਂ ਤਾਂ ਵਟ ਹੈਪਨਸ ਇਜ਼, ਜੋ ਆਪਣੇ ਹੈਪੀ ਹਾਰਮੋਨਸ ਆ ਨਾ, ਉਹ ਸਾਰਾ ਉਹਨੂੰ ਓਵਰਕਮ ਕਰ ਦਿੰਦੇ ਆ, ਸਟ੍ਰੈਸ ਕੱਢ ਦਿੰਦੇ ਆ ਬਾਡੀ ਚੋਂ, ਠੀਕ ਹੈ। ਸੋ ਆਪਾਂ ਨੂੰ ਇੱਕ ਅੱਛਾ ਫੀਲ ਗੁੱਡ ਆਉਂਦਾ, ਜਦੋਂ ਵੀ ਫੀਲ ਗੁੱਡ ਆਏਗਾ ਬਾਡੀ 'ਚ ਹਰ ਇੱਕ ਚੀਜ਼ ਦੀ ਪੋਜ਼ਿਟਿਵਿਟੀ ਆਊਗੀ। ਬਾਡੀ ਜਦੋਂ ਪੋਜ਼ਿਟਿਵ ਹੋਊਗੀ ਤਾਂ ਅੰਦਰ ਜੇ ਬਿਮਾਰੀਆਂ ਵੀ ਹੋਊਗੀ ਉਹਨੂੰ ਕਿਉਰ ਕਰਨਾ ਸ਼ੁਰੂ ਕਰ ਦੂਗੀ। ਸੋ ਬਾਡੀ ਖੁਸ਼ ਹੈ, ਖੁਦ ਹੈਲਦੀ, ਹਾਂ ਜੇ ਤੁਸੀਂ ਖੁਸ਼ ਹੋ ਤਾਂ ਹੀ ਕਿਸੇ ਨੂੰ ਖੁਸ਼ ਕਰ ਪਾਓਗੇ। ਜੇ ਬਾਡੀ ਖੁਸ਼ ਹੈ ਤਾਂ ਹੀ ਅੰਦਰੋਂ ਕੁਛ ਨਾ ਕੁਛ ਨੈਗੇਟਿਵ ਚੀਜ਼ ਕੱਢ ਪਾਏਗੀ ਬਾਹਰ, ਤੋ ਉਹ ਪਹਿਲੀ ਉਹ ਤੁਸੀਂ ਤੋਂ ਡਿਪਰੈਸ਼ਨ 'ਚ ਘੁੰਮ ਰਹੇ। ਡਿਪਰੈਸ਼ਨ ਬਹੁਤ ਠੀਕ ਕਰਦੀ ਹੈ, ਬਹੁਤ ਡਿਪਰੈਸ਼ਨ ਦੇ, ਹੁਣ ਜੋ ਹੋਣਾ ਸੀ ਉਹਦਾ ਹੋ ਗਿਆ, ਹੁਣ ਵਰਕਆਊਟ ਕਰੋ, ਆਪਦਾ ਹੀ ਮੈਂਟਲ ਹੈਲਥ ਠੀਕ ਕਰੋ, ਠੀਕ ਹੈ, ਚਲੋ ਜੋ ਹੋ ਗਿਆ ਉਹ ਤਾਂ ਕਿਆ ਹੀ ਕਰ ਸਕਦੇ। ਆਪਾਂ ਹੁਣ ਗੱਲ ਕਰਦੇ ਵਿਮਨ ਹੈਲਥ ਦੀ, ਇਸ ਦੇ ਵਿੱਚ ਜਿਹੜੀਆਂ ਵੀ ਕੁੜੀਆਂ, ਮਤਲਬ ਕਿਹਾ ਜਾਂਦਾ ਕੁੜੀਆਂ ਘੱਟੋ ਘੱਟ ਜਿਮ ਜਾਂਦੇ, ਆਪਾਂ ਚਲੋ ਚੰਡੀਗੜ੍ਹ ਵਗੈਰਾ ਸ਼ਹਿਰਾਂ 'ਚ ਤਾਂ ਕਾਮਨ ਹੈ, ਮਤਲਬ ਬਣਦਾ ਵੀ ਹੈ, ਪਰ ਪਿੰਡਾਂ ਪੁੰਡਾਂ ਕੁੜੀਆਂ ਘੱਟ ਜਿਮ ਜਾਂਦੀ। ਪਿੰਡਾਂ ਦਾ ਜਿਮ ਹੁੰਦਾ ਹੀ ਤੁਹਾਨੂੰ ਵੀ ਪਤਾ ਹੀ ਆ, ਕੁਛ ਜਿਹੜਾ ਹੈ ਜਿਹੜਾ ਰੋਪੜ ਕਾਲੀ ਸਾਈਡ ਬਹੁਤ ਘੱਟ ਜਿਮ ਹੈ, ਉੱਥੇ ਆਹਦੇ ਕੀ ਤਰੀਕੇ ਕੁੜੀ ਜਿਮ ਜਾ ਰਹੀ ਹੈ, ਮਤਲਬ ਪਤਾ ਨਹੀਂ ਕਿਆ ਚੀਜ਼, ਤੇ ਉਹਨਾਂ ਨੂੰ ਜ਼ਰੂਰੀ ਹੈ ਵੇਟ ਟ੍ਰੇਨਿੰਗ ਕਰਨਾ ਕਿ ਉਹ ਨਾਰਮਲ ਐਕਟੀਵਿਟੀਜ਼ ਵਿੱਚ ਉਹਨੂੰ ਹੈਲਪ ਕਰਦੀ ਹੈ, ਜਿਵੇਂ ਆਪਾਂ ਕਹਿੰਦੇ ਨਹੀਂ ਸਿਰਫ ਉਹ ਕਾਰਡੀਓ ਹੀ ਫੋਕਸ ਕਰਦੀ ਹੈ ਕੁੜੀ, ਕਾਰਡਿਕ। ਦੇਖੋ ਦੋ ਚੀਜ਼ਾਂ ਨੇ ਇਹਦੇ 'ਚ, ਮੈਂ ਦੋ ਚੀਜ਼ਾਂ ਕਹੂੰਗਾ ਕਿ ਵਨ ਥਿੰਗ ਇਜ਼ ਕਿ ਪਹਿਲੀ ਗੱਲ ਤਾਂ ਜੇ ਕੁਛ ਵੀ ਨਹੀਂ ਕਰ ਪਾ ਰਹੇ, ਕੁਛ ਵੀ ਨਹੀਂ ਕਰ ਪਾ ਰਹੇ, ਫਿਰ ਘੱਟੋ ਘੱਟ ਕੁਛ ਤਾਂ ਕਰ ਲਓ। ਸੋ ਦੈਟ ਇਜ਼ ਘੱਟੋ ਘੱਟ ਵਾਕ ਕਰ ਲਓ, ਜੇ ਤੁਸੀਂ ਜਿਮ, ਜੇ ਮੈਂ ਕੁੜੀ ਦੀ ਗੱਲ ਕਰ ਰਿਹਾ ਬੇਸਿਕਲੀ, ਜੇ ਕੁਛ ਏਦਾਂ ਦੇ ਏਰੀਏ ਤੋਂ ਹੈ ਕੁੜੀ ਵੀ ਜਿੱਥੇ ਉਹ ਜਿਮ ਨਹੀਂ ਜਾ ਸਕਦੀ ਜਾਂ ਨਾ ਅਪਰੋਚ ਕਰ ਸਕਦੀ ਹੋਵੇ, ਸੋ ਵੀ ਉਹ ਆਪਣੇ ਘਰੇ ਹੀ ਕੁਛ ਨਾ ਕੁਛ ਫਿਜ਼ੀਕਲ ਐਕਟੀਵਿਟੀ ਕਰ ਲਏ, ਆਪਣੀ ਛੱਤ ਤੇ ਵਾਕ ਹੋ ਗਈ, ਰਨਿੰਗ ਹੋ ਗਈ, ਰੱਸਾ ਟੱਪ ਲਿਆ, ਠੀਕ ਹੈ, ਸਟੇਅਰਸ ਚੜ੍ਹਲੀਆਂ ਉੱਤਰ ਲੀਆਂ, ਠੀਕ ਹੈ, ਕੁਛ ਪੁਸ਼ਅਪਸ, ਸਕੁਆਟਸ, ਕੁਛ 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 ਕਰਕੇ ਤੁਹਾਨੂੰ ਲੱਖੋਂ ਚੀਜ਼ਾਂ ਯੂਟਿਊਬ ਤੇ ਜਾਂ ਫਿਰ ਇੰਸਟਾ ਤੇ ਮਿਲ ਜਾਣੀਆਂ ਨੇ, ਤੁਸੀਂ ਹੋਮ ਵਰਕਆਊਟਸ ਜਿਹਨੂੰ ਆਪਾਂ ਹੋਮ ਵਰਕਆਊਟਸ ਕਹਿੰਦੇ ਆ। ਜੇ ਨਹੀਂ ਮਿਲੀ ਤਾਂ ਤੁਸੀਂ ਮੈਨੂੰ ਡਾਇਰੈਕਟਲੀ ਕਨੈਕਟ ਕਰੋ, ਮੈਂ ਤੁਹਾਨੂੰ ਪਲਾਨਸ ਦੇ ਦੂੰਗਾ ਹੋਰ ਦੱਸੋ। ਸੋ ਦਿਸ ਵਿਲ ਵਾਟ ਆਈ ਵਿਲ ਡੂ ਇਜ਼ ਇਹ ਵੀ ਮੈਂ ਤੁਹਾਨੂੰ ਹੈਲਪ ਕਰ ਦੂੰਗਾ, ਠੀਕ ਹੈ। ਸੋ ਜਿਹਨੂੰ ਵੀ ਜੋ ਵੀ ਪਲਾਨ ਚਾਹੀਦਾ ਤਾਂ ਆਈ ਵਿਲ ਹੈਲਪ ਯੂ ਫॉर दैट, ਠੀਕ ਹੈ। ਵਰਕਆਊਟਸ ਦਾ ਮਤਲਬ ਫਾਇਦਾ ਹੈਗਾ ਜੇ ਤੁਸੀਂ ਜਿਸਮਾਂ ਜਿਤੇ ਕਹਿੰਦੇ ਕੁਝ ਕਰਨ ਨਾਲ ਫਾਇਦਾ ਮਿਲੂਗਾ, ਆਬਵੀਅਸਲੀ 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 ਪੱਕਾ ਮਿਲੂਗਾ, ਇਹਦਾ ਤਾਂ ਕੁਝ ਦੂਸਰਾ ਥਾਟ ਹੀ ਨਹੀਂ ਹੈਗਾ। ਦੂਜੀ ਚੀਜ਼ ਹੈ ਜਿਹੜੀ ਕੁੜੀ ਜਿਮ ਜਾ ਸਕਦੀ ਹੈ, ਅਪਰੋਚ ਕਰਦੀ ਹੈ। ਹੁਣ ਇੱਥੇ ਮੈਂ ਇੱਕ ਚੀਜ਼ ਨੂੰ ਦੇਖੀ ਆ, ਮੈਂ ਆਪਣੇ ਕਰੀਅਰ 'ਚ ਜੋ ਚੀਜ਼ ਦੇਖੀ ਹੈ ਉਹ ਇਹ ਹੈ ਕਿ ਉਹ ਕੁੜੀਆਂ ਉਹਦੇ ਚੋਂ ਜ਼ਿਆਦਾਤਰ, ਆਈ ਵਿਲ ਸੇ ਕਿ ਈਵਨ 60-70% ਕੁੜੀਆਂ ਵੇਟਸ ਚੱਕਣ ਤੋਂ ਡਰਦੀਆਂ ਡਰਦੀਆਂ ਦੇ ਸੰਸਾਰ ਹੀ 7 ਫੀਟ ਲੱਗ ਜੂਗੀ, ਦੇ ਆਰ ਲਾਈਕ ਕਿ ਅਸੀਂ ਜੇ ਵੇਟ ਚੱਕਾਂਗੇ ਮੁੰਡਿਆਂ ਵਾਂਗੂ ਤਾਂ ਤਕੜੇ ਬਲਕੀ ਹੋ ਜਾਂਦੇ, ਕੱਟ ਸਾਣੇ ਸ਼ੁਰੂ ਹੋ ਜਾਂਦੇ, ਬਿਲਕੁਲ ਸਿਰਫ ਕਾਰਡੀਓ ਤੇ ਜ਼ਿਆਦਾ ਫੋਕਸ ਰੱਖਦੀਆਂ। ਸੋ ਜੋ ਇੱਕ ਬਹੁਤ ਗਲਤ ਅਪਰੋਚ ਆ, ਇੱਕ ਚੀਜ਼ ਦਿਮਾਗ 'ਚ ਬਿਠਾ ਲਓ ਕਿ ਕੁੜੀਆਂ ਜੇ ਮੁੰਡਿਆਂ ਦੇ ਬਰਾਬਰ ਵੀ ਵੇਟ ਚੱਕਣਗੀਆਂ ਨਾ, ਬਰਾਬਰ ਵੀ ਡਾਈਟ ਖਾਊਗੀਆਂ ਨਾ ਮੁੰਡਿਆਂ ਦੇ, ਤਾਂ ਵੀ ਮੁੰਡਿਆਂ ਵਰਗੀ ਬਾਡੀ ਨਹੀਂ ਬਣਾ ਸਕਦੀਆਂ।
ਜੈਨੇਟਿਕਸ ਵੀ ਨਹੀਂ, ਇਹ ਹਾਰਮੋਨ ਹੀ ਨਹੀਂ ਹੈਗਾ ਕੁੜੀਆਂ ਚ, ਟੈਸਟੋਸਟੀਰੋਨ ਹਾਰਮੋਨ ਹੈ ਜੋ ਮਸਲ ਬਣਾਉਂਦਾ, ਜੋ ਮੇਲ ਚ ਹੁੰਦਾ ਉਹ ਕੁੜੀਆਂ ਚ ਹੁੰਦਾ ਹੀ ਨਹੀਂ, ਲਾਈਕ ਸਿਰਫ 1% ਹੁੰਦਾ ਆ, ਆਪਣੇ ਕੋਲ 99-98% ਹੁੰਦਾ ਆ। ਸੋ ਉਹਦੇ ਕਰਕੇ ਕੀ ਹੈ ਕਿ ਉਹਦੇ ਕਰਕੇ ਉਹ ਚੀਜ਼ ਹੋ ਹੀ ਨਹੀਂ ਸਕਦੀ, ਪੋਸੀਬਲ ਹੀ ਨਹੀਂ ਹੋ ਸਕਦੀ ਉਹਨਾਂ ਦੀ। ਸੋ ਤੁਸੀਂ ਦੱਬ ਕੇ ਵੇਟ ਲਾਓ, ਲਾਉਣਾ ਚਾਹੀਦਾ ਆ। ਨਾਓ ਦ ਥਿੰਗ ਇਜ਼ ਕਿ ਸਟੈਮਿਨਾ, ਸਟਰੈਂਥ ਵਧੂ, ਸਟਰੈਂਥ ਵਧੂ, ਤੇ ਉਹਦੇ ਨਾਲ ਕੀ ਹੋਊਗਾ ਜੇ ਆਪਾਂ ਇਕੱਲਾ ਕਾਰਡੀਓ ਕਰਦੇ ਹਾਂ, ਇਕੱਲਾ ਕਾਰਡੀਓ ਮੁੰਡਿਆਂ ਨੂੰ ਵੀ ਨਹੀਂ ਕਰਨਾ ਚਾਹੀਦਾ, ਜੋ ਰੋਜ਼ ਹੀ ਰਨਿੰਗ ਤੇ ਜਾ ਰਿਹਾ, ਰੋਜ਼ ਹੀ ਸਾਈਕਲਿੰਗ ਕਰ ਰਿਹਾ, ਵੇਟ ਟ੍ਰੇਨਿੰਗ ਤਿੰਨ ਦਿਨ ਹਫ਼ਤੇ ਚ ਕਰੋ ਮਿਨੀਮਮ। ਹਾਂ ਮਿਨੀਮਮ 3 ਦਿਨ ਹਫ਼ਤੇ ਚ ਵੇਟ ਟ੍ਰੇਨਿੰਗ ਸਾਇੰਟੀਫਿਕਲੀ ਰਿਕੁਆਇਰਡ ਆ ਆਪਾਂ ਨੂੰ, ਪਤਲੀ ਹੋ ਜੂਗੀ, ਤੁਸੀਂ ਥੋੜਾ ਜਿਹਾ ਸ਼੍ਰਿੰਕ ਹੋ ਜਾਓਗੇ, ਪਰ ਹਲੇ ਵੀ ਉਹ ਚਬੀ ਜੀ ਢਿੱਲੀ ਜੀ ਸਕਿਨ ਉਹ ਚੀਜ਼ਾਂ ਦਿਖਣਗੀਆਂ, ਇੱਕ ਫਰਮ ਬੋਡੀ ਉਹ ਚੀਜ਼ ਨਹੀਂ ਦਿਖੂਗੀ, ਉਹ ਵੇਟ ਟ੍ਰੇਨਿੰਗ ਨਾਲ ਹੀ ਆਊਗੀ। ਸੋ ਕੁੜੀਆਂ ਮੁੰਡਿਆਂ ਨੂੰ ਦੋਨਾਂ ਨੂੰ ਵੇਟ ਟ੍ਰੇਨਿੰਗ ਬਹੁਤ ਜ਼ਰੂਰੀ। ਆਪਾਂ ਵਰਕਆਊਟ ਕਰਦੇ ਹਾਂ ਤਾਂ ਯੂਜੁਅਲੀ ਪਸੀਨਾ ਹੀ ਆਉਂਦਾ, ਇਹਦਾ ਕਹਿੰਦੇ ਮਿਹਨਤ ਕਰਾਂਗੇ ਤੇ ਪਸੀਨਾ ਆਊਗਾ, ਸਰੀਰ ਪਸੀਨਾ ਕੱਢੂਗਾ। ਤੇ ਇੱਕ ਬੜਾ ਮਿੱਥ ਜਿਹਾ ਬੜੀ ਇਹੋ ਜਿਹੜੀ ਸਾਰੇ ਹਰ ਇੱਕ ਬੰਦੇ ਨੂੰ ਪਤਾ, ਜਿੰਨੀ ਜ਼ਿਆਦਾ ਪਸੀਨਾ ਨਿਕਲੋ ਓਨਾ ਦਾ ਫੈਟ ਤੁਸੀਂ ਬਰਨ ਕਰ ਲਓ। ਇਹ ਸੱਚ ਹੈ ਕਿ ਇਹ ਵੀ ਕਿਤੇ ਕਿਤੇ ਝੂਠੇ, ਤੁਸੀਂ ਇੰਨੇ ਸਾਰੇ ਖਰਾਬ ਕਰਤੇ ਆ, ਜਿੰਨਾ ਕੁਛ ਸੋਚੀ ਬੈਠੇ ਸੀ ਸਾਰਾ ਕੁਛ ਤੁਸੀਂ ਖਤਮ ਕਰਤਾ, ਹੁਣ ਇਹ ਵੀ ਨਾ ਕਹੋ ਕਿ ਮੈਂ ਨਾ ਤੁਹਾਨੂੰ ਆਈ ਵਿਲ ਸੁਜੈਸਟ ਯੂ ਆਪਾਂ ਨਾ ਕਦੀ ਇੱਕ ਐਪੀਸੋਡ ਸਿਰਫ ਮਿਥ ਬਸਟਰ ਬਣਾਵਾਂਗੇ, ਮੈਂ ਉਹਦੇ ਚ ਖਰਾਬ ਤਾਂ ਮੈਂ ਉਹ ਚ ਕਰੂੰਗਾ ਚੀਜ਼ਾਂ, ਇਹ ਤਾਂ ਬਸ ਉਦਾਂ ਬਸ ਨੋਰਮਲ ਆ। ਚਲੋ ਆ ਆਪਾਂ ਸਵੈਟ ਵਾਲਾ ਕਰਦੇ ਹਾਂ ਡਿਸਕਸ, ਇਹਦੇ ਚ ਕਿਆ ਆ, ਸਵੈਟ ਦਾ ਕੈਲਰੀ ਬਰਨਿੰਗ ਦੇ ਨਾਲ ਡਾਇਰੈਕਟ ਕੋਈ ਰਿਲੇਸ਼ਨ ਨਹੀਂ ਹੈਗਾ, ਡਾਇਰੈਕਟ ਰਿਲੇਸ਼ਨ ਕੋਈ ਨਹੀਂ ਹੈਗਾ। ਜੇ ਪਸੀਨਾ ਆਉਣ ਨਾਲ ਹੀ ਫੈਟ ਘਟਦਾ ਤਾਂ ਫਿਰ ਸੂਰਜ ਚ ਧੁੱਪ ਚ ਖੜ ਜਾਓ, ਪਸੀਨਾ ਹੀ ਆਊਗਾ, ਜਿੰਮ ਕਿਉਂ ਜਾਣਾ। ਜੇ ਪਸੀਨਾ ਆਉਣ ਨਾਲ ਹੀ ਫੈਟ ਘਟਦਾ, ਵੇਟ ਲੋਸ ਹੁੰਦਾ, ਤਾਂ ਫਿਰ ਜਿੰਮ ਵਾਲੇ ਏਸੀ ਕਿਉਂ ਲਵਾ ਰਹੇ ਆ ਜਿੰਮਾਂ ਚ, ਜਿੰਮ ਨੂੰ ਹੋਰ ਕਿੰਨਾ ਅੱਛਾ ਬਣਾਇਆ ਜਾਂਦਾ, ਕਿਦਾਂ ਕਲਾਈਮੇਟ ਅੱਛਾ ਰਹੇ। ਬਿਲਕੁਲ, ਏਸੀ ਰਹਿਣ ਦੋ, ਓਪਨ ਜਿੰਮ ਹੋਣੇ ਚਾਹੀਦੇ ਜਿਹ ਚ ਡਾਇਰੈਕਟ ਧੁੱਪ ਆਵੇ, ਡਾਇਰੈਕਟ ਧੁੱਪ ਆਵੇ, ਪਸੀਨਾ ਆਊਗਾ ਨਾ। ਸੋ ਜਿੰਮ ਤੇ ਏਸੀ ਲੱਗ ਰਹੇ ਉਹ ਚੱਲਣੇ, ਉਹਦੀ ਰੈਂਟ ਦੇਣੇ ਹਨਾ, ਏਸੀ ਦਾ ਬਿੱਲ ਦੇਣਾ, ਐਡੇ ਮਹਿੰਗੇ ਏਸੀ ਆਉਂਦੇ ਆ, ਫਿਰ ਉਹ ਤਾਂ ਫਿਰ ਐਸ ਓਨਰਸ ਜਾਂ ਐਸ ਐਜੂਕੇਟਰਸ ਜਿਹਨਾਂ ਨੂੰ ਪਤਾ ਵੀ ਉਹ ਤਾਂ ਪਾਗਲ ਆ ਫਿਰ ਉਸ ਹਿਸਾਬ ਨਾਲ ਹਨਾ। ਤੇ ਇਵਨ ਜਿੰਮ ਚ ਫਿਰ ਹੀਟਰ ਲੱਗੇ ਹੋਣੇ ਚਾਹੀਦੇ ਸੀਗੇ, ਜਿਸ ਸਵੈਟ ਹੀ ਸਵੈਟ ਰਿਲੀਜ਼ ਕਰਨਾ, ਫਿਰ ਇਹਦਾ ਮਤਲਬ ਕਾਰਨ ਹੀ ਕੀ ਹੈ, ਸਵੈਟ ਆਂਦੀ ਹੀ ਕਿਉਂ ਹੈ ਫਿਰ? ਮੈਂ ਦੱਸਦਾ, ਦੇਖੋ ਸਵੈਟ ਦਾ ਸਿੰਪਲ ਜਿਹਾ ਸੀਨ ਹੈ, ਸਵੈਟ ਇੱਕ ਆਪਾਂ ਛੋਟੇ ਹੁੰਦੇ ਆਪਾਂ ਨੂੰ ਪੜ੍ਹਾਇਆ ਗਿਆ ਹੈ, ਸਵੈਟ ਇੱਕ ਬੋਡੀ ਦਾ ਰਿਸਪੋਂਸ ਹੈ, ਜਦੋਂ ਬੋਡੀ ਨੂੰ ਗਰਮੀ ਲੱਗੀ ਤਾਂ ਬੋਡੀ ਸਵੈਟ ਨੂੰ ਰਿਲੀਜ਼ ਕਰਦੀ ਹੈ, ਤੁਹਾਨੂੰ ਇੰਡੀਕੇਟ ਕਰਨਾ। ਹਾਂ ਨਹੀਂ ਮੈਂ ਉਹ ਇੰਡੀਕੇਟ ਲਗਾ ਲਊਗਾ, ਗਰਮੀ ਲੱਗ ਗਈ, ਉਹ ਜਦੋਂ ਸਵੈਟ ਆਇਆ ਹੁਣ ਇਹਦੇ ਉੱਤੇ ਮੇਰੇ ਸਵੈਟ ਆ ਗਿਆ, ਪਾਣੀ ਆ ਗਿਆ, ਹੁਣ ਇਹ ਪਾਣੀ ਜਦੋਂ ਇਵੈਪੋਰੇਟ ਹੋਊਗਾ ਤਾਂ ਮੈਨੂੰ ਠੰਡਕ ਫੀਲ ਹੋਊਗੀ। ਬਿਲਕੁਲ, ਬੋਡੀ ਨੂੰ ਠੰਡਾ ਰੱਖਣ ਲਈ, ਬੋਡੀ ਦਾ ਤਾਪਮਾਨ ਠੰਡਾ ਰੱਖਣ ਲਈ ਬੋਡੀ ਸਵੈਟ ਰਿਲੀਜ਼ ਕਰਦੀ ਹੈ। ਓਕੇ, ਐਡੀ ਕੋ ਗੱਲ ਕਿ ਉਹ ਆਪਣੇ ਆਪ ਨੂੰ ਠੰਡਾ ਰੱਖ ਸਕੇ, ਬਸ ਮਤਲਬ ਇਹ ਜੀ ਕੋਈ ਰਿਲੇਸ਼ਨ ਕੋਈ ਲੈਣਾ ਦੇਣਾ ਨਹੀਂ ਹੈ। ਬਟ ਜਿਹੜੇ ਲੋਕ ਜੈਕਾ ਪਾਪਾ ਕਾਰਡੀਓ ਕਰਦੇ ਆ, ਅਜੇ ਤਾਂ ਮੈਂ ਕਹਿ ਰਿਹਾ ਦੈਟ ਇਜ਼ ਵਾਈ ਐਜੂਕੇਸ਼ਨ ਇਜ਼ ਨੈਸੈਸਰੀ। ਤੁਸੀਂ ਮੈਨੂੰ ਟਰਸਟ, ਮੈਨੂੰ ਚੈਲੰਜ ਦੇ ਦੋ ਯਾਰ, ਮੈਨੂੰ ਕੋਈ ਵੀ ਦੋ ਬੰਦੇ ਦੇ ਦੋ, ਇੱਕ ਪ੍ਰੋਪਰ ਜੈਕਟਾਂ ਮੈਂ ਕਹਿੰਦਾ ਰਜਾਈ ਬੰਨ ਕੇ ਵਰਕਆਊਟ ਕਰੇ, ਜੋ ਮਰਜ਼ੀ ਕਰੇ, ਮੈਂ ਸੇਮ ਵਰਕਆਊਟ ਕਰਾਊਂਗਾ ਦੋਨਾਂ ਨੂੰ। ਇੱਕ ਲਿਟਰਲੀ ਉਹ ਸੈਂਡੋ ਜੀ ਸਿਰਫ ਜਿਹੜੀ ਹੁੰਦੀ ਪਤਲੀ ਜੀ ਬਨੈਨ ਪਾ ਕੇ ਵੀ ਕਰ ਲਏ, ਮੈਂ ਦੋਨਾਂ ਨੂੰ ਨਾ ਸੇਮ ਰਿਜ਼ਲਟ ਦੇ ਦੂੰਗਾ ਯਾਰ। ਤੇ ਇੱਕ ਇੱਕ ਏਸੀ ਚ ਕੰਮ ਕਰੂਗਾ, ਇੱਕ ਹੀਟਰ ਚ, ਹਾਂ ਉਹਨੂੰ ਭਾਵੇਂ ਹੀਟਰ ਚ ਕਰਾ ਲਓ ਦੂਜੇ ਨੂੰ, ਮੈਟਰ ਹੀ ਨਹੀਂ ਕਰਦਾ, ਉਹ ਸਿਰਫ ਇੱਕ ਕੂਲਿੰਗ ਪ੍ਰੋਸੈਸ ਹੈ ਬੋਡੀ ਦਾ, ਕਿ ਪਸੀਨਾ ਜਦੋਂ ਆਉਂਦਾ ਇੱਕ ਫੀਲ ਗੁੱਡ ਆਉਂਦਾ, ਜੇ ਤੁਸੀਂ ਫੀਲ ਗੁੱਡ ਦੇ ਲਈ ਕਰ ਰਹੇ ਹੋ ਅਲੱਗ ਚੀਜ਼ ਆ,
ਬਟ ਉਹਦਾ ਰਿਲੇਸ਼ਨ ਕੁਛ ਨਹੀਂ ਹੈ, ਬਿਨਾਂ ਪਸੀਨੇ ਆਏ ਕੋਈ ਰਿਲੇਸ਼ਨ ਨਹੀਂ ਹੈਗਾ, ਬਿਨਾਂ ਪਸੀਨੇ ਦੇ ਵੀ ਤੁਹਾਨੂੰ ਰਿਜ਼ਲਟਸ ਆਉਣਗੇ। ਸੋ ਕਈ ਲੋਕ ਇਵਨ ਮੈਂ ਆਹ ਵੀ ਦੇਖਿਆ ਹੋਇਆ ਜੋ ਮਤਲਬ ਆਈ ਥਿੰਕ ਗਲਤ ਆ, ਗਰਮੀਆਂ ਪੂਰੀ ਗਰਮੀਆਂ ਚ ਵੀ ਨਾ ਜਿਮ ਚ ਜਾ ਕੇ ਪੰਖੇ ਬੰਦ ਕਰ ਦੂਗੇ, ਏਸੀ ਬੰਦ ਕਰ ਦੂਗੇ, ਉਹ ਗਲਤ। ਈਵਨ ਉਹਦੇ ਕਰਕੇ ਨਾ ਪੂਰੇ ਜਿਮ ਦਾ ਐਂਬੀਅੰਸ ਵੀ ਖਰਾਬ ਹੁੰਦਾ। ਸਵੈਟ ਦੇਖੋ, ਤੁਹਾਨੂੰ ਤੁਹਾਡੇ ਸਵੈਟ ਦੀ ਖੁਸ਼ਬੂ ਪਸੰਦ ਆਉਣੀ ਨਾਲ ਦੇ ਨੂੰ ਨਹੀਂ ਆ ਯਾਰ, ਹਨਾ। ਸੋ ਬੁਰਾ ਮਸ਼ੀਨਾਂ ਉੱਤੇ ਸਵੈਟ ਪਿਆ ਹੋਇਆ, ਤੇ ਇੱਕ ਪਲੀਜ਼ ਮਤਲਬ ਮੈਂ ਰਿਕੁਐਸਟ ਹੈ ਕਿ ਜੇ ਤੁਸੀਂ ਜਿਮ ਜਾ ਰਹੇ ਹੋ ਬ੍ਰਦਰ, ਆਪਣਾ ਹਾਈਜੀਨ ਆਪਣੇ ਹੱਥ ਚ ਹੁੰਦਾ, ਆਪਣਾ ਤੇ ਅਗਲਿਆਂ ਦਾ ਵੀ। ਸੋ ਆਲਵੇਜ਼ ਆਪਣੀ ਵਾਟਰ ਬੋਟਲ ਲੈ ਕੇ ਜਾਓ, ਤੇ ਆਪਣਾ ਇੱਕ ਹੈਂਡ ਟਾਵਲ ਲੈ ਕੇ ਜਾਓ ਯਾਰ ਰੁਮਾਲ, ਤਾਂ ਕਿ ਤੁਸੀਂ ਜਿਹੜਾ ਵੀ ਬੈਂਚ ਯੂਜ਼ ਕੀਤਾ ਉੱਥੇ ਸਵੈਟ ਹੈ ਤੁਹਾਡਾ, ਤੁਸੀਂ ਕਲੀਨ ਕਰੋ। ਦਿਸ ਇਜ਼ ਯੋਰ ਡਿਊਟੀ, ਹਾਈਜੀਨ ਬਹੁਤ ਜ਼ਰੂਰੀ ਹੈ, ਹਨਾ। ਤੁਹਾਡਾ ਸਵੈਟ ਕੋਈ ਹੋਰ ਕਲੀਨ ਕਰ ਰਿਹਾ, ਮਤਲਬ ਪਹਿਲੀ ਗੱਲ ਤਾਂ ਇਹ ਚੀਜ਼ ਨਾ ਕਰੋ, ਜੈਕਟਾਂ ਕੋਈ ਰਿਜ਼ਲਟ ਨਹੀਂ ਆਉਣ ਵਾਲਾ, ਕੋਈ ਫਾਲਤੂ ਰਿਜ਼ਲਟ ਨਹੀਂ ਆਉਣ ਵਾਲਾ। ਓਦਾਂ ਵੀ 5 ਕਿਲੋ ਉੱਡਣਾ ਤਾਂ ਓਦਾਂ ਵੀ 5 ਹੀ ਉੱਡਣਾ, ਕੋਈ ਉਹ 6, 7, 8, 10 ਹੋ ਜਾਣਾ, ਏਦਾਂ ਨਹੀਂ ਹੁੰਦਾ ਆ, ਟੋਟਲੀ ਮਿੱਥ ਆ ਇਹ। ਚਲੋ ਮੈਨੂੰ ਪਤਾ ਤੁਹਾਨੂੰ ਸਾਰੇ ਐਪੀਸੋਡ ਅੱਛਾ। ਹੁਣ ਇੱਕ ਚੀਜ਼, ਜਿੰਨੇ ਵੀ ਮੇਰੇ ਵਿਊਜ਼ ਆ ਸਾਰੇ ਚਾਹ ਪੀਂਦੇ ਪੀਂਦੇ ਦੇਖਦੇ, ਤੇ ਚਾਹ ਦਾ ਤਾਂ ਨਹੀਂ ਕੋਈ ਇਫੈਕਟ ਸਾਨੂੰ, ਅਸੀਂ ਚਾਹ ਪੀਣਾ ਚਾਹੁੰਦੇ। ਦੇਖੋ ਏਦਾਂ ਜੀ, ਉਹੀ ਗੱਲ ਹੈ ਕਿ ਤੁਹਾਡਾ ਗੋਲ ਕੀ ਆ ਉਹ ਮੈਟਰ ਕਰੇਗਾ, ਠੀਕ ਆ। ਬਾਕੀ ਇੱਕ ਅੱਧੀ ਚਾਹ ਨਾਲ ਕਿਆ ਹੀ ਫਰਕ ਪੈਂਦਾ, ਬਾਕੀ ਜੇ ਤੁਸੀਂ ਜੇ ਤੁਸੀਂ ਓਦਾਂ ਕੰਪੀਟੀਸ਼ਨ ਵਗੈਰਾ ਲੜਦਾ ਆ ਫਿਰ ਚੀਜ਼ਾਂ ਬੰਦ ਹੋ ਜਾਣਗੀਆਂ, ਬਟ ਨੋਰਮਲ ਫਿਟਨੈਸ ਚ ਕੁਛ ਬੰਦ ਨਹੀਂ ਹੁੰਦਾ ਯਾਰ। ਜਦੋਂ ਮੈਂ ਘਟਾ ਲਓ, ਜਦੋਂ ਮੈਂ ਲਾਈਕ ਫਿਟਨੈਸ ਲਈ ਕੰਮ ਕਰਦਾ ਆਪਣੇ, ਹੈਨਾ, ਮੇਰੇ ਸ਼ੂਟਸ ਵਗੈਰਾ ਨਹੀਂ ਹੁੰਦੇ ਜੇ ਬਾਈ ਚਾਂਸ, ਹੈਨਾ, ਤੇ ਸਿਰਫ ਫਿਟਨੈਸ ਲਈ ਮੇਰੇ ਕੰਮ ਕਰਦਾ, ਮੈਂ ਚਾਹ ਵੀ ਪੀਂਦਾ ਯਾਰ, ਮੈਂ ਬਰਗਰ ਪੀਜ਼ਾ ਵੀ ਖਾ ਲੈਂਦਾ, ਕੋਈ ਏਡੀ ਗੱਲ ਨਹੀਂ। ਪਰ ਏਦਾਂ ਕਿ ਜਦੋਂ ਮੈਂ ਹਾਂ ਸਰੀਰ ਤੇ ਕੰਮ ਕਰਨਾ ਆ, ਫਿਜ਼ੀਕ ਦਿਖਾਉਣੀ ਆ, ਫਿਰ ਮੈਂ ਪੂਰਾ ਕਲੀਨ ਹੋ ਜਾਂਦਾ। ਸੋ ਇਹ ਹਮੇਸ਼ਾ ਇੱਕ ਸਾਈਕਲ ਚੱਲਦਾ ਹੋਈ ਹੈ ਕਿ ਹੁਣ ਮੇਰਾ ਗੋਲ ਸਿਰਫ ਫਿਟ ਲੈਣ ਦਾ ਰਹਿਣ ਦਾ ਆ। ਹੁਣ ਮੈਂ ਵਿਆਹ ਤੇ ਵੀ ਜਾਂਦਾ, ਮੈਂ ਵਿਆਹ ਤੇ ਸਾਰੀਆਂ ਚੀਜ਼ਾਂ ਖਾਂਦਾ ਆ, ਹਾਂ ਜੋ ਏਦਾਂ ਨੀ ਹੁੰਦਾ, ਲਾਈਫ ਹੈ, ਲਾਈਫ ਚ ਹਰ ਇੱਕ ਚੀਜ਼ ਇੰਜੋਏ ਕਰਨੀ ਚਾਹੀਦੀ ਹੈ। ਪਰ ਇੱਕ ਹੋਰ ਬੜਾ ਮਿੱਥ ਹੈ, ਮੈਂ ਇਸ ਐਪੀਸੋਡ ਦੀ ਕਵਰ ਕਰਨ ਲੱਗਿਆ, ਪਾਣੀ, ਜਿੰਨਾ ਜ਼ਿਆਦਾ ਪਾਣੀ ਪੀਓ ਨਹੀਂ ਜਦੀ ਫੈਟ ਨਿਕਲੂਗੀ। ਸੱਚ ਹੈ, ਐਕਚੁਅਲੀ ਪਾਣੀ ਨਾਲ ਫੈਟ ਨਿਕਲੂਗੀ ਇਹ ਕੁਝ ਨਹੀਂ ਹੁੰਦਾ, 70% ਸਾਡੀ ਬਾਡੀ ਪਾਣੀ ਦੀ ਹੀ ਬਣੀ ਹੁੰਦੀ ਹੈ, ਬਿਲਕੁਲ। ਬਟ ਉਹ ਚੀਜ਼ ਦਾ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ, ਪਾਣੀ ਨਾਲ ਫੈਟ ਨਿਕਲੂ ਐ ਨਹੀਂ ਹੁੰਦਾ। ਇਹ ਚ ਕੀ ਹੁੰਦਾ ਆ, ਇਹਦੇ ਚ ਹੁੰਦੀ ਜਿਵੇਂ ਪਹਿਲੀ ਚੀਜ਼, ਕਈ ਵਾਰ ਨਾ ਆਪਣਾ ਮਾਈਂਡ ਕਨਫਿਊਜ਼ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਭੁੱਖ ਤੇ ਪਿਆਸ ਚ ਥੋੜਾ ਕਨਫਿਊਜ਼ ਹੋ ਜਾਂਦਾ ਮਾਈਂਡ ਕਈ ਵਾਰ, ਠੀਕ ਹੈ, ਤੇ ਉਹਨੂੰ ਲੱਗਦਾ ਕਿ ਭੁੱਖ ਹੀ ਲੱਗੀ ਹੈ, ਬਟ ਸ਼ਾਇਦ ਪਿਆਸ ਹੀ ਲੱਗੀ। ਤੁਸੀਂ ਇਕੱਲਾ ਤੁਸੀਂ 1-2 ਗਲਾਸ ਪਾਣੀ ਪੀ ਲਓਗੇ ਨਾ, ਤੁਹਾਡੀ ਅੱਧੀ ਭੁੱਖ ਸ਼ਾਂਤ ਹੋ ਜਾਏਗੀ, ਠੀਕ ਹੈ। ਸੋ ਉਹਦਾ ਕਿ ਜੇ ਉਹ ਚੀਜ਼ ਹੋਊਗੀ, ਤੁਸੀਂ ਰੈਗੂਲਰ ਪਾਣੀ ਪੀ ਰਹੇ ਹੋ ਤਾਂ ਜ਼ਿਆਦਾ ਭੁੱਖ ਨਹੀਂ ਲੱਗੂਗੀ, ਤਾਂ ਘੱਟ ਖਾਓਗੇ ਤਾਂ ਫਿਰ ਓਬਵੀਅਸਲੀ ਮੋਟੇ ਨਹੀਂ ਹੋਵੋਗੇ। ਦੂਜੀ ਚੀਜ਼, ਤੁਸੀਂ ਜਿੰਨਾ ਜ਼ਿਆਦਾ ਪਾਣੀ ਪੀਓਗੇ, ਓਕੇ, ਇਹਦੇ ਵੀ ਲਿਮਿਟ ਆਈ ਨਹੀਂ ਕਿ 10-10 ਲੀਟਰ ਪੀਣ ਲੱਗ ਜਾਓ, ਕਹਿੰਦੇ 5-6 ਲੀਟਰ ਕਰਨਾ ਚਾਹੀਦਾ ਨਹੀਂ ਪਾਣੀ ਦਾ। ਜੇ ਸਿੰਪਲ ਫੰਡਾ ਦੇਖਣਾ ਆ, ਜਦੋਂ ਪਿਆਸ ਲੱਗੀ ਪੀਓ, ਨੈਸੈਸਰੀ ਜਦੋਂ ਪਿਆਸ ਲੱਗੀ ਪੀਓ। ਪਰ ਪ੍ਰੋਬਲਮ ਕੀ ਅੱਜ ਕੱਲ ਦੀ ਲਾਈਫ ਦੇ ਵਿੱਚ, ਆਪਾਂ ਬਿਜ਼ੀ ਇੰਨੇ ਕਿ ਆਪਾਂ ਨੂੰ ਯਾਦ ਹੀ ਨਹੀਂ ਆਉਂਦਾ ਪਿਆਸ ਕਦੋਂ ਲੱਗੀ ਦੀ। ਉਹਦੇ ਲਈ ਫਿਰ ਮੈਂ ਤੁਹਾਨੂੰ ਇੱਕ ਉਹ ਦੱਸ ਦੂੰਗਾ ਕਿ ਤੁਸੀਂ 3-4 ਲੀਟਰ ਪਾਣੀ ਪੀ ਲਓ, ਮਿਨੀਮਮ ਬਾਡੀ ਅੱਛੀ ਰਹੂ, 3-4 ਲੀਟਰ ਇਜ਼ ਗੁੱਡ, ਫਿਰ ਤੋਂ ਉੱਪਰ ਜਾਣ ਦੀ ਲੋੜ ਨਹੀਂ। ਤੇ ਉਹ ਸਿਰਫ ਪਾਣੀ ਨਹੀਂ ਹੁੰਦਾ, 3-4 ਲੀਟਰ ਇਹ ਚ ਤੁਸੀਂ ਲਾ ਲਓ, ਤੁਸੀਂ ਦੁੱਧ ਪੀ ਰਹੇ ਹੋ, ਜੂਸ ਪੀ ਰਹੇ ਹੋ, ਹਾਂ, ਤੁਸੀਂ ਸਬਜ਼ੀ ਖਾ ਰਹੇ ਹੋ, ਉਹਦੇ ਚ ਵੀ ਤਰੀ ਆ, ਹਾਂ, ਆਲ ਓਵਰ 3-4 ਲੀਟਰ ਕਵਰ ਹੋਣਾ ਹੁੰਦਾ, ਲਿਕੁਇਡ ਕਹਿ ਦੋ, ਹਾਂ, ਇਦਾਂ ਕਹਿ ਲਓ, ਆਲ ਓਵਰ। ਇੱਕ ਹੋਰ ਬੜਾ ਮਿੱਥ ਹੈ ਵਾਟਰ ਵੇਟ, ਵਾਟਰ ਵੇਟ ਘਟਾਉਣ ਦੇ ਬੜੇ ਤਰੀਕੇ ਹੈ, ਯੂਟਿਊਬ ਤੇ ਸਰਚ ਕਰਦੇ ਹਾਂ ਅਸੀਂ ਹਾਊ ਟੂ ਰਿਡਿਊਸ ਫੈਟ ਇਨ ਅ ਡੇ, ਵਾਟਰ ਵੇਟ ਰਿਟੈਂਸ਼ਨ, ਪੋਟਾਸ਼ੀਅਮ ਸਪਲੀਮੈਂਟ ਪਲੱਸ ਡਾਇਟਰੀ ਹੁੰਦਾ ਹੈਗਾ ਸੀ ਦਾ ਫਾਰਮੂਲਾ, ਜਿੰਨੀ ਕਾ ਸੀ ਰਿਸਰਚ ਕੀਤੀ, ਇਹ ਸਹੀ ਹੈ ਆਪਣੀ ਬਾਡੀ ਵਾਸਤੇ ਕਿ ਇਹ ਵੀ ਕੋਈ ਇਫੈਕਟ ਦਿੰਦਾ। ਗੱਲ ਇੱਦਾਂ ਕਿ ਇਹ ਜੋ ਤੁਸੀਂ ਗੱਲ ਕਰ ਰਹੇ ਹੋ ਨਾ, ਨਾਰਮਲ ਬੰਦਾ ਤੁਹਾਡਾ, ਤੁਹਾਡੇ ਵਰਗਾ, ਮੇਰੇ ਵਰਗਾ, ਜਿਹਨੇ ਕੋਈ ਕੰਪੀਟ ਨਹੀਂ ਕਰਨਾ, ਉਹਨੂੰ ਇਹ ਚੀਜ਼ਾਂ ਮੈਟਰ ਨਹੀਂ ਕਰ, ਉਹਨੂੰ ਇਹ ਚੀਜ਼ਾਂ ਸੋਚਣੀਆਂ ਵੀ ਨਹੀਂ ਚਾਹੀਦੀਆਂ।
ਪਰ ਯੂਟਿਊਬ ਤੇ ਸਾਰੀ ਚੀਜ਼ ਹੈ ਨਾ, ਬੰਦਾ ਸੋਚ ਪੈਸਾ ਕਿੱਦਾਂ ਕਮਾਊਗਾ ਯੂਟਿਊਬ ਤੇ ਜੇ ਉਹ ਪਾਣਗੇ ਨਹੀਂ ਇਹ ਚੀਜ਼ਾਂ, ਤਾਂ ਅਲੱਗ ਕੰਟੈਂਟ ਕਿੱਥੋਂ ਆਊਗਾ? ਸਾਰੇ ਦੇਖ ਕੇ ਸੁਣਿਆ ਕਰੋ ਯਾਰ, ਕਿਤੇ ਹਰ ਇੱਕ ਚੀਜ਼ ਦਾ ਫੋਲੋ ਕਰਿਆ ਕਰੋ, ਇੱਕ ਦੀ ਫੋਲੋ ਕਰੋ ਜਿਹਨੂੰ ਤੁਹਾਨੂੰ ਲੱਗਦਾ ਹੈ। ਸਿੰਪਲ ਜੀ ਗੱਲ ਦੱਸਦਾ, ਯੂਟਿਊਬ ਤੇ ਤੁਸੀਂ ਲਿਖੋ ਬਾਈਕ ਸਟੰਟਸ, ਤੁਹਾਨੂੰ ਲੋਕ ਮਿਲੂਗੇ ਅੱਗੋਂ ਟਾਇਰ ਚੱਕਦੇ, ਮੋਟਰਸਾਈਕਲ ਦਾ ਪਿੱਛੇ ਚੱਕਦੇ, ਤੁਸੀਂ ਕਿਉਂ ਨਹੀਂ ਚੱਕਦੇ ਬਈ? ਹਾਂ ਉਹ ਜ਼ਰੂਰੀ ਨਹੀਂ ਨਾ ਹੈਗਾ ਵੀ ਸਾਰੇ ਚੱਕਰ ਆਪ ਹੀ ਮਾਰਨੀ। ਉਹਦਾ ਕੰਮ ਆ ਅਗਲੇ ਦਾ, ਠੀਕ ਹੈ, ਉਹਨੂੰ ਚੰਗਾ ਲੱਗਦਾ, ਉਹਦਾ ਗੋਲ ਹੋ ਸਕਦਾ ਉਦਾਂ ਦਾ ਕੁਛ ਅਗਲਾ ਚੱਕ ਰਿਹਾ, ਤੁਹਾਨੂੰ ਤੁਸੀਂ ਥੋੜੀ ਇੱਧਰ ਇੱਕ ਚੱਕੇ ਤੇ ਮੋਟਰਸਾਈਕਲ ਚਲਾਉਂਦੇ ਫਿਰੋਗੇ, ਸਿੰਪਲ ਹੈ। ਸੋ ਇਹ ਚੀਜ਼ ਆ, ਸੋ ਬੀ ਥੋਟਫੁਲ ਕਿਸੇ ਨੂੰ ਫੋਲੋ ਕਰਨ ਤੋਂ ਪਹਿਲਾਂ, ਸੋ ਯੂ ਹੈਵ ਟੂ ਬੀ ਥੋਟਫੁਲ। ਮੈਨੂੰ ਪਤਾ ਤੁਹਾਨੂੰ ਆਹੀ ਚੀਜ਼ ਯਾਦ ਆ ਰਹੀ ਹੋਣੀ ਕਿ ਬਾਈ ਵਰਗੀ ਫਿਜ਼ੀਕ ਬਣਾਉਣ ਵਾਸਤੇ ਕਿਆ ਕਰਨਾ ਪੈਣਾ, ਉਹ 500-600 ਰੁਪਏ ਕਰਦੀ ਸੀ ਵੀ ਨਾ ਕਰਜੋ ਵੀਰ, ਕਰਦੀ ਉਹ ਖਾਓ ਆਰਾਮ ਨਾਲ, ਪ੍ਰੋਪੋਰਸ਼ਨਸ ਅੱਛੇ ਖਾਓ, ਡਾਈਟ ਥੋੜੀ ਜਿਹੀ ਸਟ੍ਰਿਕਟ ਕਰੋ, ਆਰਾਮ ਨਾਲ ਬਣ ਜਾਂਦੇ। ਡਿਸਿਪਲਿਨ ਨਹੀਂ ਹੈ, ਡਿਸਿਪਲਿਨ ਤੁਸੀਂ ਜਿੰਨਾ ਡਿਸਿਪਲਿਨ ਹੋ ਕੇ ਚੱਲੋਗੇ ਨਾ, ਦੈਟ ਇਜ਼ ਦ ਕੀ। ਕੁਛ ਵੀ ਨਹੀਂ ਹੈ, 6 ਮਹੀਨੇ ਚ ਨਹੀਂ ਬਣੀ, ਸਾਲ ਚ ਬਣੂਗੀ, ਸਾਲ ਚ ਨਹੀਂ ਬਣੀ, 2 ਸਾਲ ਚ ਬਣੂਗੀ, ਫਾਲਤੂ ਚੀਜ਼ਾਂ ਖੋਜੋ। ਡਿਸਿਪਲਿਨ ਹੀ ਕੰਮ ਕਰਦਾ ਆ, ਡਿਸਿਪਲਿਨ ਹੀ ਕੰਮ ਕਰ, ਤੁਸੀਂ ਹਰ ਰੋਜ਼ ਪਿਛਲੇ ਦਿਨ ਨਾਲੋਂ ਬੈਟਰ ਹੋਵੋਗੇ, ਇਹ ਕਨਫਰਮੇਸ਼ਨ ਮੈਂ ਗਾਰੰਟਿਡ ਦਿੰਦਾ। ਥੋੜੇ ਕਿੱਦਾਂ ਲੱਗਿਆ ਤੁਹਾਨੂੰ ਐਪੀਸੋਡ? ਦੇਖੋ ਸਾਰੀ ਚੀਜ਼ਾਂ ਤੁਹਾਨੂੰ ਮੈਂ ਕਲੀਅਰ ਕਰਵਾਈਆਂ ਬਾਈ ਦੇ ਥਰੂ, ਕਿਆ ਖਾਣਾ ਚਾਹੀਦਾ, ਕਿੱਦਾਂ ਸ਼ੁਰੂਆਤ ਕਰਿਆ, ਕਿੰਨੇ ਕੁ ਛਿੱਤਰ ਪਾਉਂਗੇ ਉਹ ਵੀ ਨੂੰ ਦੱਸਿਆ, ਤੇ ਅਗਲਾ ਐਪੀਸੋਡ ਵੀ ਮੈਂ ਬੜੀ ਛੇਤੀ ਲੈ ਕੇ ਆਊਂਗਾ। ਮੈਨੂੰ ਪਤਾ ਤੁਹਾਨੂੰ ਐਪੀਸੋਡ ਵਧੀਆ ਲੱਗੇ, ਲਾਈਕ ਵੀ ਸਾਰੇ ਕਰਕੇ ਜਾਇਓ ਇੰਸਟਾਗ੍ਰਾਮ ਤੇ, ਜਿਹਨੇ ਨਹੀਂ ਫੋਲੋ ਕੀਤਾ ਵੀ ਕਰੋ, ਮੈਂ ਵੀ ਆਪਣਾ ਹੈਂਡਲ ਥੱਲੇ ਇੰਸਟਾ ਦਾ ਪਾਉਣ ਲੱਗਿਆ, ਪਰਸਨਲ ਬਾਈ ਦਾ ਵੀ ਪਵਾ ਰਹੇ, ਸਾਰੇ ਇੰਸਟਾ ਦੇ ਫੋਲੋ ਕਰਿਓ, ਤੇ ਚਾਹ ਬਾਈ ਦੋ ਕੱਪ ਤਾਂ ਦੋ ਤਾਂ ਆਪਣੇ ਵੀ ਮੰਗਾ ਲਓ ਯਾਰ, ਬਹੁਤ ਦੇਰ ਹੋ ਗਈ, ਦੋ ਕੱਪ ਚਾਹ ਦੇ ਆਪਣੇ ਪੱਖੇ ਰੱਖਿਓ, ਦੋ ਤੋਂ ਉੱਪਰ ਜਾਇਓ, ਠੀਕ ਹੈ ਨਾ, ਅਗਲੇ ਸਾਲ ਸਹੇਲੀ ਬਣ ਜਾਊਗੀ, ਟੈਂਸ਼ਨ ਨਾ ਲਓ, ਠੀਕ ਹੈ ਨਾ, ਬਾਏ ਬਾਏ।